जयकार कियो तरमिया का, जयकार कियो तरमिया का। पापी को दंड दियो रे, 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 जयकार कियो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਸੰਗਤ ਟੈਲੀਵਿਜ਼ਨ ਸੰਗਤਾਂ ਦਾ, ਸੰਗਤਾਂ ਲਈ ਅਤੇ ਸੰਗਤਾਂ ਵੱਲੋਂ ਹੀ ਚਲਾਇਆ ਜਾਂਦਾ। ਇਸ ਲਈ ਹਰ ਉਹ ਗੱਲ ਜਿਹੜੀ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਉਹ ਚੇਚ ਦੇ ਕੇ ਪਹੁੰਚਾਈ ਜਾਂਦੀ ਹੈ। ਹਰ ਉਹ ਗੱਲ ਜਿਹੜੀ ਸਰਬੱਤ ਦੇ ਭਲੇ ਦੀ ਹੋਵੇ, ਸਾਂਝੀਵਾਲਤਾ ਦੀ ਹੋਵੇ, ਪੰਥ ਦੀ ਹੋਵੇ, ਪੰਜਾਬ ਦੀ ਹੋਵੇ, ਉਹਨੂੰ ਵੀ ਉਚੇਚ ਦੇ ਕੇ ਕੀਤਾ ਜਾਂਦਾ। ਅਤੇ ਅੱਜ ਖਾਸ ਤੌਰ 'ਤੇ ਜਦੋਂ ਤੁਹਾਡੇ ਸਾਹਮਣੇ ਰੂਬਰੂ ਹੋ ਰਿਹਾ ਅਤੇ ਆਪ ਸਭ ਤੱਕ ਹੁਣ ਤੱਕ ਖਬਰਾਂ ਪਹੁੰਚ ਹੀ ਗਈਆਂ ਹੋਣਗੀਆਂ ਕਿ ਉਹ ਸੌਦਾ ਸਾਧ ਜਿਹੜਾ ਆਪਣੇ ਕਾਰਨਾਮਿਆਂ ਕਰਕੇ ਬਹੁਤ ਬਦਨਾਮ ਸੀ, ਹਮੇਸ਼ਾ ਚਰਚਾ ਵਿੱਚ ਰਿਹਾ ਸੀ, ਚਰਚਾ ਵਿੱਚ ਰਿਹਾ ਸੀ ਕਿਸੇ ਨਾ ਕਿਸੇ ਨੈਗੇਟਿਵ ਚੀਜ਼ ਕਰਕੇ। ਕਦੀ ਉਸ ਦੇ ਉੱਤੇ ਕਤਲ ਦਾ ਕੇਸ, ਕਦੀ ਬਲਾਤਕਾਰ ਦਾ ਕੇਸ, ਕਦੀ ਮਾਰਧਾੜ ਦਾ ਕੇਸ, ਔਰ ਕਦੀ ਕਿਸੇ ਨੂੰ ਡਰਾਉਣ ਦਾ ਕੇਸ, ਇਹੋ ਜਿਹਾ ਕੇਸ ਵੀ ਬਹੁਤ ਸਾਰੇ ਚੱਲ ਰਹੇ ਸਨ। ਔਰ ਜੇ 2007 ਦੀ ਗੱਲ ਕਰੀਏ ਤਾਂ ਉਹਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਉਤਾਰ ਕੇ ਉਹਨਾਂ ਦਾ ਭੇਖ ਧਾਰਨ ਕਰਕੇ ਵੀ ਸਿੱਖਾਂ ਦੇ ਹਿਰਦੇ ਵਲੂੰਦਰਨ ਦੀ ਗੱਲ ਕੀਤੀ ਸੀ। ਉੱਥੇ ਨਾਲ ਨਾਲ ਉਹਨੇ ਜਾਮ, ਕਹਿੰਦਾ ਮੈਂ ਜਾਮ ਪਿਲਾ ਰਿਹਾ, ਅੰਮ੍ਰਿਤ ਦੀ ਨਕਲ ਦੇ ਉੱਤੇ ਉਹਨੇ ਇਨਸਾਨ ਖੜ੍ਹੇ ਕਰਨ ਦੀ ਗੱਲ ਵੀ ਕੀਤੀ ਕਿ ਮੈਂ ਇਨਸਾਨੀਅਤ ਪੈਦਾ ਕਰ ਰਿਹਾ। ਪਰ ਇਨਸਾਨੀਅਤ ਦਾ ਨਾਂ ਲੈ ਕੇ ਇਨਸਾਨੀਅਤ ਤੋਂ ਗਿਰੀਆਂ ਹਰਕਤਾਂ ਕਰਨ ਵਾਲੇ ਸੌਦੇ ਸਾਧ ਦੀਆਂ ਕਰਤੂਤਾਂ ਦਾ ਬੇਸ਼ੱਕ ਦੁਨੀਆ ਨੂੰ ਪਹਿਲਾਂ ਹੀ ਪਤਾ ਸੀ, ਪਰ ਅੱਜ ਕਾਨੂੰਨ ਤੌਰ 'ਤੇ ਉਹ ਬਾਹਰ ਆ ਗਈਆਂ ਜਦੋਂ ਪੰਚਕੂਲਾ ਦੀ ਅਦਾਲਤ ਨੇ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ, ਰੇਪ ਦੇ ਕੇਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ। ਦੋਸ਼ੀ ਕਰਾਰ ਦੇਣ ਤੋਂ ਬਾਅਦ ਬਹੁਤ ਵੱਡੇ ਪੱਧਰ 'ਤੇ ਹਿੰਸਾ ਹੋਈ। ਉਹ ਸਾਰੀ ਗੱਲਬਾਤ ਕਰਨ ਦੇ ਲਈ ਇਸ ਟਾਈਮ ਆਪਦੇ ਸਾਹਮਣੇ ਰੂਬਰੂ ਹਾਂ ਸੰਗਤ ਟੈਲੀਵਿਜ਼ਨ ਦੇ ਬਰਮਿੰਘਮ ਦੇ ਸਟੂਡੀਓ ਵਿੱਚ। ਮੇਰੇ ਨਾਲ ਬੈਠੇ ਨੇ ਆਪ ਸਭ ਦੀ ਜਾਣੀ ਪਛਾਣੀ ਸ਼ਖਸੀਅਤ ਹੈ, ਸ਼੍ਰੋਮਣੀ ਅਕਾਲੀ ਦਲ UK ਦੇ ਲੰਮੇ ਸਮੇਂ ਤੋਂ ਪ੍ਰਧਾਨ ਦੇ ਤੌਰ 'ਤੇ, ਮੁਖੀ ਦੇ ਤੌਰ 'ਤੇ ਸੇਵਾ ਕਰ ਰਹੇ ਨੇ, ਗੁਰਦੁਆਰਾ ਪ੍ਰਬੰਧ 'ਚ ਲੰਮੇ ਸਮੇਂ 'ਤੇ ਰਹੇ ਨੇ। ਔਰ ਜੇ ਇੰਗਲੈਂਡ ਦੀਆਂ 5-7 ਸ਼ਖਸੀਅਤਾਂ ਇੱਕ ਹੱਥ ਦੇ ਉੱਤੇ ਗਿਣੀਆਂ ਹੁਣ ਜਿਨ੍ਹਾਂ ਨੇ ਐਡੇ ਲੰਮੇ ਸਮੇਂ ਤੋਂ ਸੇਵਾ ਕੀਤੀ ਹੈ, ਉਹਨਾਂ ਵਿੱਚ ਉਹਨਾਂ ਦਾ ਨਾਮ ਬੋਲਦਾ। ਮੇਰੀ ਮੁਰਾਦ ਹੈ ਸਰਦਾਰ ਗੁਰਦੇਵ ਸਿੰਘ ਚੌਹਾਨ ਜੀ, ਉਹਨਾਂ ਦੀ ਆਮਦ ਨੂੰ ਜੀਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਹਾਨ ਸਾਹਿਬ ਜੀ, ਸੌਦਾ ਸਾਧ ਜੀ, ਉਹਦੇ ਬਾਰੇ ਜਿਹੜਾ ਅੱਜ ਫੈਸਲਾ ਦਿੱਤਾ ਗਿਆ, ਬਾਅਦ 'ਚ ਹਿੰਸਾ ਹੋਈ, ਵੱਡੇ ਪੱਧਰ 'ਤੇ ਹਿੰਸਾ ਹੋਈ, ਉਹ ਹਿੰਸਾ ਕਿੰਨੀ ਕੁ ਹੋਈ, ਕਿਸ ਪੱਧਰ ਦੀ ਹੋਈ, ਕਿੰਨੇ ਕੀਤੀ, ਕਿਵੇਂ ਕੀਤੀ, ਉਹਦੇ ਬਾਰੇ ਮੈਂ ਚਾਹੁੰਦਾ ਵੀ ਤੁਸੀਂ ਸੰਗਤਾਂ ਦੇ ਰੂਬਰੂ ਸਾਰੇ ਵਿਚਾਰ ਸਾਂਝੇ ਕਰੋ ਜੀ। ਰਾਣਾ ਜੀ, ਦੁਬਾਰਾ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੌਦਾ ਸਾਧ ਦੀ ਜਿਹੜੀ ਗੱਲ ਹੈਗੀ ਆ, ਐਕਚੁਅਲੀ ਜਿਹੜੀ ਐਕਸਪੈਕਟੇਸ਼ਨ ਉਹਦੀ ਇੱਦਾਂ ਸੀਗੀ, ਠੀਕ ਹੈ, ਕਦੇ ਕਦੇ ਮਨ 'ਚ ਜ਼ਰੂਰ ਆ ਜਾਂਦਾ ਸੀਗਾ ਭਾਈ ਸ਼ਾਇਦ ਇਹ ਫਿਰ ਬਚ ਕੇ ਨਿਕਲ ਜਾਊਗਾ। ਲੇਕਿਨ ਮੈਂ ਕੱਲ੍ਹ ਵੀ ਅਤੇ ਅੱਜ ਵੀ ਮੇਰੇ ਕਜ਼ਨ ਚੰਡੀਗੜ੍ਹ, ਮੈਂ ਉਹਨਾਂ ਨੂੰ ਟੈਲੀਫੋਨ 'ਤੇ ਗੱਲ ਕੀਤੀ ਤਾਂ ਉਹ ਮੈਨੂੰ ਕਹਿੰਦਾ ਭਾਅ ਜੀ ਮੁਸ਼ਕਿਲ ਆ, ਕਹਿੰਦਾ ਉਹਦਾ ਕਾਰਨ ਕੀ ਹੈਗਾ ਵੀ, ਕਹਿੰਦਾ ਵੀ ਜਿਸ ਹਿਸਾਬ ਨਾਲ ਪ੍ਰੈਪਰੇਸ਼ਨ ਜਾਂ ਤਿਆਰੀਆਂ ਸਰਕਾਰ ਜਾਂ ਆਰਮੀ ਜੋ ਕੁਛ ਵੀ ਜਿੱਦਾਂ ਬੈਠੇ ਤਿਆਰੀ ਕਰਕੇ, ਜੇ ਉਹਦਾ ਬਚਣ ਦਾ ਮਾੜਾ ਮੋਟਾ ਵੀ ਹੁੰਦਾ ਨਾ, ਇਹ ਇੰਨੀ ਤਿਆਰੀ ਨਾ ਸੋਹਣੀ ਹੈਗੀ ਜੀ। ਔਰ ਫਿਰ ਇੱਥੋਂ ਇਹ ਵੀ ਲੱਗਦਾ ਸੀਗਾ ਵੀ ਮਨ ਦੇ ਵਿੱਚ ਆਉਂਦਾ ਸੀ ਵੀ ਵਾਕਿਆ ਹੀ ਅੱਜ ਜਿਹੜਾ, ਕਿਉਂਕਿ ਜੇ ਉਹਨੂੰ ਬਚਣਾ ਤਾਂ ਉਹਨੂੰ ਉਦੋਂ ਵੀ ਉਹਨੂੰ ਆਹ ਡੇਟ ਦੁਆਰੇ ਦੇਣ ਦੀ ਕੀ ਲੋੜ ਪਈ ਸੀ, ਉਦੋਂ ਉਹਨੂੰ ਵੀ ਕਰ ਸਕਦੇ ਸੀਗੇ ਜਦੋਂ ਉਹਦੀ ਹੀਅਰਿੰਗ ਹੋਈ ਸੀ। ਔਰ ਜਿਵੇਂ ਅੱਜ ਵੀ ਜੋ ਹੋਇਆ, ਅੱਜ ਵੀ ਹੋਇਆ, ਅੱਜ ਵੀ ਜਿਹੜੀ ਉੱਥੇ ਧਾਰਾ ਲੱਗੀ ਹੈਗੀ ਆ, ਜੇ ਲੱਗੇ ਉਸ ਧਾਰਾ ਦੇ 3 ਸਾਲ ਦੀ ਸਜ਼ਾ ਹੋਣੀ ਹੁੰਦੀ, ਅੱਜ ਉਹਨੂੰ ਅੱਜ ਹੀ ਜਮਾਨਤ ਮਿਲ ਜਾਣੀ ਸੀ ਉਹਨੂੰ ਜੀ। ਇੱਥੋਂ ਸਾਫ਼ ਜਾ ਰਿਹਾ ਵੀ ਧਾਰਾ ਉੱਤੇ ਬੜੀ ਸਖ਼ਤ ਲੱਗੀ ਹੈਗੀ ਅਤੇ ਉਹ ਹੈਗਾ ਵੀ ਉਹ ਲੰਬੇ ਸਮੇਂ ਲਈ ਅੰਦਰ ਜਾਊਗਾ, ਉਹ ਜਾਣਾ ਵੀ ਚਾਹੀਦਾ। ਹੁਣ ਜਿੱਥੇ ਤੱਕ ਹਿੰਸਾ ਦਾ, ਉਹ ਇੱਥੇ ਮੈਂ ਥੋੜ੍ਹੀ ਜਿਹੀ ਇਹ ਗੱਲ ਕਹੂੰਗਾ ਵੀ ਹਾਲਾਂਕਿ ਗੌਰਮੈਂਟ, ਪੰਜਾਬ ਗੌਰਮੈਂਟ ਵੀ, ਹਰਿਆਣਾ ਬਿਲਕੁਲ ਉਹਨਾਂ ਨੂੰ ਪਤਾ ਸੀ ਵੀ ਇਹ ਗੱਲ ਜੇ ਹੋਈ ਤਾਂ ਸਰਕਾਰ ਨੂੰ ਤਾਂ ਪਤਾ ਹੁੰਦਾ ਕੀ ਫਾਇਦਾ ਹੋਣਾ, ਕਾਫ਼ੀ ਵੱਡਾ ਅਲਰਟ ਸੀ ਸੈਂਟਰ, ਉਹਨਾਂ ਨੂੰ ਪਤਾ ਸੀਗਾ। ਲੇਕਿਨ ਅਫਸੋਸ ਇਹ ਆ, ਮੈਂ ਬਾਹਰ ਵੀ ਬਗਲ ਕਰਦੇ, ਮੈਂ ਕਹਿੰਦਾ ਵੀ ਇੱਥੇ ਮੈਨੂੰ ਇੱਕ ਦੋ ਇੰਸੀਡੈਂਟ ਯਾਦ ਆ, ਲੰਡਨ ਦੇ ਵਿੱਚ ਕੋਈ ਇੱਥੇ ਗੱਲ ਹੋਣੀ ਸੀ ਤਾਂ ਬਾਹਰੋਂ ਦੁਨੀਆ ਬਹੁਤ ਜਾ ਰਹੀ ਸੀ, ਅੱਜ 54 ਸਾਲ ਮੈਨੂੰ 2-3 ਇੰਸੀਡੈਂਟ ਯਾਦ ਆ,
ਇੱਥੇ ਦੀ ਪੁਲਿਸ ਨੇ ਜੇ ਇੱਦਾਂ ਨਾਕਾਬੰਦੀ ਕਰਦੀ ਸੀ ਮੋਟਰਵੇ 'ਤੇ ਬੰਦੇ ਜਿਹੜੇ ਵੀ ਹੈਗੇ ਵੀ ਉਹਨੂੰ ਪਤਾ ਲੱਗਦਾ ਵੀ ਕਿਸੇ ਨੂੰ ਉਹ ਜਾਣ ਹੀ ਨਾ ਹਦੇਰ ਹੈ। ਲੰਡਨ ਦੇ ਵਿੱਚ ਉਹਨੇ ਕੱਟ ਕੱਟ ਹੋਣ ਹੀ ਨਹੀਂ ਦਿੱਤਾ, ਸਮਝ ਗਏ ਤੁਸੀਂ। ਹੁਣ ਇਹ ਜਿਹੜੀ ਚੀਜ਼ ਸੀਗੀ, ਅਗਰ ਇਹ ਸਰਕਾਰ ਥੋੜ੍ਹੀ ਇੱਥੇ ਮੈਂ ਕਹਿੰਦਾ ਜਾਂ ਤਾਂ ਜਾਂ ਤਾਂ ਉਹ ਸਮਝਦੇ ਹੋ ਵੀ ਸਾਡੇ ਕੋਲ ਇਨਫ ਫੋਰਸ ਹੈਗੀਆਂ ਅਸੀਂ ਨੇ ਕੰਟਰੋਲ ਕਰਨਾ, ਲੇਕਿਨ ਇੱਥੇ ਥੋੜ੍ਹੀ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ, ਦਿੱਲੀ 'ਚ ਵੀ ਬਹੁਤ ਹੋਇਆ ਹੈਗਾ, ਬਾਕੀ ਹੋਰ ਕਾਫ਼ੀ ਹੋਇਆ ਇੱਧਰ। ਹੁਣ ਇਹ ਜਿਹੜੀ ਚੀਜ਼ ਹੋਈ ਆ ਮੈਨੂੰ ਇਹ ਸਮਝ ਨਹੀਂ ਪਰ ਐਡੀ ਬੜੀ ਸਾਡੇ ਸਾਹਮਣੇ ਹੋਈ ਐਡਾ ਕੁਛ ਹੋ ਸਕਦਾ, ਫਿਰ ਅਲਰਟ ਹੋਣ ਦੇ ਸਭ ਕੁਝ ਅਲਰਟ ਹੋਣ ਦੇ ਬਾਵਜੂਦ ਇਹ ਗੱਲ ਹੋ ਜਾਣੀ ਤਾਂ ਮੈਨੂੰ ਨਹੀਂ ਸਮਝਦਾ। ਇਹ ਥੋੜ੍ਹੀ ਜਿਹੀ ਢਿੱਲ, ਮੈਂ ਇਹ ਕਹੂੰਗਾ ਕੋਈ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਆਪਣੀ ਢਿੱਲ ਰਹੀ ਹੈਗੀ ਆ, ਔਰ ਨੁਕਸਾਨ ਜਿਹੜਾ ਹੋਇਆ ਹੈਗਾ ਇਹ ਨੁਕਸਾਨ ਜਿਹੜਾ ਇਹਦੀ ਭਰਪਾਈ ਜਿਹੜੀ ਹੈਗੀ ਆ ਉੱਦਾਂ ਤਾਂ ਮੈਂ ਆ ਹੁਣ ਵੀ ਦੇਖਿਆ ਵੀ ਪੜ੍ਹਿਆ ਵੀ ਹੈਗਾ, ਮੈਂ NDTV 'ਤੇ ਦੇਖ ਕੇ ਵੀ ਆਇਆ ਹੈਗਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵੀ ਨੁਕਸਾਨ ਹੋਇਆ ਇਹ ਡੇਰਾ ਇਹਦੀ ਭਰਪਾਈ ਡੇਰਾ ਕਰੂਗਾ, ਰਾਈਟ। ਅੱਛਾ ਇਹ ਹੋਣਾ ਵੀ ਚਾਹੀਦਾ, ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜਿਹੜਾ ਇਹ ਇਨਸਾਨ ਅੱਜ ਤੋਂ ਇੰਨੇ ਸਮਾਂਗ ਰਚਾਏ ਹੋਏ ਸੀਗੇ, ਇਹਦੇ 'ਤੇ ਇੰਨਾ ਕੁਛ ਸੀਗਾ, ਔਰ ਇਹ ਇੰਨਾ ਜਦੋਂ ਜਿਹੜਾ ਬੰਦਾ ਇੰਨਾ ਨਡਰ ਹੋ ਕੇ ਸਭ ਕੁਝ ਕਰ ਰਿਹਾ ਸੀਗਾ, ਜਿਹਨੂੰ ਕੋਈ ਬਿਲਕੁਲ ਡਰੇ ਹੀ ਨਾ ਸੀ ਵੀ ਮੈਨੂੰ ਕੋਈ ਮੈਂ ਜੰਮਿਆ ਵੀ ਮੈਂ ਖੁਦਾ ਹਾਂ ਮੇਰੇ ਤੋਂ ਵੱਡਾ ਕੋਈ ਹੈ ਨਹੀਂ, ਔਰ ਅੱਜ ਜਦੋਂ ਕੋਰਟ ਨੇ ਉਹਨੂੰ ਨੱਪ ਲਿਆ ਔਰ ਅੱਜ ਇਹਨੂੰ ਪਤਾ ਨਾ ਸਾਡੇ ਜਾਣੀ ਸਰਕਾਰ ਨੂੰ ਇਸੇ ਤੋਂ ਤਕੜੇ ਹੋਣਾ ਚਾਹੀਦਾ ਸੀਗਾ, ਇਹ ਜਿਹੜਾ ਸੀਗਾ ਨਾ ਨੁਕਸਾਨ ਹੋਇਆ ਇਹ ਰੋਕਿਆ ਜਾ ਸਕਦਾ ਸੀਗਾ ਜੇ ਸਰਕਾਰ ਤਕੜੀ ਹੋ ਕੇ ਇਹਨੂੰ ਹੱਥ ਪਾਉਂਦੀ। ਸੋ ਮੈਂ ਇਹ ਕਹੂੰਗਾ ਇਹ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਸੀਗੀ, ਹਰ ਚੀਜ਼ ਡੇਰੇ ਦੇ ਵਿੱਚ ਵੀ ਉਹਨਾਂ ਨੇ ਕੀ ਪੈਟਰੋਲ ਕੀ ਡੀਜ਼ਲ ਹਰ ਚੀਜ਼ ਉਹਨੂੰ ਭਰੀ ਹੋਈ ਸੀ, ਔਰ ਇਸੇ ਤਰ੍ਹਾਂ ਹਰ ਔਰ ਬਾਹਰ ਲੈ ਕੇ ਡੰਡੇ ਲੈ ਕੇ ਬੈਠੇ ਹੈਗੇ ਆ। ਔਰ ਈਵਨ ਜੇ ਹੁਣ ਇੱਥੇ ਮੈਂ ਜੇ ਕੰਪੈਰੀਜ਼ਨ ਕਰਾਂ, ਜੇ ਇੱਕ ਸਿੱਖ ਸਧਾਰਨੀ ਗੱਲ ਕਹੇ ਕਰੇ ਤਾਂ ਸਿੱਖਾਂ ਨੂੰ ਫੜ ਕੇ ਕੋਈ ਦੂਜੀ ਗੱਲ ਨਹੀਂ ਕਰਦੇ, ਉਹ ਚੁੱਕਾ ਕੇ ਸਿੱਧਾ ਜਾ ਕੇ ਉਹ ਠੋਕ ਦਿੰਦੇ। ਆ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਦਾ, ਆਹ ਮੈਂ ਇਹ ਬੜੀ ਸਿੰਪਲ ਜਿਹੀ ਗੱਲ ਹੈਗੀ, ਜੇ ਸਿੱਖ ਦੇ ਮੂੰਹ 'ਚੋਂ ਇੱਕ ਮਰਜ਼ੀ ਲਫ਼ਜ਼ ਨਿਕਲਦਾ ਇਹ ਕਹਿੰਦੇ ਦੇਸ਼ ਧਰੋਹੀ ਦਾ, ਉੱਥੇ ਕਾਨੂੰਨ ਲਾਗੂ ਕਰਦਾ ਜਾਂਦਾ, ਉੱਥੇ ਹੁਣ ਅੰਦਰ ਦਿੱਤਾ ਜਾਂਦਾ ਦੇਸ਼ ਧਰੋਹੀ ਆ। ਆਹ ਇੱਕ ਬੀਬੀ ਖਰੇ ਕਿੰਨੀ ਬੀਬੀ ਕਿੰਨੇ ਪਰ ਇੱਕ ਬੀਬੀ ਦਾ ਲਫ਼ਜ਼ ਸੀਗੇ, ਜਿਸ ਇੰਡੀਆ ਦਾ ਨਾਮ ਇਸ ਵਰਲਡ ਮੇ ਹਮਾਰੇ ਪਿਤਾ ਜੀ ਨੇ ਚਮਕਾਇਆ ਹੈ, ਅਗਰ ਹਮਾਰੇ ਪਿਤਾ ਜੀ ਪਰ ਆਂਚ ਆ ਗਈ ਤੋ ਇੱਕ ਸੈਕਿੰਡ ਨਹੀਂ ਲੱਗੇਗਾ ਇਸ ਇੰਡੀਆ ਕੋ ਨਕਸ਼ੇ ਸੇ ਮਿਟਾਨੇ ਮੇ। ਇਹ ਮੈਂ ਐਗਜੈਕਟਲੀ ਉਹ ਲਫ਼ਜ਼ ਮੈਂ ਇਹ ਲਿਖਿਆ ਸੋਸ਼ਲ ਮੀਡੀਆ ਦੇ ਸ਼ਬਦ। ਅੱਛਾ ਇਹ ਜਿਹੜੇ ਇਹ ਲਫ਼ਜ਼ ਹੈਗੇ ਆ, ਔਰ ਇਹ ਤੁਸੀਂ ਮੈਨੂੰ ਦੱਸੋ ਅਗਰ ਇੱਦਾਂ ਤਾਂ ਇੱਦੋਂ ਵੀ ਮਾੜੀ ਜਿਹੀ ਨਰਮ ਜਿਹੇ ਲਫ਼ਜ਼ ਵੀ ਸਾਡਾ ਬੰਦਾ ਕੋਈ ਕਹਿੰਦਾ ਆਪਣਾ ਤੁਹਾਡਾ ਮਾਈਕ ਜਾ ਰਿਹਾ ਹੈਗਾ, ਤੁਸੀਂ ਮਾਈਕ ਆਪਣਾ ਠੀਕ ਕਰੋ ਜਾਤੀ। ਮੈਂ ਇੱਕ ਗੱਲ ਜਿਹੜੀ ਬਹੁਤ ਸਾਰੇ ਨੈਗੇਟਿਵ ਪੱਖਾਂ ਦੇ ਬਾਵਜੂਦ ਇੱਕ ਗੱਲ ਭਾਰਤ ਦੇ ਬਾਰੇ ਕਹਿ ਲੈਣੀ ਚਾਹੀਦੀ ਆ ਕਿ ਉੱਥੋਂ ਦੀ ਜਿਹੜੀ ਜੁਡੀਸ਼ਰੀ ਆ ਉਹ ਅੱਜ ਤੱਕ ਨਿਰਪੱਖ ਹੋਣ ਦਾ ਰੋਲ ਅਦਾ ਕਰਦੀ ਰਹੀ। ਜਿਹੜੇ ਵੀ ਜਿੰਨੇ ਵੀ ਕੇਸ ਜਦੋਂ ਕਿਤੇ ਪੁਲਿਸ ਵੱਲੋਂ ਕਿਤੇ ਮੁਕਾਬਲਿਆਂ ਦੀ ਗੱਲ ਚੱਲਦੀ ਹੈ, ਜਦੋਂ ਕਿਤੇ ਸਰਕਾਰ ਵੱਲੋਂ ਜਿਆਦਤੀਆਂ ਦੀ ਗੱਲ ਚੱਲਦੀ ਹੈ, ਉਹ ਸਾਰੀਆਂ ਜਿਆਦਤੀਆਂ ਜਦੋਂ ਹੁੰਦੀਆਂ ਨੇ ਪਰ ਉਹ ਜਿਆਦਤੀ ਨੂੰ ਜਦੋਂ ਕਿਤੇ ਗੱਲ ਕੋਰਟ ਚੱਲ ਜਾਂਦੀ ਹੈ ਤਾਂ ਕੋਰਟ ਜਾ ਕੇ ਉਹਦਾ ਤਕਰੀਬਨ ਸਹੀ ਫੈਸਲਾ ਆਉਂਦਾ ਹੈ। ਔਰ ਇਹੀ ਗੱਲ ਨੇ ਇੱਕ ਨੇ ਹਿੰਦੁਸਤਾਨ ਨੂੰ ਵੱਡੇ ਪੱਧਰ 'ਤੇ ਬਚਾਇਆ ਹੋਇਆ। ਔਰ ਆਪਾਂ ਪੰਜਾਬ ਦੇ ਮੁਕਾਬਲਿਆਂ 'ਚ ਗੱਲ ਦੇਖੀ ਆ, ਜਦੋਂ ਬਹੁਤ ਸਾਰੇ ਪੁਲਿਸ ਮੁਕਾਬਲੇ ਹੋਏ ਪਰ ਜਦੋਂ ਕੋਰਟ 'ਚ ਕੇਸ ਲੈ ਗਿਆ ਕੇਸ ਗਿਆ ਉਹਨਾਂ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ, ਜੇਲ੍ਹਾਂ 'ਚ ਬੰਦ ਕੀਤੇ ਗਏ। ਇੱਥੋਂ ਤੱਕ ਕਿ ਕਈ ਜ਼ਾਲਮ ਪੁਲਿਸ ਅਫਸਰਾਂ ਨੇ ਤਾਂ ਉਸ ਕੋਰਟ ਦੇ ਫੈਸਲਾ ਡਰਦਿਆਂ ਖੁਦਕੁਸ਼ੀਆਂ ਵੀ ਕਰ ਰਹੀਆਂ। ਅਜੀਤ ਸੰਧੂ ਦੀ ਇਹ ਗੱਲ ਜਿਹੜੀ ਸਾਹਮਣੇ ਆ, ਸੋ ਅੱਜ ਵੀ ਇੱਕ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੀ ਹਿੰਦੁਸਤਾਨ ਦੀ ਜੁਡੀਸ਼ਰੀ ਹੈ ਉਹ ਆਪਣੇ ਆਪ 'ਚ ਬੜੀ ਕਾਮਯਾਬ ਹੈ। ਉਹਨੇ ਐਡੇ ਦਬਾਅ ਦੇ ਬਾਅਦ, ਬਹੁਤ ਵੱਡੀ ਗੱਲ ਸੀ, ਇੰਨਾ ਦਬਾਅ ਪਾਇਆ ਸੀ, ਲੱਖਾਂ ਲੋਕ ਉੱਥੇ ਪੰਚਕੂਲਾ 'ਚ ਇਕੱਠੇ ਕਰ ਦਿੱਤੇ ਗਏ ਔਰ ਦਫਾ 44 ਦੇ 144 ਦੇ ਹੁੰਦਿਆਂ ਉੱਥੇ ਜਦੋਂ ਹਜ਼ਾਰਾਂ ਲੋਕ ਇਕੱਠੇ ਹੋਏ ਤਾਂ ਹਾਈਕੋਰਟ ਨੇ ਫਟਕਾਰ ਪਾਈ ਸਰਕਾਰ ਨੂੰ ਵੀ ਔਰ ਪੁਲਿਸ ਦੇ DGP ਨੂੰ ਵੀ, ਕਹਿੰਦਾ ਤੇਰੀ ਇਨਕੁਆਇਰੀ ਹੋਣੀ ਚਾਹੀਦੀ ਕਿ ਤੈਨੂੰ ਇਹ ਆਰਡਰ ਦਿੱਤੇ ਗਏ ਸੀ ਪਰ ਜੇ 144 ਇੱਥੇ ਨਹੀਂ ਇਕੱਠੇ ਹੋਣੇ ਚਾਹੀਦੇ ਸੀ, 4 ਤੋਂ ਜ਼ਿਆਦਾ ਬੰਦੇ ਨਹੀਂ ਇਕੱਠੇ ਹੋ ਸਕਦੇ ਅਤੇ ਸੈਂਕੜੇ ਹਜ਼ਾਰਾਂ ਲੋਕ ਕਿੱਦਾਂ ਇਕੱਠੇ ਹੋ ਗਏ ਅਤੇ ਜੇ ਉਹ ਵੀ ਫਟਕਾਰ ਪਾਈ ਨਾਲ ਨਾਲ ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਤੇਰਾ ਜਿਹੜਾ ਕੰਮ ਸੀ ਕਰਨਾ ਚਾਹੀਦਾ ਤੂੰ ਪੂਰੀ ਤਰ੍ਹਾਂ ਨਹੀਂ ਕੀਤਾ, ਪਰ ਪੂਰੀ ਅਲਰਟ ਦੇ ਬਾਵਜੂਦ ਵੀ ਕਿਉਂਕਿ ਸਰਕਾਰਾਂ ਨੇ ਸੀ ਪੂਰੀਆਂ ਚੇਤੰਨ, ਪੁਲਿਸ ਪ੍ਰਬੰਧ ਸ਼ਾਇਦ ਪੂਰਾ ਚੇਤੰਨ ਨਹੀਂ ਸੀ, ਇਹ ਸਾਰਾ ਕੁਛ ਹੋਇਆ ਪਰ ਕੋਰਟ ਨੇ ਆਪਣਾ ਕੰਮ ਕੀਤਾ। ਕੋਰਟ ਨੇ ਇੱਕ ਹੋਰ ਕੰਮ ਕਰਤਾ ਜਿਹੜੀ
ਚੌਹਾਨ ਸਾਹਿਬ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਗਏ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ, ਆਮ ਲੋਕਾਂ ਦੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਹੋਇਆ ਉਹ ਤਾਂ ਹੋਇਆ ਹੋਇਆ, ਪਰ ਜਿਹੜਾ ਆਮ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਵੀ ਡੇਰੇ ਤੋਂ ਕਰਨੀ ਚਾਹੀਦੀ ਹੈ ਅਤੇ ਉਹਦੇ ਲਈ ਵੀ ਕੋਈ ਨਾ ਕੋਈ ਜਿਹੜੀ ਜੱਜਮੈਂਟ ਜ਼ਰੂਰ ਬਣੇਗੀ, ਆਪਾਂ ਆਸ ਰੱਖਦੇ ਹਾਂ। ਜਿਹੜਾ ਜੁਡੀਸ਼ਰੀ ਦਾ ਕੰਮ ਹੈ ਜੀ, ਜਿਹੜੀ ਖਾਸ ਗੱਲ ਮੈਂ ਕਹਿੰਦਾ ਸਾਰੀ ਰਾਣਾ ਜੀ, ਮੈਂ ਕਹਿੰਦਾ ਦੇਖੋ ਘੱਟੋ ਘੱਟ ਇੱਕ ਗੱਲ ਜ਼ਰੂਰ ਹੋ ਗਈ, ਲੋਕਾਂ ਅਗਰ ਇਹ ਬਰੀ ਹੋ ਜਾਂਦਾ, ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਜੁਡੀਸ਼ਰੀ ਤੋਂ ਉੱਠ ਜਾਣਾ ਸੀਗਾ। ਜੁਡੀਸ਼ਰੀ ਨੇ ਜਿਸ ਜੱਜ ਨੇ ਉਹ ਸਰਦਾਰ ਨੇ ਇਹ ਫੈਸਲਾ ਸੁਣਾਇਆ ਉਹਦੀ ਸਿਫਤ ਪਹਿਲਾਂ ਵੀ ਹੋ ਰਹੀ ਸੀ ਵੀ ਉਸ ਜਗ ਅੱਜ ਤੱਕ 12-13 ਸਾਲ ਤੋਂ ਜੱਜ ਹੈਗਾ ਵੀ ਉਹਦੇ ਜਿਹੜੇ ਫੈਸਲੇ ਬੜੇ ਸਖਤ ਸਖਤ ਜੱਜ ਆ ਔਰ ਬਹੁਤ ਇਮਾਨਦਾਰ ਜੱਜ ਆ ਵੀ ਉਹ ਬਿਲਕੁਲ ਨਹੀਂ ਉਹਨੂੰ ਧੜਕਣਾ ਨਾ ਉਹ ਧੜਕਦਾ ਹੈਗਾ। ਔਰ ਅੱਜ ਲੋਕਾਂ ਦਾ ਵਿਸ਼ਵਾਸ ਜਿਹੜਾ ਜੁਡੀਸ਼ਰੀ ਤੋਂ ਜਿਹੜਾ ਉੱਠਣ ਵਾਲਾ ਸੀਗਾ, ਲੋਕ ਇਹ ਕਹਿੰਦੇ ਵੀ ਇਹ ਪਤਾ ਨਹੀਂ ਉੱਥੇ ਕੀ ਹੋਣਾ, ਲੇਕਿਨ ਜੁਡੀਸ਼ਰੀ ਦਾ ਜਿਹੜਾ ਅੱਜ ਚਿਹਰਾ ਮੋਹਰਾ ਇਹੋ ਜਿਹਾ ਮੋਹਰੇ ਸੋਹਣਾ ਆਇਆ, ਲੋਕਾਂ ਦਾ ਵਿਸ਼ਵਾਸ ਉਹਦੇ ਵਿੱਚ ਬਣ ਗਿਆ ਹੈਗਾ ਵੀ ਜਿਹੜਾ ਵੀ ਭਾਵਾਂ ਕਿੱਡਾ ਕੋਈ ਸ਼ਖਸੀਅਤ ਹੋਵੇ ਉਹ ਜੇ ਕਹੇ ਵੀ ਮੈਂ ਜੇ ਕਾਨੂੰਨ ਤੋਂ ਵੱਡਾ, ਬਿਲਕੁਲ ਜੁਡੀਸ਼ਰੀ ਨੂੰ ਕਦੇ ਨਹੀਂ ਬਖਸ਼ੇਗੀ। ਔਰ ਰਿਪੀਟਡਲੀ ਫਿਰ ਦੁਬਾਰੇ ਫਿਰ ਕਿਹਾ ਗਿਆ ਵੀ ਦਫ਼ਾ 144 ਲੱਗਣ ਦੇ ਬਾਅਦ ਇਹ ਕਿਉਂ ਕੋਰਟ ਨੇ ਫਿਰ ਕਿਹਾ ਵੀ ਇਹ ਕਿਉਂ ਅਕਾ ਤਾਂ ਮਹੀਨੇ ਤੱਕ ਇਕੱਠਾ ਹੋਇਆ। ਸੋ ਮੇਰਾ ਮਤਲਬ ਕਹਿਣ ਦਾ ਜੁਡੀਸ਼ਰੀ ਨੇ ਬਹੁਤ ਜ਼ਬਰਦਸਤ ਆਪਣਾ ਸਟੈਂਡ ਔਰ ਸੋਹਣਾ ਫੈਸਲਾ ਕੀਤਾ ਔਰ ਅੱਜ ਵੀ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਾ ਹੈਗਾ ਜਿਹੜਾ ਹੁਣ ਮਿਠਾਈ 'ਤੇ ਜਾਣਾ ਫੈਸਲਾ ਹੈਗਾ ਇਹ ਗੱਲ ਕਰੀਏ ਇਹਦੇ ਕੋਈ ਪ੍ਰੀਖਿਆ ਵਾਲੀ ਗੱਲ ਨਹੀਂ ਔਰ ਸਜ਼ਾ ਉਹਨੂੰ ਚੰਗੀ ਤਕੜੀ ਸਜ਼ਾ ਹੋਊਗੀ। ਮੇਰਾ ਖਿਆਲ ਕਾਲ ਆ ਰਹੀ ਆ ਜੀ, ਕਾਲ ਲੈ ਲਈਏ। ਵਾਹਿਗੁਰੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ? ਮੈਂ ਜੀ ਤਰਲੋਚਨ ਸਿੰਘ ਡਰਬੀ ਤੋਂ ਬੋਲਦਾ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਸਲੇ ਬਾਰੇ? ਅੱਜ ਦੇ ਫੈਸਲੇ ਬਾਰੇ ਇਹ ਹੈ ਵੀ ਅਸੀਂ ਉਸ ਜੱਜ ਦੀ, ਆਪਣੇ ਦੇਸ਼ ਦੀ ਜੁਡੀਸ਼ਰੀ ਦੀ ਦਿਲੋਂ ਤਾਰੀਫ ਕਰਦੇ ਹਾਂ ਜੀ, ਔਰ ਉਸ ਜੱਜ ਨੂੰ ਮੁਬਾਰਕਬਾਦ ਦਿੰਦੇ ਹਾਂ ਜਿਸ ਨੇ ਇੰਨੀ ਆਪਣੀ ਓਪੋਜੀਸ਼ਨ ਦੇ ਬਾਵਜੂਦ ਵੀ, ਇੰਨੀ ਦਹਿਸ਼ਤ ਦੇ ਬਾਵਜੂਦ ਵੀ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੰਦੇ ਹੋ ਇਹ ਫੈਸਲਾ ਸੁਣਾਇਆ। ਦੂਸਰੀ ਗੱਲ, ਜਿੱਥੋਂ ਕਿ ਦੁੱਖ ਹੁੰਦਾ, ਉਸ ਜੱਜ ਨੇ ਤੇ ਆਪਣੀ ਇਮਾਨਦਾਰੀ ਕੀਤੀ ਵੀ ਚੌਹਾਨ ਸਾਹਿਬ ਤੁਸੀਂ ਸਾਰੀ ਉਮਰ ਅਸੀਂ ਵੀ ਨਾਲ ਅਕਾਲੀ ਦਲ ਵਿੱਚ ਰਹੇ ਹਾਂ, ਸਾਡੇ ਅਕਾਲੀ ਦਲ ਦੀ ਕੱਲ੍ਹ ਦੀਆਂ ਪਰਸੋਂ ਦੀਆਂ ਪੇਪਰਾਂ ਵਿੱਚ ਆਉਂਦਾ ਵੀ ਅਸੀਂ ਉਸ ਬਲਾਤਕਾਰੀ ਬਾਬੇ ਦੇ ਸਪੋਰਟਰ ਹਾਂ। ਇਹ ਹੁਣ ਮੈਂ ਤਾਂ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਉਹਨਾਂ ਦੇ ਖਿਲਾਫ਼ ਜਿਹਨਾਂ ਦਾ ਲੀਡਰ ਹੀ ਬਲਾਤਕਾਰੀ ਆ, ਇਹਦੇ ਜਿਹੜੇ ਫੋਲੋਅਰ ਜਿੱਥੇ ਗਏ ਸੀ ਨਾਮਧਾਰੀ ਸੰਸਥਾ ਦੇ, ਉਹਨਾਂ ਦੇ ਵੀ 5-6 ਬੰਦੇ ਗਏ, ਸਾਡਿਆਂ ਦੇ ਵੀ ਗਏ। ਇੱਕ ਪਾਸੇ ਕਹਿੰਦੇ ਸਿੱਖਾਂ ਨੂੰ ਪਰੇਗਾ ਤੇ ਉੱਥੇ ਲੱਡੂ ਲੈਣ ਗਏ। ਇਹ ਚੌਹਾਨ ਸਾਹਿਬ ਤੁਹਾਨੂੰ ਗੱਲਾਂ ਆਪਣੀ ਲੀਡਰਸ਼ਿਪ ਨੂੰ ਪੁੱਛਣੀਆਂ ਚਾਹੀਦੀਆਂ। ਸਾਡੀ ਕੌਮ, ਸਾਡਾ ਨਾ ਬਾਬੇ ਨਾਲ ਕਿਹਾ ਮਤਲਬ ਬਲਾਤਕਾਰੀ ਨਾਲ ਸਾਡਾ ਸਿੱਖਾਂ ਦਾ ਕੋਈ ਲੈਣਾ ਦੇਣਾ ਹੈ ਜੀ? ਇੱਕ ਚੀਜ਼ ਜ਼ਰੂਰ ਆ, ਮੈਂ ਉਸ ਜੱਜ ਦੀ ਦਿਲੋਂ ਸਲਾਮ ਕਰਦਾ, ਦਿਲੋਂ ਉਸ ਦੀ ਕਦਰ ਕਰਦਾ ਤੇ ਉਸ ਨੇ ਇਹੋ ਜਿਹਾ ਫੈਸਲਾ ਲਿਆ। ਕਾਸ਼ ਕਿ ਸਾਡੇ 84 ਦੇ ਦੰਗਿਆਂ ਦਾ ਵੀ ਇਹੋ ਜਿਹਾ ਕੋਈ ਜੱਜ ਫੈਸਲਾ ਸੁਣਾਵੇ ਤਾਂ ਕਿ ਅਸੀਂ ਮੁੜ ਕੇ ਉਸ ਧਾਰਾ ਦੇ ਵਿੱਚ ਯਕੀਨ ਰੱਖ ਸਕੀਏ ਔਰ ਸ਼ਾਮਿਲ ਹੋ ਸਕੀਏ। ਬਾਕੀ ਲੱਖ ਲਾਣਤ ਹੈ ਸਾਡੇ ਇਹੋ ਜਿਹਾ ਅਕਾਲੀ ਲੀਡਰਾਂ ਦੇ ਜਿਹਨਾਂ ਨੇ ਇੱਕ ਵਾਰੀ ਵੀ ਬਿਨਾਂ ਮਾਫ਼ੀ ਮੰਗੀ ਇਹਨਾਂ ਨੂੰ ਚੱਪਣੀ 'ਚ ਕਹਿੰਦੇ ਪਾਣੀ ਪਾ ਕੇ ਓਦਾਂ ਹੀ ਮਰ ਜਾਣੇ, ਉਹਨੂੰ ਮਾਫ਼ੀਆਂ ਦਿੰਦੇ ਆ। ਮੈਂ ਲਾ ਕੇ ਨਹੀਂ ਗੱਲ ਕਰਦਾ ਚੌਹਾਨ ਸਾਹਿਬ, ਸਾਨੂੰ ਅਫਸੋਸ ਨਹੀਂ, ਚੌਹਾਨ ਸਾਹਿਬ ਤਾਂ ਆਪੇ ਗੱਲਾਂ ਕਹਿੰਦੇ ਆ। ਚੌਹਾਨ ਸਾਹਿਬ ਜੀ, ਮੇਰਾ ਉਹਨਾਂ ਨਾਲ ਕੋਈ ਬਾਸੇ, ਮੈਂ ਅਸੀਂ ਇੰਡੀਪੈਂਡੈਂਟ ਕਾਲਜ ਦਾ ਅਧਿਆਪਕ ਸੁਣਦਾ। ਮੈਂ ਤੁਹਾਨੂੰ ਚੌਹਾਨ ਸਾਹਿਬ, ਮੈਂ ਤੁਹਾਨੂੰ ਮੇਰੀ ਮਾਫ ਕਰਨਾ, ਤੁਹਾਡੇ ਬੱਚਿਆਂ ਵਰਗੇ। ਨੋ, ਯੂ ਆਰ ਰਾਈਟ, ਵਟ ਯੂ ਆਰ ਸੇਇੰਗ, ਯੂ ਆਰ ਰਾਈਟ। ਤੇ ਮੇਰਾ ਮਤਲਬ ਇਹ ਕਹਿਣਾ, ਦੇਖੋ ਨਾ, ਅਗਰ ਮੈਂ ਤੇ ਤੁਸੀਂ ਸਿੱਖ ਹੋ ਦੋ, ਅਸੀਂ ਤੁਰੇ ਜਾਂਦੇ 3 ਜਣੇ ਭਾਈ ਔਰ ਰਾਣਾ ਸਾਹਿਬ ਤੁਸੀਂ ਤੇ ਮੈਂ, ਮੇਰੇ ਤੇ ਕੋ ਮੇਰੇ ਧਰਮ ਦੇ ਉੱਤੇ ਜਾਂ ਮੇਰੇ ਤੇ ਕੋ ਅਟੈਕ ਕਰਦੇ, ਦਾ ਮਤਲਬ ਆ ਤੇ ਤੁਹਾਡਾ ਹਾਲਾ ਨਾਰਾ ਮਾਰਨਾ ਫਰਜ਼ ਬਣਦਾ। ਪਰ ਅਸੀਂ ਮਾਰਿਆ ਨਹੀਂ, ਅਸੀਂ ਤਾਂ ਉਲਟੇ ਚੱਲ ਗਏ ਸਾਧ ਦੇ ਕੋਲ, ਪਹਿਲਾਂ ਮਾਫ਼ੀਆਂ ਦੇਤੀਆਂ ਸੁਪਰੀਮ ਤਖ਼ਤ ਤੋਂ, ਫਿਰ ਉਹ ਸਾਧ ਕਹਿੰਦਾ ਮੈਂ ਮਾਫ਼ੀ ਮੰਗੀ ਨਹੀਂ, ਫਿਰ ਉਹ ਕਹਿੰਦੇ ਅਸੀਂ ਦਿੱਤੀ ਨਹੀਂ, ਮਲੂਕਾ ਵੀ ਆਹ ਹੋਰ ਸਾਰੇ ਭੂੰਦੜ ਹੋਣੀ ਉੱਥੇ ਲਾਈਨ 'ਚ ਬੈਠੇ ਆ। ਦੱਸੋ ਕਿੱਡੀ ਸ਼ਰਮ ਦੀ ਗੱਲ, ਇਹਨਾਂ ਨਾਲੋਂ ਤੇ ਸਾਡੇ ਸਿੱਖ ਲੀਡਰਾਂ ਨਾਲੋਂ ਤੇ ਉਹ ਜੱਜ ਵਧਾਈ ਦਾ ਪਾਤਰ ਆ। ਮੈਂ ਤਾਂ ਕਹਿੰਦਾ ਸਤਿਗੁਰੂ ਨੂੰ ਚੜ੍ਹਦੀ ਕਲਾ 'ਚ ਰੱਖੇ, ਇਹੋ ਜਿਹਾ ਸਿਸਟਮ ਬਣੇ ਸਾਡੇ 84 ਦਾ। ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਵਿਵਾਕ ਹੋ ਕੇ ਗੱਲ ਕੀਤੀ ਹੈ ਔਰ ਧੰਨਵਾਦ ਤੁਹਾਡਾ। ਇਹ ਵਿਚਾਰ ਜਿਹੜੇ ਵੀ ਸੱਜਣ ਟੈਲੀਫੋਨ ਕਰਦੇ ਉਹਨਾਂ ਦੇ ਆਪਣੇ, ਮੈਂ ਗੱਲ ਸਾਂਝੀ ਕਰ ਲਵਾਂ ਪਹਿਲਾਂ ਚੌਹਾਨ ਸਾਹਿਬ ਦੇ ਕੋਲ ਜਾਣ ਤੋਂ ਪਹਿਲਾਂ ਕਿ ਹਰ ਜਥੇਬੰਦੀ ਦੇ ਵਿੱਚ, ਹਰ ਕੌਮ ਦੇ ਵਿੱਚ, ਹਰ ਭਾਈਚਾਰੇ 'ਚ ਦੋ ਤਰ੍ਹਾਂ ਦੇ ਬੰਦੇ ਹੁੰਦੇ। ਮੈਨੂੰ ਕਵਿਤਾ ਯਾਦ ਆ ਗਈ, ਇਹ ਦਰਸ਼ਨ ਸਿੰਘ ਵਾਲਾ ਦੀ ਲਿਖੀ, ਬਹੁਤ ਪੁਰਾਣੀ, ਉਹ ਕਹਿੰਦਾ ਜੇਬਾਂ ਭਰਨ ਤਾਂ ਹੋਰ ਅਕਾਲੀ, ਜੇਲ੍ਹਾਂ ਭਰਨ ਤਾਂ ਹੋਰ, ਮਾਰ ਖਾਣ ਤਾਂ ਹੋਰ ਅਕਾਲੀ, ਮਾਰ ਖਾਣ ਤਾਂ ਹੋਰ। ਕਹਿੰਦਾ ਅਕਾਲੀ ਹੈਗੇ ਆ ਸਾਰੇ ਹੀ, ਪਰ ਅਕਾਲੀ ਵੱਖਰੇ ਵੱਖਰੇ ਤਰ੍ਹਾਂ ਦੇ ਹੁੰਦੇ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਗੱਲ ਦੁਹਰਾਉਂਦੇ ਹੁੰਦੇ ਸੀ, ਕਹਿੰਦੇ ਮੈਂ ਵੀ ਅਕਾਲੀ ਹਾਂ ਪਰ ਮੈਂ ਅਕਾਲੀ ਹਾਂ ਅਕਾਲ ਪੁਰਖ ਦਾ ਮੰਨਣ ਵਾਲਾ ਤਾਂ ਕਰਕੇ ਅਕਾਲੀ ਹਾਂ, ਮੈਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਮੈਂ ਅਕਾਲੀ ਹਾਂ, ਮੈਂ ਅਕਾਲੀ ਫੂਲਾ ਸਿੰਘ ਦਾ ਵਾਰਸ ਹਾਂ ਤਾਂ ਅਕਾਲੀ ਹਾਂ,
ਪਰ ਆਹ ਜਿਹੜੇ ਦੂਜੇ ਅਕਾਲੀ ਆ ਇਹ ਅਕਾਲੀ ਨਹੀਂ ਰਹੇ ਹੁਣ, ਇਹਨਾਂ ਦੇ ਮੂਹਰੇ ਐੜਾ ਲਾ ਦੇਣਾ ਚਾਹੀਦਾ ਅਕਾਲੀ ਬੰਦਾ। ਸੋ ਦੋ ਤਰ੍ਹਾਂ ਦੇ ਲੋਕ ਨੇ ਪੂਰੀ ਜਥੇਬੰਦੀ ਨੂੰ, ਨਹੀਂ ਆਪਾਂ ਕਹਿ ਸਕਦੇ ਉਹਨਾਂ ਦੇ ਬਹੁਤ ਸਾਰੇ ਵਿੰਗ ਜਿਹੜੇ ਕੁਰਬਾਨੀ ਦੇ ਰਸਤੇ 'ਤੇ ਖੜ੍ਹੇ, ਸਰਦਾਰ ਸਿਮਰਜੀਤ ਮਾਨ ਹੋਣੀ ਬਹੁਤ ਵੱਡੀ ਕੁਰਬਾਨੀ ਦੇ ਰਸਤੇ 'ਤੇ ਖੜ੍ਹਾ, ਇੱਦਾਂ ਇੰਗਲੈਂਡ ਦੀ ਧਰਤੀ 'ਤੇ ਗੁਰਦੇਵ ਸਿੰਘ ਚੌਹਾਨ ਹੋਣੀ ਆਪਣੇ ਵੱਖਰੇ ਤੌਰ 'ਤੇ ਖੜ੍ਹਾ। ਪਰ ਇੱਕ ਗੱਲ ਜਿਹੜੀ ਨਾਲ ਨਾਲ ਮੈਂ ਕਹਿੰਦਾ, ਜਿਹੜੇ ਨਾ ਜਿਹੜੀ ਮੇਨ ਸਟਰੀਮ ਦੀ ਨਿਊਜ਼ ਆ ਜੀ, ਮੈਨੂੰ ਪੀ ਟੀ ਸੀ ਦੇਖਣ ਦਾ ਮੌਕਾ ਮਿਲਿਆ ਚੌਹਾਨ ਸਾਹਿਬ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਕਦੇ, ਬਾਹਰ ਵੀ ਖੜ੍ਹਾ ਦੇਖਿਆ ਹੁਣ, ਕਿ ਜਿਹੜੇ ਜੀ ਕੇ ਸਿਰਸਾ ਹੋਣੀ ਦਿੱਲੀ ਵਾਲਿਆ, ਮੈਂ ਹਿੱਤ ਨੂੰ ਸੁਣਿਆ, ਇੱਥੇ ਸੁਣਿਆ ਜੀ, ਅਵਤਾਰ ਸਿੰਘ ਹਿੱਤ ਜੀ ਉਹਨਾਂ ਨੇ ਕਿਹਾ ਵੀ ਇਹ ਬੰਦੇ ਨੂੰ ਤਾਂ ਸਾਧ ਗਾਣ ਦੀ ਨਹੀਂ ਲੋੜ, ਉਹਨਾਂ ਨੇ ਸ਼ਬਦ ਬੜੇ ਸਖਤ ਵਰਤੇ, ਰਾਮ ਰਹੀਮ ਬਾਬਾ, ਕਿਉਂਕਿ ਇਹ ਤਾਂ ਕੰਜਰ ਆ, ਬਿਲਕੁਲ ਇਹ ਸ਼ਬਦ ਉਹਨਾਂ ਦੇ ਅਕਾਲੀਆਂ ਦੇ ਵਰਤੇ ਹੋਏ। ਸੋ ਇੱਦਾਂ ਦੀ ਗੱਲ ਵੀ ਜਿਹੜੀ ਮੇਨ ਸਟ੍ਰੀਮ ਦੀ ਨਿਊਜ਼ ਇੱਦਾਂ ਦੀ ਆ, ਪਰ ਜਿਹੜੀ ਸੋਸ਼ਲ ਮੀਡੀਆ ਦੀ ਨਿਊਜ਼ ਆ ਉਹਦੇ 'ਤੇ ਸ਼ਾਇਦ ਆਪਾਂ ਬਹੁਤ ਐਤਵਾਰ ਨਾ ਕਰੀਏ, ਮੈਨੂੰ ਲੌਜਿਕ ਨਹੀਂ ਬਣਦਾ ਲੱਗਦਾ। ਪਰ ਫਿਰ ਵੀ ਸੰਗਤ ਟੈਲੀਵਿਜ਼ਨ ਉਹਦੀ ਪੜਤਾਲ ਕੀਤੀ ਜਾਊਗੀ, ਉਹਦੇ ਬਾਰੇ ਜੋ ਵੀ ਸੱਚ ਹੋਇਆ ਸਾਰਾ ਸਾਹਮਣੇ ਕੀਤਾ ਜਾਊਗਾ। ਇਹ ਗੱਲ ਇਹ ਮੂਹਰੇ ਆ ਜਾਣੀ ਆ, ਸਜ਼ਾ ਹੋਈ ਆ ਤੇ ਉਹਨਾਂ ਨੇ ਬੜੀ ਭੰਨ ਤੋੜ ਕੀਤੀ ਆ, ਬੜੇ ਹਾਲਾਤ ਉੱਥੋਂ ਦੇ ਪੰਜਾਬ ਹਰਿਆਣਾ ਦਿੱਲੀ ਤੱਕ ਦੇ ਈਵਨ ਯੂਪੀ ਤੱਕ ਬੜੇ ਮਾਰੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਬਾਰੇ ਕਹਿਣਾ ਚਾਹੁੰਦੇ ਆ, ਸਭ ਤੋਂ ਵੱਡੀ ਨਾਕਾਮੀ ਹੈਗੀ ਆ ਜੀ ਹਰਿਆਣਾ ਸਰਕਾਰ ਦੀ ਹੈ ਜੀ। ਹਰਿਆਣਾ ਦੀ ਖੱਟਰ ਸਰਕਾਰ, ਮੋਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ ਜੀ, ਇਹ ਬਾਦਲ ਹੋਣਾ ਦੇ ਮੂੰਹ ਤੇ ਚਪੇੜ ਵੱਜੀ ਹੈ ਬਹੁਤ ਵੱਡੀ ਅੱਜ ਜੀ। ਹਾਂ, ਇਹ ਬਾਦਲ ਹੋਣਾ ਦਾ ਪਾਲਿਆ ਹੋਇਆ ਗੁੰਡਾ ਸੀਗਾ, ਇਹ ਸਾਰੇ ਅਕਾਲੀਆਂ ਦੇ ਮੂੰਹ ਤੇ ਚਪੇੜ ਹੈ ਜੀ। ਅਸੀਂ ਵੀ ਕੱਟਰ ਕਾਲੀ ਸੀ ਕਿਸੇ ਟਾਈਮ, ਪਰ ਹੁਣ ਨਹੀਂ ਹੈ ਜੀ। ਇਹ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਗ ਲਾਈ ਸੀ ਇਸ ਬੰਦੇ ਨੇ, ਉਹਦਾ ਇਹਨੂੰ ਨਤੀਜਾ ਮਿਲਿਆ। ਇਹ ਬਲਾਤਕਾਰੀ ਬਾਬਾ ਜੀ ਦੇ ਕਾਲੀ ਜਾ ਕੇ ਪੈਰ ਫੜਦੇ ਸੀ, ਕਹਿੰਦੇ ਸਾਨੂੰ ਵੋਟਾਂ ਪਾਓ, ਬਲਾਤਕਾਰੀ ਦੇ ਪੈਰ ਫੜਦੇ ਸੀ ਬਾਦਲ ਹੁਣੀ ਜਾ ਕੇ ਜੀ। ਅੱਜ ਉਹਨੂੰ ਸਜ਼ਾ ਮਿਲੀ ਆ, ਇਹ ਬਹੁਤ ਵੱਡੀ ਗੱਲ ਆ। ਔਰ ਉਸ ਕੁੜੀ ਮਾਸੂਮ ਨੂੰ ਇਹ ਅੱਜ ਉਹਨੂੰ ਅੱਜ ਇਨਸਾਫ਼ ਮਿਲਿਆ, ਇਹ ਸਾਡੀ ਇੱਥੋਂ ਸਾਬਿਤ ਹੁੰਦਾ ਸਾਡੀਆਂ ਸਰਕਾਰਾਂ, ਸਾਡਾ ਪ੍ਰਸ਼ਾਸਨ ਝੂਠਾ, ਸਾਡੀਆਂ ਕੋਰਟਾਂ ਦੇ ਵਿੱਚ ਅਜੇ ਵੀ ਥੋੜ੍ਹਾ ਬਹੁਤਾ ਇਨਸਾਫ਼ ਹੈ। ਤੇ ਕੋਰਟਾਂ ਸਾਡੀ ਵਿੱਚ ਇਨਸਾਫ਼ ਹੈ, ਜਿਹੜੇ ਜੱਜ ਨੇ ਫੈਸਲਾ ਕੀਤਾ ਕੋਰਟ ਨੇ ਇਨਸਾਫ਼ ਦਿੱਤਾ, ਉਹਦੇ ਬਾਰੇ ਵੀ ਕੋਈ ਗੱਲ ਕਰਨੀ ਚਾਹੋਗੇ ਜੀ? ਵੀਰ ਜੀ, ਇਹ ਇੱਕ ਗੱਲ ਜਿਹੜੀ ਬੜੀ ਲੋਕਾਂ ਦੇ ਮਨਾਂ 'ਚ ਜੀ, ਖਾਸ ਤੌਰ 'ਤੇ ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਦੀ ਸਪੋਰਟ ਇਹ ਸਰਸਾ ਸਾਹਿਬ ਵੱਲੋਂ ਹੋਈ, ਉਸ ਦਿਨ ਤੱਕ ਖਾਸ ਕਰਕੇ ਦੁਆਬੇ ਅਤੇ ਮਾਝੇ ਦੇ ਲੋਕ ਜਿਹੜੇ ਅਕਾਲੀ ਦਲ ਨਾਲ ਪਹਿਲਾਂ ਇੰਨੇ ਵਿਰੋਧ ਦੇ ਬਾਵਜੂਦ ਵੀ ਜੁੜੇ ਹੋਏ ਸੀਗੇ, ਜਿਸ ਦਿਨ ਸਪੋਰਟ ਹੋਈ ਉਸ ਦਿਨ ਮੈਨੂੰ ਆਪਣਾ ਮੇਰੇ ਸਾਡੇ ਨੇੜੇ ਦਾ ਬੜਾ ਸੱਜਣ ਅਤੇ ਉਹਨੇ ਉਹ ਆਪਣੀ ਕਰ ਰਿਹਾ ਸੀਗਾ ਫੇਸਬੁੱਕ ਦੇ ਉੱਤੇ ਅਕਾਲੀ ਦਲ ਦੇ ਹੱਕ 'ਚ ਵੋਟ ਪ੍ਰਚਾਰ ਦੇ ਲਈ, ਅਤੇ ਜਦੋਂ ਉਹ ਆਈ ਉਹ ਕਹਿੰਦਾ ਇਟਸ ਡਿਸਗ੍ਰੇਸਫੁੱਲ, ਬਿਲਕੁਲ ਕਹਿੰਦਾ ਇੱਦੂ ਬਾਅਦ ਵੱਡੀ ਬੇਸ਼ਰਮੀ ਹੋਰ ਕੋਈ ਨਹੀਂ ਹੋ ਸਕਦੀ। ਮੈਂ ਜਿਹਨੂੰ ਕਿਹਾ ਅਕਾਲੀ ਦਲ ਨੂੰ ਵੋਟ ਪਾਓ ਆਪਣੀ ਮਰਜ਼ੀ ਕਰਨ, ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾ ਰਿਹਾ, ਅਤੇ ਇਹ ਜਿਹੜੀ ਸਿੱਖ ਦੀ ਭਾਵਨਾ ਸੀ, ਇਸੇ ਕਰਕੇ ਸਾਰਾ ਮਾਝਾ ਅਕਾਲੀ ਦਲ ਨੂੰ ਉੱਥੇ ਸੀਟਾਂ ਨਹੀਂ ਮਿਲੀਆਂ, ਔਰ ਸਾਰੇ ਮਾਲਵੇ 'ਚ ਅਕਾਲੀ ਦਲ ਦੀ ਹਾਰ ਬੜੀ ਬੁਰੀ ਤਰ੍ਹਾਂ ਹੋਈ, ਕੁਛ ਗਿਣਤੀਆਂ ਸੀਟਾਂ ਬਚੀਆਂ। ਸੋ ਇਹ ਗੱਲ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਸਮਝਣੀ ਚਾਹੀਦੀ ਸੀ ਬਹੁਤ ਪਹਿਲਾਂ, ਸ਼ਾਇਦ ਕੁਛ ਲੋਕਾਂ ਨੇ ਅਜੇ ਵੀ ਨਹੀਂ ਸਮਝੀ ਜਿਹੜੀ ਇਵੇਂ। ਰਾਣਾ ਜੀ, ਜੇ ਦੇਖਿਆ ਜਾਵੇ ਬਾਦਲ ਦੇ ਮੁਕਾਬਲੇ ਦੇ ਵਿੱਚ ਜਾ ਕੇ ਕੌਣ ਖੜਾ ਹੈ? ਤੁਹਾਡੇ ਸਾਹਮਣੇ ਹੀ ਆ ਜੀ ਬਾਦਲ, ਉਹਨੇ ਮਿਲੀ ਭਗਤ ਸਿੰਘ ਤੂੰ ਮੇਰੇ ਮੁਕਾਬਲੇ 'ਚ ਖੜਾ ਆ ਕੇ ਕੈਪਟਨ ਨੂੰ, ਜੋ ਉਹ ਜਾ ਕੇ ਉੱਥੇ ਖੜੇ ਹੋਏ ਆ ਬਿੱਟੂ ਦੂਏ, ਉਹਦਾ ਮਤਲਬ ਇਹ ਸੀਗਾ ਵੀ ਉਹਨਾਂ ਦੀਆਂ ਵੋਟਾਂ ਭੰਨ ਕੇ ਜਿਹੜੀਆਂ ਉਹ ਸਾਨੂੰ ਚਿਤਾਓ, ਸਾਡੀ ਸਾਡੀ ਸੀਟ ਖਤਰੇ, ਉਹਨਾਂ ਨੂੰ ਪਤਾ ਵੀ ਸਾਡੀ ਸੀਟ ਵੀ ਖਤਰੇ 'ਚ ਹੈਗੀ ਆ। ਹੁਣ ਰਹੀ ਗੱਲ ਇਹ, ਅਸੀਂ ਜਿੰਨਾ ਮਰਜ਼ੀ ਅਕਾਲੀਆਂ ਨੂੰ ਉਹਦੇ ਬਾਰੇ, ਹੁਣ ਮੈਂ ਇੱਕ ਗੱਲ ਪਹਿਲਾਂ ਕਰੀ ਕਰਨਾ ਚਾਹੁੰਦਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ UK ਦਾ ਅਕਾਲੀ ਦਲ ਹੈ, ਸਾਡਾ ਇੰਡੀਪੈਂਡੈਂਟ ਅਕਾਲੀ ਦਲ ਆ, ਆਈ ਐਮ ਨਥਿੰਗ ਟੂ ਬੀ ਦੀ ਬਾਦਲ, ਉੱਥੇ ਦਾ ਮੇਰੇ ਕਿਸੇ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ। ਔਰ ਮੈਂ ਜਿਹਨਾਂ ਵੇਲਿਆਂ ਦੇ ਵਿੱਚ ਇਸ ਅਕਾਲੀ ਦਲ ਦੇ ਨਾਲ ਵੀ ਸੀ, ਜਿਹਨੇ ਮੇਰੇ ਗਿਆਨੀ ਮੁਲਕ ਸਿੰਘ ਹੁੰਦੇ ਸੀ, ਉਦੋਂ ਵੀ ਜੇ ਕੋਈ ਗੱਲ ਹੁੰਦੀ ਮੈਂ ਉਦੋਂ ਵੀ ਇਹਨਾਂ ਦੇ ਡਟ ਕੇ ਖਿਲਾਫ਼ ਬੋਲਦਾ ਹੁੰਦਾ ਸੀਗਾ ਜੇ ਇਹ ਗਲਤ ਕਰਦੇ ਸੀਗੇ। ਸੋ ਮੈਂ ਆਪਣੇ ਇਹ ਸਾਰਿਆਂ ਨੂੰ ਬੇਨਤੀ ਕਰ ਦੇਣਾ ਚਾਹੁੰਦਾ ਵੀ ਮੈਨੂੰ ਕੋਈ ਇਸ ਗੱਲ ਨਹੀਂ ਵੀ ਜੇ ਅਕਾਲੀਆਂ ਤੁਸੀਂ ਬੁਰਾ ਭਲਾ ਕਹਿੰਦੇ ਆ, ਅਕਾਲੀ ਜੇ ਭਾਈ ਜਿਹੜਾ ਬੰਦਾ ਗਲਤ ਅਕਾਲੀ, ਮੈਂ ਕਹਿੰਦਾ ਅਕਾਲੀ ਹਰ ਜਿਹੜਾ ਬੱਚਾ ਜੰਮਣ ਵਾਲਾ ਉਹ ਵੀ ਅਕਾਲੀ ਹੈ, ਜਿਹਨੇ ਅਕਾਲਪੁਰ ਨੂੰ ਮੰਨਣਾ, ਅਕਾਲ ਪੁਰਖ ਦਾ ਜਿਹੜਾ ਪੁਜਾਰੀ ਉਹ ਸਾਰੇ ਅਕਾਲੀ ਹੈ। ਕੱਲ ਲਈ ਇੱਕ ਜੀ, ਹਾਂਜੀ, ਵਾਹਿਗੁਰੂ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜੀਤ ਬੋਲਦੀ ਆ ਵੀਰ ਜੀ, ਲੰਡਨ ਤੋਂ ਬੋਲਦੀ ਆ। ਕੌਣ ਕੌਣ ਜੀ? ਮੈਂ ਹਰਜੀਤ ਬੋਲਦੀ ਆ ਜੀ, ਲੰਡਨ। ਹਾਂਜੀ ਭੈਣ ਜੀ, ਅੱਜ ਦੇ ਸਾਰੇ ਮਸਲੇ ਬਾਰੇ ਕੀ ਕਹਿਣਾ ਚਾਹੋਗੇ?
ਬਹੁਤ ਮਾਲਕ ਦਾ ਲੱਖ ਲੱਖ ਸ਼ੁਕਰੀਆ ਇਸ 25 ਤਰੀਕ ਨੂੰ ਬਹੁਤ ਦੇਰ ਤੋਂ ਉਡੀਕਦੇ ਜੀ ਕਿਉਂਕਿ ਇੱਕ ਭੈਣ ਸਾਡੀ ਇੱਕ ਭੈਣ ਨੂੰ ਇਨਸਾਫ ਮਿਲਿਆ ਮਸੀਹ ਇਨਸਾਫ ਮਿਲਿਆ ਜੀ ਚਾਹੇ ਹੁਣ ਇਹ ਕਿਸੇ ਵੀ ਕੇਸ ਨਾਲ ਸੰਬੰਧਿਤ ਸੀ ਪਰ ਫਿਰ ਵੀ ਜੋ ਇਹਨੇ ਸਾਡੇ ਗੁਰੂ ਦਾ ਇਹ ਨਕਲ ਵੀ ਕੀਤੀ ਸੀ ਅੱਜ 10ਵੇਂ ਪਾਤਸ਼ਾਹ ਨੇ ਇੱਕ ਸਿੱਖ ਦੀ ਡਿਊਟੀ ਲਾਈ ਤਾਂ ਇਨਸਾਫ ਕਰਨ ਲਈ ਜੀ ਦਾਤੇ ਦਾ ਲੱਖ ਲੱਖ ਸ਼ੁਕਰੀਆ ਉਸ ਵੀਰ ਨੂੰ ਸਾਡਾ ਸਲੂਟ ਆ ਉਹਨੇ ਸਾਡਾ ਅੱਜ ਸਿਰ ਬਹੁਤ ਉੱਚੀ ਜੀ ਸਾਰੀ ਸਾਰੇ ਸੰਗਤ ਨੂੰ ਮੈਂ ਤਾਂ ਇਸ ਗੱਲ ਦੀ ਵਧਾਈ ਦਿੰਦੀ ਹਾਂ ਬਹੁਤ ਦੇਰ ਤੋਂ ਇਸ ਗੱਲ ਨੂੰ ਉਡੀਕ ਭਾਰਤੀ ਕੋਰਟ ਭਾਰਤੀ ਅਦਾਲਤ ਨੇ ਜੋ ਫੈਸਲਾ ਕੀਤਾ ਉਹਨੇ ਅੱਜ ਦੁਨੀਆਂ ਭਰ 'ਚ ਇੱਕ ਨਵਾਂ ਰਿਕਾਰਡ ਇੱਕ ਤਰ੍ਹਾਂ ਦਾ ਦੱਸਿਆ ਇਹ ਪਰ ਪਹਿਲਾਂ ਵੀ ਜੀ ਮੈਂ ਜਦੋਂ ਕਿਤੇ ਜੁਡੀਸ਼ੀ ਦੇ ਫੈਸਲੇ ਦੀ ਗੱਲ ਕਰਦਾ ਹਾਂਜੀ ਮੈਨੂੰ ਜੀ ਬਹੁਤ ਪੁਰਾਣੇ ਅਕਾਲੀ ਲੀਡਰ ਸੀ ਆਤਮਾ ਸਿੰਘ ਯਾਦ ਆ ਜਾਂਦੇ ਹੁੰਦੇ ਹਾਂਜੀ ਉਹ ਕਹਿੰਦੇ ਯਾਰ ਬਾਕੀ ਸਾਰੇ ਆਪਣੀ ਜਾਤੀਆਂ ਹੋ ਰਹੀਆਂ ਉਦੋਂ ਵੀ ਜਾਤੀਆਂ ਹੋ ਰਹੀਆਂ ਸੀ ਸੰਤ ਜਨਾਬ ਸਿੰਘ ਪਿੰਡਾਂ ਵਾਲੇ ਦੀ ਗ੍ਰਿਫਤਾਰ ਜੀ ਸਾਰਾ ਕੁਛ ਉਹ ਕਹਿੰਦੇ ਵੀ ਤੁਸੀਂ ਸਾਰਾ ਕੁਛ ਕਰਨ ਨਾਲੋਂ ਕੋਰਟ ਦਾ ਫੈਸਲਾ ਲਾਓ ਜੀ ਕੋਰਟ 'ਤੇ ਸਾਨੂੰ ਅਜੇ ਵੀ ਵਿਸ਼ਵਾਸ ਆ ਅਤੇ ਵੀ ਕੋਰਟ ਜੋ ਕਰੂਗੀ ਠੀਕ ਕਰੂਗੀ ਅਤੇ ਉਦੋਂ ਤੋਂ ਲੈ ਕੇ ਤਕਰੀਬਨ ਤਕਰੀਬਨ ਕੋਰਟ ਨੇ ਆ 84 ਵਾਲਾ ਦਿੱਲੀ ਵਾਲਾ ਛੱਡ ਕੇ ਥੋੜ੍ਹਾ ਜਿਹਾ ਉਹਦੇ 'ਚ ਗੱਲ ਨਹੀਂ ਹੋ ਸਕੀ ਪੂਰੀ ਬਾਕੀ ਪੀਲੀ ਭੀਤ ਦੇ ਵਿੱਚ ਇੱਕ ਹੋਇਆ ਸੀਗਾ ਕੇਸ ਉਹ 10-12 ਸਾਲ ਕੇਸ ਚੱਲਦਾ ਰਿਹਾ ਹਾਂਜੀ ਇਹ ਸਿੱਖ ਪੰਜਾਬ ਦੇ ਸਿੱਖ ਯਾਤਰੂ ਸੀਗੇ ਉਹ ਨਾਨਕ ਮਤੀ ਦੀ ਯਾਤਰਾ ਗੁਰਮਤ ਦੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਗਏ ਸੀਗੇ ਪੁਲਿਸ ਨੇ ਉੱਥੋਂ ਦੀ ਫੜ ਕੇ ਉਹਨਾਂ ਨੂੰ ਪੁਲਿਸ ਮੁਕਾਬਲਾ ਬਣਾ ਦਿੱਤਾ ਪਰ ਉਹ 11 ਬੰਦਿਆਂ ਦੇ ਵਿੱਚ 41 ਪੁਲਿਸ ਅਫਸਰ ਪੂਰੀ ਪਾਰਟੀ ਵੱਡੇ ਅਫਸਰਾਂ ਤੱਕ SSB ਤੱਕ ਜਿਹੜੀ ਸੀ ਜੇਲ੍ਹ ਬਰਬਾਦ ਕਰ ਦਿੱਤੇ ਗਏ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਪੂਰੀ ਬਗਾਵਤ ਦੇ ਬਾਵਜੂਦ ਕਿਉਂਕਿ ਪੂਰਾ ਪੁਲਿਸ ਦਾ ਮਹਿਕਮਾ ਉਸ ਬਗਾਵਤ ਦੇ ਖੜਾ 41 ਪੁਲਿਸ ਅਫਸਰ ਸੀਗੇ ਉਹਦੇ ਸਾਰੇ ਪਰ ਕੋਰਟ ਨੇ ਕਿਹਾ ਨਹੀਂ ਉੱਥੇ ਵੀ ਇੱਦਾਂ ਦੇ ਤੋੜਭੰਨ ਵੀ ਕੀਤੀ ਗਈ ਕੋਰਟ ਦੇ ਅੰਦਰ ਵੀ ਤੋੜਭੰਨ ਕੀਤੀ ਗਈ ਜੱਜ ਦੀ ਕੁਰਸੀ ਦੇ ਉੱਤੇ ਤੱਕ ਵੀ ਹਮਲਾਵਰ ਹੋਣ ਦੀ ਕੋਸ਼ਿਸ਼ ਕੀਤੀ ਗਈ ਦੋਸ਼ੀ ਦੇ ਕਟਹਿਰੀਆਂ 'ਚੋਂ ਵੀ ਪਰ ਜੱਜ ਕਹਿੰਦਾ ਨਹੀਂ ਕਾਨੂੰਨ ਆ ਕਹਿੰਦਾ ਕਿ ਤੁਹਾਨੂੰ ਜੇਲ੍ਹ 'ਚ ਜਾਣਾ ਚਾਹੀਦਾ ਤਾਂ ਭੇਜਿਆ ਉਹਨਾਂ ਨੇ ਸੋ ਜਿਹੜੀ ਭਾਰਤੀ ਜੁਡੀਸ਼ਰੀ ਆ ਉਹਦੇ ਉੱਤੇ ਇੱਕ ਗੱਲ ਜ਼ਰੂਰ ਸਾਨੂੰ ਇਸ ਗੱਲ ਦਾ ਮਾਣ ਉਸ ਪੀਲੀ ਭੀਤ ਦੇ ਫੈਸਲੇ ਨੂੰ ਵੀ ਦਿੱਤਾ ਸੀ ਅਤੇ ਇਸ ਨੇ ਵੀ ਦਿੱਤਾ ਕਿ ਜੇ ਕਿਤੇ ਉਹਦੇ ਤੱਕ ਗੱਲ ਪਹੁੰਚ ਜਾਵੇ ਠੀਕ ਤਰ੍ਹਾਂ ਕੇਸ ਲੜੇ ਜਾਣ ਠੀਕ ਤਰ੍ਹਾਂ ਲੌਬੀ ਕੀਤੀ ਜਾਵੇ ਠੀਕ ਤਰ੍ਹਾਂ ਦੇ ਵਕੀਲ ਕੀਤੇ ਜਾਣ ਅਤੇ ਉੱਥੇ ਫੈਸਲੇ ਗਲਤ ਨਹੀਂ ਹੁੰਦੇ ਸੋ ਇਹ ਜਿਹੜੀ ਗੱਲ ਹੈ ਇੱਕ ਪੋਜ਼ਿਟਿਵ ਗੱਲ ਹੈ ਜਿਹੜੀ ਸਾਡੇ ਸਾਰਿਆਂ ਦੇ ਇਹ ਸਾਹਮਣੇ ਆਈ ਹੈ ਰਾਣਾ ਜੀ ਦੇਖੋ ਬੜੀ ਕਲੀਅਰ ਗੱਲ ਹੈਗੀ ਆ ਵੀ ਇਹ ਇੱਦਾਂ ਜਿਹੜੇ ਜੱਜ ਹੁੰਦੇ ਨਾ ਵੀ ਮੈਂ ਕਿਉਂਕਿ ਸਾਡੇ ਆਪਣੇ ਮੇਰਾ ਕਾਕਾ ਉਹ ਇਸ ਲਾਈਨ ਦੇ ਵਿੱਚ ਹੈਗਾ ਉਹ ਕਈ ਵਾਰ ਗੱਲਬਾਤ ਕਰਨ ਦੇ ਮੌਕਾ ਮਿਲਦਾ ਕਹਿੰਦਾ ਬਹੁਤ ਡੈਡ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਜਾਣੀ ਦੀ ਬਹੁਤ ਵਿਚਾਰਨੀਆਂ ਪੈਣੀਆਂ ਔਰ ਸਿਕਿਉਰਿਟੀ ਵਾਈਜ਼ ਵੀ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਨਾ ਵੀ ਲਈਏ ਨਾ ਉਹ ਆਪਣੇ ਇੱਥੇ ਦੀ ਪੁਲਿਸ ਵੀ ਉਹ ਉਹਨਾਂ ਨੂੰ ਵਾਚ ਕਰਦੀ ਹੈਗੀ ਆ ਅੱਛਾ ਉਹ ਕਾਰਨ ਇਹ ਮੈਂ ਕਹਿੰਦਾ ਵੀ ਐਡਾ ਬੜਾ ਫੈਸਲਾ ਸਰਦਾਰ ਨੇ ਲਿਆ ਔਰ ਐਡਾ ਬੜਾ ਔਰ ਉਹਦੇ 'ਤੇ ਖਰਾ ਕਿੰਨਾ ਕੁ ਪ੍ਰੈਸ਼ਰ ਹੋਊਗਾ ਬਹੁਤ ਵੱਡਾ ਔਰ ਪ੍ਰੈਸ਼ਰ ਹੋਊਗਾ ਔਰ ਮੈਂ ਕਹਿੰਦਾ ਉਸ ਬੰਦੇ ਨੇ ਜਿੱਦਾਂ ਨਾ ਬਈ ਹੈਗਾ ਬਈ ਮੈਂ ਨਾ ਝੁਕੂੰਗਾ ਅਤੇ ਨਾ ਮੈਂ ਟੁੱਟੂੰਗਾ ਤਾਂ ਮੈਂ ਜਿੱਥੇ ਖੜਾ ਮੈਂ ਖੜਾ ਔਰ ਕਾਕੇ ਦਿਖਾ ਦਿੱਤਾ ਔਰ ਰਹੀ ਗੱਲ ਇਹ ਵੀ ਮੈਂ ਦੂਜੀ ਇਹ ਗੱਲ ਕਹਿ ਦੇਵਾਂ ਜਿਹਨੇ ਗੁਰੂ ਸਾਹਿਬ ਦੇ ਨਾਲ ਉਸ ਸੱਚੀ ਦੀ ਸੁੱਚੀ ਆਤਮਾ ਦੇ ਜਿਹਨੇ ਸਵਾਂਗ ਰਚਣੇ ਨਾ ਇਹ ਮੈਂ ਤੁਹਾਨੂੰ ਦੱਸ ਦਿੰਦੇ ਹਾਂ ਉੱਥੇ ਦੇਰ ਜ਼ਰੂਰ ਆ ਅੰਧੇਰ ਨਹੀਂ ਉਹਦਾ ਇੱਕ ਦਿਨ ਆਉਣੀ ਆ ਬਿਲਕੁਲ ਬਿਲਕੁਲ ਵਾਹਿਗੁਰੂ ਜਿਹੜੀ ਉੱਥੇ ਡੇਰਾ ਪ੍ਰੇਮੀਆਂ ਨੇ ਏਡੀ ਤੋੜਭੰਨ ਕੀਤੀ ਪੰਚਕੂਲਾ ਦੇ ਵਿੱਚ ਚੰਡੀਗੜ੍ਹ 'ਚ ਪੰਜਾਬ 'ਚ ਹਰਿਆਣਾ 'ਚ ਤਕਰੀਬਨ 25 ਤੋਂ ਉੱਤੇ ਬੰਦੇ ਹੁਣ ਤੱਕ ਮਰ ਚੁੱਕੇ ਜਿਹੜੀਆਂ ਖਬਰਾਂ ਆਈਆਂ ਸੈਂਕੜੇ ਬੰਦੇ ਹਸਪਤਾਲਾਂ 'ਚ ਘਾਇਲ ਹੋਏ ਜ਼ਖਮੀ ਪਏ ਆ ਲੱਖਾਂ ਕਰੋੜਾਂ ਕਰੋੜਾਂ ਰੁਪਏ ਦੀ ਜਿਹੜੀ ਪ੍ਰੋਪਰਟੀ ਆ ਉਹ ਸਾੜ ਦਿੱਤੀ ਗਈ ਆ ਸੈਂਕੜੇ ਬੱਸਾਂ ਸਾੜ ਦਿੱਤੀਆਂ ਗਈਆਂ ਸੈਂਕੜੇ ਮੋਟਰਸਾਈਕਲ ਸਕੂਟਰ ਸਾੜ ਦਿੱਤੇ ਗਏ ਜਿਹੜੀ ਮੀਡੀਆ ਦੀਆਂ ਬੱਸਾਂ ਸੀ ਆਜ ਤੱਕ ਦੀ ਜਿਹੜੀ ਓਪਰੇਸ਼ਨਲ ਬੱਸ ਸੀਗੀ ਉਹਨੂੰ ਸਾੜ ਦਿੱਤਾ ਗਿਆ NDTV ਦੀ ਬੱਸ ਸਾੜੀ ਗਈ ABP ਦੀ ਬੱਸ ਸਾੜੀ ਗਈ ਜਿਹੜਾ ਮੀਡੀਆ ਨੂੰ ਨੁਕਸਾਨ ਪਹੁੰਚਾਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡੇਰਾ ਪ੍ਰੀਮੀਅਰ ਵੱਲੋਂ ਕੀਤਾ ਗਿਆ ਗਿਣਮਿਤ ਕੇ ਕੀਤਾ ਗਿਆ ਅੱਛਾ ਜਿਹੜਾ ਨੁਕਸਾਨ ਹੋਇਆ ਹੁਣ ਤੱਕ ਹਾਂਜੀ ਇਹ ਤਾਂ ਡੇਰਾ ਜ਼ਿੰਮੇਵਾਰ ਆ ਜੀ ਪੂਰਾ ਸਾਰੇ ਜੀ ਸੋ ਤੁਹਾਡੇ ਡੇਰੇ ਦੀ ਪ੍ਰੋਪਰਟੀ ਨੂੰ ਨਿਲਾਮ ਕਰਕੇ ਉਹ ਜਿਹੜਾ ਸਾਰਾ ਕੁਛ ਵਸੂਲ ਕਰਕੇ ਲੋਕਾਂ ਨੂੰ ਦੇਣਾ ਚਾਹੀਦਾ ਉੱਥੋਂ ਤੁਹਾਡਾ ਖਿਆਲ ਹੈ ਹਾਂਜੀ ਵੇਚ ਕੇ ਦੇਣਾ ਚਾਹੀਦਾ ਸੜਕ ਨੂੰ ਦੇਣਾ ਜਿਹੜਾ ਬੰਦਾ ਰੋਟੀ ਖਾਣ ਦਾ ਗਰੀਬ ਜਿਹਦਾ ਗਰੀਬ ਦਾ ਬਿਜਨਸ ਚਲਾ ਗਿਆ ਉਹਨੂੰ ਮਿਲਣਾ ਚਾਹੀਦਾ ਸਾਰਾ ਕੁਛ ਜੀ ਤੇ ਹੋਰ ਕੁਛ ਕਹਿਣਾ ਚਾਹੋਗੇ ਅੱਜ ਦੇ ਇਸ ਮਸਲੇ ਬਾਰੇ
ਹੋਰ ਮੈਂ ਇਹ ਕਹਿੰਦਾ ਵੀ ਜਦੋਂ ਅੱਗੇ ਆਪਣੇ ਜਹੇਦਾਰਾਂ ਨੇ ਫੈਸਲਾ ਕੀਤਾ ਸੀਗਾ, ਹਾਂਜੀ, ਉਹਨੂੰ ਮਾਫ਼ੀਨਾਮਾ ਦਿੱਤਾ ਸੀ, ਹਾਂਜੀ, ਖੜਾ ਹੋਣਾ ਚਾਹੀਦਾ। ਅੱਜ ਵੀ ਪੂਰੀ ਕੌਮ ਇੱਕ ਮੁੱਠ ਹੋ ਕੇ ਖੜੀ ਆ ਕਿ ਜਿਹੜਾ ਇਹ ਟਕਰਾਅ ਹੈ ਡੇਰਾ ਡੇਰੇ ਦੇ ਲੋਕਾਂ ਦਾ ਸਰਕਾਰ ਨਾਲ ਹੈ ਜਾਂ ਡੇਰੇ ਸਾਧ ਦਾ, ਜਿਹੜਾ ਜਿਹਨੂੰ ਸਾਧ ਕਹਿਣ ਲੱਗਿਆ ਵੀ ਤਾਂ ਸ਼ਰਮ ਮਹਿਸੂਸ ਹੁੰਦੀ ਆ, ਇਹ ਬਦਮਾਸ਼ ਬੰਦਾ ਜਿਹੜਾ ਕੋਰਟ ਦਾ ਉਹਦਾ ਫੈਸਲਾ ਕਰ ਰਹੀ ਆ, ਗਿਲਟੀ ਹੋ ਗਿਆ, ਦੋਸ਼ੀ ਹੋ ਗਿਆ, ਹੁਣ ਦੋਸ਼ੀ ਸਾਬਤ ਹੋ ਗਿਆ, ਉਹਨੂੰ ਦੋਸ਼ੀ ਕਿਹਾ ਜਾ ਸਕਦਾ, ਉਹਨੂੰ ਬਲਾਤਕਾਰੀ, ਉਹ ਬਲਾਤਕਾਰੀ ਸਾਧ ਆ, ਉਹ ਬਲਾਤਕਾਰੀ ਸਾਧ ਦਾ ਕੋਰਟ ਨੇ ਫੈਸਲਾ ਕਰਨਾ, ਸੋ ਸਿੱਖਾਂ ਨੂੰ ਵਿੱਚ ਨਹੀਂ ਬੜਾ ਕੁਛ ਆਉਣਾ ਚਾਹੀਦਾ ਉਹਦੇ ਲਈ। ਹਾਂਜੀ, ਮੈਂ ਤਾਂ ਕਹਿੰਦਾ ਹੁਣ ਜਥੇਦਾਰ ਨੂੰ ਵੀ ਆਪਣਾ ਸੋਚੇ ਫੈਸਲਾ ਕਰਨਾ ਚਾਹੀਦਾ। ਬਿਲਕੁਲ ਬਿਲਕੁਲ, ਤੁਹਾਡਾ ਬਹੁਤ ਬਹੁਤ ਵੀਰ ਜੀ ਧੰਨਵਾਦ, ਔਰ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਅਮਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ। ਇੱਥੇ ਇੱਕ ਗੱਲ ਜਿਹੜੀ ਖਾਸ ਲੋਕਾਂ ਦਾ ਜਿਹੜਾ ਰੋਹ ਆ ਉਹ ਇਹ ਵੀ ਹੈ ਕਿ ਜਿਹੜੇ ਆਮ ਕਹਿੰਦੇ ਸੁਣੇਗਾ ਲੋਕ, ਜਿਹੜੇ ਲੋਕ ਉਹਨਾਂ ਦੇ ਡੇਰੇ 'ਚ ਜਾਂਦੇ ਸੀ, ਇਹਦਾ ਮਤਲਬ ਬਲਾਤਕਾਰੀ ਸਾਹਿਬ 'ਤੇ ਜਾ ਕੇ ਪੈਰੀ ਪੈਂਦੇ ਸੀ, ਉਹ ਜਿਹੜੇ ਲੀਡਰ ਜਾਂਦੇ ਸੀ ਖਾਸ ਤੌਰ ਦੇ ਉੱਤੇ, ਆਮ ਲੋਕ ਤਾਂ ਜਾਣ ਹੀ ਜਾਣ, ਪਰ ਜਿਹੜੇ ਲੀਡਰ ਜਾਂਦੇ ਸੀ, ਜਿਹੜੇ ਧਾਰਮਿਕ ਆਗੂ ਜਾਂਦੇ ਸੀ, ਬੇਸ਼ੱਕ ਉਹ ਕਿਸੇ ਵੀ ਕਲਟ ਦੇ ਹੋਣ, ਬੇਸ਼ੱਕ ਨਾਮਧਾਰੀ ਕਲਟ ਦੇ ਹੋਣ, ਕਿਉਂਕਿ ਉਹਨਾਂ ਦੇ ਵੀ 5-7 ਬੰਦੇ ਗਏ ਇਕੱਠੇ ਹੋ ਕੇ, ਔਰ ਉਹਨਾਂ ਦੇ ਅੰਦਰ ਵੀ ਇੱਕ ਬਗਾਵਤ ਉੱਠੀ, ਅਕਾਲੀ ਦਲ ਦੇ ਵੀ ਕੁਛ ਬੰਦੇ ਗਏ ਉਹਨਾਂ ਦੇ ਖਿਲਾਫ਼ ਵੀ ਇੱਕ ਬਗਾਵਤ ਉੱਠੀ, ਔਰ ਇੱਦਾਂ ਹੀ ਕੁਛ ਕਾਂਗਰਸ ਦੇ ਬੰਦੇ, ਭਾਜਪਾ ਦੇ ਬੰਦੇ, ਬਾਕੀ ਸ਼੍ਰੇਣੀਆਂ ਦੇ ਬੰਦੇ ਜਿਹੜੇ ਜਾਂਦੇ ਰਹੇ ਕਿ ਉਹਨਾਂ ਦੇ ਖਿਲਾਫ਼ ਵੀ ਇੱਕ ਲੋਕ ਸਰਕਾਰ, ਬੇਸ਼ੱਕ ਕੋਰਟਾਂ ਨਹੀਂ ਫੈਸਲਾ ਕਰ ਸਕਦੀਆਂ ਹੁੰਦੀਆਂ, ਪਰ ਲੋਕ ਮੂਵਮੈਂਟ ਉਹਨਾਂ ਦੇ ਖਿਲਾਫ਼ ਇੱਕ ਉੱਠਣੀ ਚਾਹੀਦੀ ਆ। ਚੌਹਾਨ ਜੀ, ਤੁਹਾਡਾ ਖਿਆਲ? ਦੇਖੋ, ਉੱਠਣੀ ਚਾਹੀਦੀ ਲਾਜ਼ਮੀ, ਦੇਖੋ ਮੇਰੀ ਗੱਲ ਸੁਣੋ, ਜਿਹੜੀ ਪਾਰਟੀ, ਪੋਲੀਟੀਕਲ ਪਾਰਟੀ ਹੈਗੀਆਂ, ਕੋਈ ਹੋਵੇ ਕਾਂਗਰਸ, ਕੋਈ ਹੋਵੇ ਅਕਾਲੀ, ਕੋਈ ਹੋਵੇ ਕਾਂਗਰਸ, ਹੋਵੇ ਵਾਟ ਐਵਰ ਇਟ ਇਜ਼, ਕੋਈ ਵੀ ਹੋਵੇ ਜੀ, ਜਿਹੜਾ ਬੰਦਾ ਜਿਸ ਸਟੇਟ ਦੇ ਵਿੱਚ ਜੰਮਿਆ ਉਹਦਾ ਉਸ ਬਹੁਦਾਰ ਹੋਣਾ ਚਾਹੀਦਾ ਉਸ ਮਿੱਟੀ ਦਾ। ਮੈਂ ਇਹ ਕਹਿੰਦਾ ਵੀ ਜੇ ਜਿੰਨੇ ਵੀ ਮੈਂ ਇਹ ਗਿਣੇ, ਜਿੰਨੇ ਜਿਹੜੀ ਵੀ ਪਾਰਟੀ ਮਰਜ਼ੀ ਬਿਲੋਂਗ ਕਰਦੇ, ਅਸੀਂ ਜੋ ਕੁਛ ਵੀ ਆਪਣੇ ਕਾਰ ਵਿਹਾਰ ਕਰਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਹਾਂ, ਔਰ ਬੱਚੇ ਬੱਚੇ ਦੇ ਆਨੰਦਗਾਰ ਕਰਦੇ ਹਾਂ, ਵੀ ਕੋਈ ਸਾਡਾ ਕੋਈ ਗਮੀ ਖੁਸ਼ੀ ਦਾ ਹੋਵੇ ਅਸੀਂ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਰਦੇ ਹਾਂ, ਔਰ ਦਸਾਂ ਪਛੀਆਂ ਯਕੀਨ ਕਰਦੇ ਹਾਂ। ਹਾਂਜੀ ਹਾਂਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੌਣ ਸਾਹਿਬ ਬੋਲ ਰਿਹਾ, ਕਿੱਥੋਂ ਬੋਲ ਰਿਹਾ ਜੀ? ਗੁਰਚੇਤਨ ਸਿੰਘ ਜੀ, ਵੈਸਟ ਬਰਮਿੰਗਮ। ਗੁਰਚੇਤਨ ਸਿੰਘ ਜੀ ਵੈਸਟ ਬਰਮ ਤੋਂ ਬੋਲ ਰਹੇ, ਮਸਲੇ ਬਾਰੇ ਸਾਰੇ ਬਾਰੇ। ਬਹੁਤ ਵਧੀਆ ਜੀ, ਜੋ ਜੱਜ ਸਾਹਿਬ ਨੇ ਕੀਤਾ ਬਹੁਤ ਵਧੀਆ, ਜਿਹਦੇ ਨਾਲ ਇਹ ਸਜ਼ਾ ਇਹਨੂੰ ਬੜਾ ਚਿਰ ਪਹਿਲਾਂ ਹੋਣੀ ਚਾਹੀਦੀ ਸੀ। ਹਾਂਜੀ, ਤੇ ਚਲੋ, ਦੇਰ ਆਏ ਦਰੁਸਤ ਆਏ, ਬੜਾ ਵਧੀਆ। ਜੋ ਡੇਰਾ ਪ੍ਰੀਮੀਅਰ ਨੇ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਐਹੋ ਹੀ ਤੇ ਲਫ਼ਜ਼ੀ ਗੱਲ ਤਾਂ ਜੀ, ਜਿਹੜਾ ਤੁਸੀਂ ਵੀ ਕਹਿ ਦਿੱਤਾ। ਹਾਂਜੀ, ਉਹਦੀ ਡੇਰਾ ਦੇ ਪ੍ਰੇਮੀ ਉਹ ਹੈਗੇ ਆ, ਸ਼ਬਦ ਉਹਨੇ ਵਰਤਿਆ ਜਾਂਦਾ, ਪਰ ਹੈਗੇ ਤਾਂ ਉਹ ਨਹੀਂ ਨਹੀਂ ਡੇਰਾ ਪ੍ਰੇਮੀ। ਅੱਜ ਤੋਂ ਤੁਸੀਂ ਪਹਿਲਾਂ ਕਹਿ ਸਕਦੇ ਦਫਾ 144 ਲੱਗਣ ਤੋਂ ਪਹਿਲਾਂ, ਹਾਂਜੀ, ਉਹਨਾਂ ਨੇ ਕਾਨੂੰਨ ਨਹੀਂ ਸੀ ਤੋੜਿਆ। ਹਾਂਜੀ, ਹੁਣ ਤਾਂ ਗੁੰਡੇ ਹੋ ਗਏ ਪ੍ਰੈਸ ਜਿੰਨੇ। ਹਾਂਜੀ, ਹਾਂ, ਹੁਣ ਤਾਂ ਗੁੰਡੇ ਹੋ ਗਏ 40 ਦਫਾ ਤੋਂ। ਹਾਂਜੀ, ਜਦੋਂ ਉਹ ਕਿਉਂ ਸਾਡੇ ਵਾਰੀ ਕਿੱਦਾਂ ਅੱਤਵਾਦੀ ਲਫ਼ਜ਼ ਲੱਗ ਜਾਂਦਾ? ਬਿਲਕੁਲ ਬਿਲਕੁਲ, ਚਲੋ, ਜੋ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ, ਏਦਾਂ ਏਦਾਂ ਸ਼ਬਦ ਆਪਾਂ ਕਹੀਏ ਕਿ ਡੇਰਾ ਦੇ ਸਮਰਥਕਾਂ ਨੇ ਜਿਹੜੀ ਗੁੰਡਾਗਰਦੀ ਕੀਤੀ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿੰਨਾ ABP ਨਿਊਜ਼ ਚੈਨਲ ਆ, ਜਿੰਨਾ ਅੱਜ ਤੱਕ ਵਾਲੇ ਆ, ਜਿੰਨੇ ਪ੍ਰੈਸ ਰਿਪੋਰਟਰ ਆ, ਕਿਉਂ ਡਰਦੇ ਉਹਨਾਂ ਨੂੰ? ਕਿਉਂ ਡੇਰਾ ਪ੍ਰੇਮੀ ਡੇਰਾ ਪ੍ਰੇਮੀ ਕਹਿੰਦੇ ਆ ਜੀ? ਇਹ ਪੱਤਰਕਾਰ ਆ ਸਾਰਿਆਂ ਨੂੰ, ਜਦੋਂ ਦਫਾ 144 ਲੱਗੀ ਉਹ ਕਾਨੂੰਨ ਤੋੜ ਕੇ ਉੱਥੇ ਆਏ ਆ ਜੀ, ਤੇ ਉਹ ਫੇਰ ਉਹ ਕਾਹਦੇ ਡੇਰਾ ਪ੍ਰੇਮੀ? ਪਹਿਲਾਂ ਡੇਰਾ ਪ੍ਰੇਮੀ ਹੋਣਗੇ ਉਹ ਡੇਰੇ ਦੇ ਅੰਦਰ ਹੋਣਗੇ, ਤੁਹਾਡੇ ਕਾਹਦੇ ਡੇਰਾ ਪ੍ਰੇਮੀ? ਉਹਨਾਂ ਨੂੰ ਹੈ ਪੱਤਰਕਾਰ, ਮੈਂ ਗੱਲ ਕਰਦੇ ਵੇਖੇ ਸਰ, ਡੇਰਾ ਇੱਥੇ 144 ਲੱਗੀ ਹੈ, ਤੁਸੀਂ ਘਰਾਂ ਨੂੰ ਕਿਉਂ ਨੀ ਜਾਂਦੇ ਸਰ? ਅੱਛਾ, ਜਦੋਂ ਸਿੰਘ ਬੈਠੇ ਹੋਣ ਉਦੋਂ ਸਰ ਲਫ਼ਜ਼ ਕਿੱਥੇ ਚੱਲ ਜਾਂਦਾ? ਉਦੋਂ ਗੋਲੀਆਂ ਮਾਰਨਾ ਪੈਂਦੇ ਆ ਕੇ, ਜਿਹੜੇ ਮਰਜ਼ੀ ਆ ਕੇ ਬਹਿ ਜਾਂਦੇ। ਇਹ ਰੋਸ ਸਾਡੇ ਮਨਾਂ 'ਚ ਬਹੁਤ ਜ਼ਿਆਦਾ ਹੈਗਾ। ਹਾਂਜੀ, ਹੈ ਜੇ ਜਨਾਬ, ਮੈਂ ਰਿਕੁਐਸਟ ਕਰਦਾ ਜੇ ਤੁਹਾਡੀ ਗੱਲ ਕਿਤੇ ਗਾਂ ਪਹੁੰਚਦੀ ਹੈ ਪ੍ਰੈਸ ਰਿਪੋਰਟਰਾਂ ਤੱਕ, ਇਹ ਪਹੁੰਚਾਓ, ਪਹਿਲੀ ਗੱਲ ਉਹਨਾਂ ਨੂੰ ਡੇਰਾ ਪ੍ਰੇਮੀ ਕਹਿਣੋ ਹਟੋ। ਉਹ ਤਾਂ ਸਾਰੇ ਗੰਦੇ ਲੋਕ ਜਿਹੜੇ ਪ੍ਰੋਪਰਟੀ ਨੂੰ ਅੱਗ ਲਾਉਂਦੇ ਸਰਕਾਰ ਦੀ, ਉਹ ਕਾਨੂੰਨ ਨਹੀਂ ਤੋੜਨ ਦੇ? ਬਲਾਤਕਾਰੀ ਬਾਬਾ ਆ, ਹੁਣ ਉਹ ਬਾਬਾ ਨਾਰਮਲ ਬਾਬਾ ਨੀ, ਉਹਨੂੰ ਕੰਜਰ ਨੂੰ ਜਿਹੜਾ ਉਹਦਾ ਨਾਂ ਬਣਦਾ ਉਹਨੂੰ ਦਿਓ, ਉਹਦਾ ਉਹਦੇ ਜਿਹੜੇ ਜਿਹੜੇ ਸਰ ਜੀ, ਇਹ ਜਿੰਨਾ ਤੁਸੀਂ ਡੇਰਾ ਪ੍ਰੇਮੀ ਕਹਿੰਦੇ ਆ, ਅੰਦਰ ਖਾਤੇ ਉਹ ਤਨਖਾਹੀਏ ਨੇ, ਉਹ ਕੰਜਰ ਅੰਦਰ ਪੈਸੇ ਲੈਂਦੇ ਨੇ, ਉਹ ਪ੍ਰੇਮੀ ਪ੍ਰੂਮੀ ਕੋਈ ਨੀ ਜੇ ਜੀ, ਇਹ ਅੰਦਰ ਖਾਤੇ ਉਹਨਾਂ ਨੂੰ ਪੈਸੇ ਜਾਂਦੇ ਹਰ ਕੰਮ ਦੇ। ਬਿਲਕੁਲ ਇਹੋ ਜਿਹੀਆਂ ਗੱਲਾਂ, ਜਿੰਨੀ ਪ੍ਰੈਸ ਆ ਸਾਰੀ ਉਹ ਡੇਰਾ ਪ੍ਰੇਮੀ ਡੇਰਾ ਪ੍ਰੇਮੀ,
ਸਿੰਘ ਕੁਝ ਕਰ ਦੇਣ ਤੇ ਉਹ ਅੱਤਵਾਦੀ ਕਿਉਂ, ਬਾਕੀਆਂ ਸਿਰ ਕਿਉਂ ਨੀ, ਮੁਸਲਮਾਨ ਕੁਝ ਕਰ ਦੇਣ ਉਹ ਵੀ ਅੱਤਵਾਦੀ, ਇਹ ਕਿਉਂ ਨੀ ਸਾਰੇ ਅੱਤਵਾਦੀ, ਇਹ ਕਾਨੂੰਨ ਨੀ ਤੋੜਦੇ? ਧੰਨਵਾਦ ਤੁਹਾਡਾ, ਬਹੁਤ ਬਹੁਤ ਗੁਰਚੇਤਨ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜੀ, ਬਹੁਤ ਸੋਹਣਾ। ਜਿਹੜੀ ਦੇਖੋ ਪਰ ਗੱਲ ਸੁਣੋ, ਜਿਹੜੀ ਟੈਲੀਵਿਜ਼ਨ ਦੀ ਕਈ ਜਿਹੜੀ ਭਾਸ਼ਾ ਹੁੰਦੀ ਆ ਉਹ ਸਾਰੇ ਤਰ੍ਹਾਂ ਦੇ ਲੋਕ ਸਾਰੇ ਤਰ੍ਹਾਂ ਜਾਣੇ ਹੁੰਦੇ, ਉਹ 'ਚ ਬਹੁਤ ਸਾਰੀਆਂ ਪਾਬੰਦੀਆਂ ਹੁੰਦੀਆਂ, ਪਰ ਜਦੋਂ ਨਿਸ਼ਾਨਦੇਹੀ ਕਰਨੀ ਆ, ਇਹ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ, ਜਿਹਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਉਹਨੇ ਇੱਕ ਤਰ੍ਹਾਂ ਦੀ ਗੁੰਡਾਗਰਦੀ ਕੀਤੀ, ਕਾਨੂੰਨ ਹੱਥ 'ਚ ਲਿਆ, ਦਫਾ 44 ਤੋਂ ਬਾਅਦ ਇਕੱਠੇ ਹੋਏ, ਉਹ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਜ਼ਿਆਦਤੀ, ਬਹੁਤ ਵੱਡੀ ਗੁੰਡਾਗਰਦੀ ਕੀਤੀ, ਇਹਨੂੰ ਇਹ ਕਹਿੰਦੇ ਅੱਤਵਾਦ। ਜਦੋਂ ਤੁਸੀਂ ਸਰਕਾਰੀ ਕਾਨੂੰਨਾਂ ਨੂੰ ਤੋੜਦੇ ਹੋ, ਅੱਤ ਤੱਕ ਜਾਂਦੇ ਹੋ ਕਿ ਪ੍ਰੋਪਰਟੀ ਘਰਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਮਾਰਨ ਤੱਕ ਗਿਆ, ਇਹੀ ਅੱਤਵਾਦ ਹੈ। ਬੇਕਸੂਰ ਮਾਸੂਮ ਲੋਕਾਂ ਨੂੰ ਮਾਰਨ ਗਿਆ, ਇਹੀ ਅੱਤਵਾਦ ਹੈ। ਪਰ ਕੌਣ ਕਰ ਰਿਹਾ? ਜਦੋਂ ਕਹਿਣਾ ਕੌਣ ਕਰ ਰਿਹਾ, ਉਦੋਂ ਪੱਤਰਕਾਰਾਂ ਨੂੰ ਕਹਿਣਾ ਹੀ ਪੈਣਾ ਕਿ ਉਹ ਕਰਨ ਵਾਲੇ ਕੌਣ ਸਨ। ਡੇਰਾ ਸਿਰਸਾ ਦੇ ਜਿਹਨਾਂ ਨੂੰ ਉਹ ਡੇਰਾ ਪ੍ਰੇਮੀ ਕਹਿ ਕੇ ਕਹਿੰਦੇ, ਆਮ ਤੌਰ 'ਤੇ ਨਾਮ ਉਹਨਾਂ ਨੂੰ ਡੇਰਾ ਪ੍ਰੇਮੀ ਦਾ ਦਿੱਤਾ ਜਾਂਦਾ, ਪਰ ਉਹਨਾਂ ਦੀ ਕਾਰਵਾਈਆਂ ਸਾਰੀਆਂ ਜਿਹੜੀਆਂ ਗੁੰਡਿਆਂ ਵਾਲੀਆਂ ਅਤੇ ਅੱਤਵਾਦ ਵਾਲੀਆਂ ਹੋਈਆਂ, ਸੋ ਉਹਨਾਂ ਨੂੰ ਉਸ ਨਾਵਾਂ ਦੇ ਨਾਲ ਉਹਦੀ ਨਿਸ਼ਾਨਦੇਹੀ ਕਰਨ ਦੇ ਲਈ ਇਹ ਪੱਤਰਕਾਰਾਂ ਦੀ ਮਜਬੂਰੀ ਹੁੰਦੀ। ਪਰ ਇੱਕ ਗੱਲ ਆਪਾਂ ਕਹਿ ਦਈਏ ਕਿ ਜਿਹੜਾ ਕੁਛ ਇਸ ਟਾਈਮ ਇੰਡੀਆ ਦੇ ਨਿਊਜ਼ ਚੈਨਲਾਂ ਨੇ ਕੀਤਾ, ਭਾਵੇਂ ਉਹ ਆਜ ਤੱਕ ਸੀ, ਭਾਵੇਂ ਐੱਨ ਡੀ ਟੀ ਵੀ ਅਤੇ ਭਾਵੇਂ ਏ ਬੀ ਪੀ, ਅਤੇ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਦਿੱਤੀਆਂ, ਰਿਪੋਰਟਾਂ ਬੜੀਆਂ ਕਮਾਲ ਦੇ ਦਿੱਤੀਆਂ ਪੱਤਰਕਾਰਾਂ ਨੇ, ਇਸੇ ਕਰਕੇ ਉਹਨਾਂ ਦੀ ਬੱਸਾਂ ਵੀ ਇਹਨਾਂ ਨੇ ਫੂਕੀਆਂ ਗੁੰਡਾਗਰਦੀ ਕਰਕੇ, ਔਰ ਇਹਨਾਂ ਦੇ ਆਜ ਤੱਕ ਦੀ ਬੱਸ ਫੂਕੀ ਗਈ, ਏ ਬੀ ਪੀ ਦੀ ਬੱਸ ਫੂਕੀ ਗਈ, ਐੱਨ ਡੀ ਟੀ ਵੀ ਦੀ ਫੂਕੀ ਗਈ, ਸੋ ਉਹਨਾਂ ਨੂੰ ਵੀ ਇਹਨਾਂ ਨੇ ਸ਼ਿਕਾਰ ਬਣਾਇਆ, ਔਰ ਬੜੀਆਂ ਸਖ਼ਤ ਰਿਪੋਰਟਾਂ ਉਹਨਾਂ ਨੇ ਦਿੱਤੀਆਂ ਵੀ, ਇਹਦੇ ਕਿੱਸੇ ਕੱਢ ਕੱਢ ਕੇ ਲਿਆਉਂਦੇ, ਔਰ ਦੇਖੋ ਤੁਸੀਂ ਰਾਤ ਤੱਕ ਹੋਰ ਕਿਸੇ ਸਾਹਮਣੇ ਆਉਣਗੇ। ਵਾਹਿਗੁਰੂ। ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੌਣ ਬੋਲ ਰਿਹਾ, ਕਿੱਥੋਂ ਬੋਲ ਰਿਹਾ? ਮੈਨੂੰ ਪਹਿਲਾਂ ਪਤਾ ਨੀ ਸੀ, ਇਹ ਤਰੀਕ ਬਾਰੇ ਵੀ ਨੀ ਪਤਾ ਸੀ, ਤੇ ਮੈਂ ਜਿੱਦਾਂ ਮਾੜਾ ਜਿਹਾ ਥੋੜਾ ਜਿਹਾ ਦੇਖਿਆ ਕੱਲ, ਫਿਰ ਮੈਨੂੰ ਯਾਦ ਉਦੋਂ ਦੀ, ਮੈਂ ਕੱਲ ਦੀ ਜਦੋਂ ਮੈਂ ਗੁਰਦੁਆਰੇ ਵੀ ਗਈ ਨਾ, ਜਦੋਂ ਕੋਈ ਗੱਲ ਕਰਦੇ ਸਾਰੇ, ਮੈਂ ਕਿਹਾ ਪਰਮਾਤਮਾ ਮੋਹਰੇ ਅਰਦਾਸਾਂ ਕਰੋ, ਸੱਚਿਆ ਪਾਤਸ਼ਾਹ ਹੁਣ ਤੂੰ ਹੀ ਨਿਆਂ ਕਰਨਾ। ਬਿਲਕੁਲ ਬਿਲਕੁਲ। ਉਹਦੇ ਘਰ ਕਹਿੰਦੇ ਆ ਨਾ, ਦੇਰ ਹਨੇਰ ਨਹੀਂ ਸੱਚਮੁੱਚ ਹੈ, ਜਿੱਦਾਂ ਗੁਰਬਾਣੀ ਦਾ ਫਰਮਾਨ ਆ, ਉੱਥੇ ਸੱਚੋ ਹੀ ਸੱਚ ਨਿਬੜੇ, ਚੁਣਵਾਰ ਕੱਢੇ ਜਜਮਾਨ, ਉੱਥੇ ਸੱਚ ਹੀ ਨਿਬੜਨਾ ਆ। ਕਿੰਨਾ ਕਚਹਿਰ ਕਹਿੰਦੇ ਨੀ ਪਰਮਾਤਮਾ ਤਾਂ ਦੇਖ ਰਿਹਾ ਨਾ, ਕੋਰਟ ਕਚਹਿਰੀਆਂ ਚੋਂ ਵੀ ਕਿੰਨਾ ਕਚਹਿਰ ਝੂਠ ਚੱਲੀ ਜਾਊਗਾ। ਜੀ 15 ਸਾਲ ਹੋ ਗਿਆ ਜੀ, 15 ਸਾਲ। ਹਾਂਜੀ ਨੀ, ਮੈਨੂੰ ਵੀ ਪਤਾ ਹੀ ਨੀ ਸੀ, ਅੱਜ ਪਤਾ ਲੱਗੀ, ਗੱਲਾਂ ਜਦੋਂ ਬਾਹਰ ਆਉਂਦੀਆਂ ਨਾ, ਨਿਊਜ਼ 'ਚ ਪਤਾ ਲੱਗਦਾ, ਤੇ ਮੈਂ ਕਿਹਾ ਦੇਖੋ ਕਿੰਨੇ ਸਾਲ ਉਹ ਸਫ਼ਰ ਕਰਦੀ ਰਹੀ ਵਿਚਾਰੀ। ਸਾਡੀ ਇੱਕ ਭੈਣ ਸਮਝ ਜਿਹੜੀ ਸਾਧਵੀ ਸੀ, ਜਿਹਦੇ ਨਾਲ ਉਹਨੂੰ ਜਿਹੜੀ ਸਾਧਵੀ ਜਿਹੜੀ ਜਿਹਦੇ ਨਾਲ ਬਲਾਤਕਾਰ ਕੀਤਾ ਗਿਆ, ਉਹਨੂੰ ਧੀ ਬਣਾਉਂਦਾ, ਉਹਨੂੰ ਧੀ ਕਹਿੰਦਾ, ਧੀ ਬਣਾ ਕੇ ਉਹਨੂੰ ਬਲਾਤਕਾਰ ਕੀਤਾ ਗਿਆ, ਯਾਨੀ ਕਿ ਇਸ ਪੱਧਰ ਤੱਕ ਗਿਆ। ਹਾਂ, ਇਹ ਤਾਂ ਬਹੁਤ ਇਸ ਤਰ੍ਹਾਂ ਹੀ ਭਾਜੀ ਗੱਲਾਂ ਹੁੰਦੀਆਂ, ਕਿ ਹੁਣ ਜਿਹੜੀ ਆਪਾਂ ਵੀ ਕਹਿੰਦੇ ਨਾ, ਸਾਡੇ ਜਿਹੜੇ ਕੇਸ ਆ, ਸਾਨੂੰ ਵੀ ਕੋਈ ਏਦਾਂ ਦੇ ਮਿਲਣੇ ਚਾਹੀਦੇ ਜਿੱਥੇ ਅੰਦਰ ਖਾਤੇ ਸਾਰੇ ਪਹਿਲਾਂ ਅਗਾਹ ਮਿਲਣ, ਫਿਰ ਉਹ ਕੇਸ ਲੱਗੇ ਤੇ ਕਿੱਦਾਂ ਨੀ ਬਾਹਰ ਆਊਗਾ ਜੀ। ਹਨਾ, ਇਹ ਚੀਜ਼ਾਂ ਦੇ ਕੇ ਮਗਰ ਲਾਉਂਦੇ ਆ ਜੀ। ਹਨਾ, ਕਿੰਨਾ ਦੁਖਦਾਈ ਆ, ਮਾਂ ਨੇ ਇੰਨਾ ਜਦੋਂ ਪਤਾ ਲੱਗਾ ਨਾ, ਮੈਂ ਸਵੇਰ ਦੀ ਕੁਛ ਚੱਜ ਨਾਲ ਖਾਧਾ ਪੀਤਾ ਨੀ ਸੀ, ਜਦੋਂ ਮੈਨੂੰ ਨਿਊਜ਼ ਮਿਲੀ ਨਾ ਤੇ ਉਹਨੂੰ ਸਜ਼ਾ ਮਿਲ ਗਈ ਆ, ਮੇਰੇ ਅੱਖਾਂ ਚੋਂ ਪਾਣੀ, ਮੈਂ ਕਿਹਾ ਸੱਚਮੁੱਚ ਤੂੰ ਹੈਗਾ ਪਰਮਾਤਮਾ। ਚਲੋ, ਸਤਿਗੁਰ ਦੇ ਹਜ਼ੂਰ ਸਾਡੇ ਸਾਰੇ, ਤੇ ਮੇਰੀ ਬੇਨਤੀ ਆ ਆਪਣੇ ਖਾਲਸਾ ਪੰਥ ਨੂੰ, ਵੀ ਸਾਰੇ ਜਣੇ ਮਹਾਰਾਜ ਦੀ ਬਾਣੀ ਦੇ ਨਾਲ ਲੱਗੋ, ਜਿੰਨਾ ਵੀ ਬਾਣੀ ਪੜ੍ਹ ਸਕਦੇ ਆ ਪੜ੍ਹੋ, ਤੇ ਉਹ ਅਰਦਾਸਾਂ ਕਰੋ, ਉਹ ਸੁਣਦਾ ਆ, ਸੁਣੇਗਾ ਉਹ, ਸਾਡੇ ਚ ਗਲਤੀਆਂ ਆ। ਬਿਲਕੁਲ ਬਿਲਕੁਲ, ਸਾਡੇ ਵਿੱਚ ਗਲਤੀਆਂ ਆ, ਬਸ ਇਹ ਜਦੋਂ ਤੱਕ ਆਤਮ ਤੁਸੀਂ ਆਪਣਾ ਵਿਸ਼ਲੇਸ਼ਣ ਨਹੀਂ ਕਰਦੇ, ਉਦੋਂ ਤੱਕ ਸਾਡੇ ਵਿੱਚ ਵੀ ਗਲਤੀਆਂ ਆ, ਉਹ ਗਲਤੀਆਂ ਦਰੁਸਤ ਹੋ ਜਾਂਦੀਆਂ। ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਨੇ ਕਿਹਾ ਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਜਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨ ਕੀ ਪ੍ਰਤੀਤ, ਤਾਂ ਹੀ ਇਹ ਹੋ ਰਿਹਾ ਭਾਜੀ ਜੀ, ਤਾਂ ਹੀ ਇਹ ਹੋ ਰਿਹਾ। ਮੇਰੀ ਤਾਂ ਹੱਥ ਬੰਨ ਕੇ ਬੇਨਤੀ ਆ ਵੀ ਗੁਰੂ ਮਹਾਰਾਜ ਦੇ ਲੜ ਲੱਗੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਹਾਨੂੰ ਕੱਲੀ ਕੱਲੀ ਗੱਲ ਦੱਸ ਰਹੀ ਆ, ਉਹ ਤੇ ਜੀਵਨ ਬਣਾਓ। ਭੈਣ ਬਲਬੀਰ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਵਿਸ਼ੇਸ਼। ਚੌਹਾਨ ਸਾਹਿਬ, ਆਹ ਗੱਲ ਜਿਹੜੀ ਬੀਬੀ ਜੀ ਨੇ ਕਹੀ ਆ, ਮੈਂ ਉਹ ਤੁਹਾਡਾ ਸਾਂਝੀ ਕਰਨਾ ਚਾਹੁੰਦਾ, ਖਾਸ ਤੌਰ 'ਤੇ ਕਿ ਕੀ ਕਾਰਨ ਆ ਇੱਕ ਬਲਾਤਕਾਰੀ ਬੰਦਾ, ਇੱਕ ਬਦਮਾਸ਼ ਬੰਦਾ, ਇੱਕ ਜਿਹਦਾ ਜੀਵਨ ਆਪਣਾ ਵੀ ਹੈਨੀਗਾ, ਔਰ ਫਿਲਮਾਂ ਵਿੱਚ ਵੀ ਦਿਖਾ ਰਿਹਾ ਉੱਦਾਂ ਦਾ, ਯਾਨੀ ਕਿ ਉਹਦਾ ਬੈਠਣਾ ਉੱਠਣਾ ਕੋਈ ਆਮ ਇਨਸਾਨਾਂ ਤੋਂ ਥੱਲੇ ਪੱਧਰ ਦਾ ਉੱਤੇ ਪੱਧਰ ਦਾ ਹੈ ਹੀ ਨੀਗਾ, ਜੋ ਕੁਛ ਉਹ ਕਰ ਰਿਹਾ ਉਹਦੇ ਮਗਰ ਲੱਖਾਂ ਨੇ ਕਰੋੜਾਂ ਦੀ ਰੂਪ 'ਚ ਦੁਨੀਆ ਲੱਗ ਜਾਂਦੀ ਆ, ਅਤੇ ਸਾਡਾ ਪ੍ਰਚਾਰ ਕਿਉਂ ਨਹੀਂ ਹੋ ਰਿਹਾ? ਕਾਰਨ ਕੀ? ਨਹੀਂ ਦੇਖੋ ਜੀ, ਮੈਂ ਤੁਹਾਨੂੰ ਗੱਲ ਦੱਸਾਂ, ਮੇਰੇ ਆਵੋਗੇ ਕੀ ਲਿਆਵੋਗੇ, ਤੁਹਾਡੇ ਆਵੋਗੇ ਤਾਂ ਕੀ ਦੇਵੋਗੇ। ਹਾਂਜੀ, ਮੂੰਹ ਖਾਵੇ ਤਾਂ ਅੱਖਾਂ ਸ਼ਰਮਾਉਣ। ਹਾਂਜੀ, ਆ ਜਿਹੜੇ ਪ੍ਰੇਮੀ ਪ੍ਰੇਮੀ ਦਾ ਲਫ਼ਜ਼ ਚੱਲਦਾ ਨਾ, ਉੱਥੇ
ਅੰਤ ਕੋਈ ਨਹੀਂ ਇੰਨਾ ਉੱਥੇ ਹਰ ਬੰਦਾ ਜਿਹੜਾ ਖਾਣ ਦਾ ਨਾ ਜਿਹਦੇ ਜਿਹੜੇ ਲਿਬੜ ਗੱਟੇ ਖਾਣ ਨੂੰ ਜਾਂਦੇ ਆ ਸਭ ਉਹ ਉੱਥੇ ਪ੍ਰੇਮੀ ਬਣੇ ਹੋਏ ਹੈਗੇ ਆ। ਮੈਂ ਜਿੱਦਣ 2007 ਦੇ ਵਿੱਚ ਸਵਾਂਗ ਰਚਾਇਆ ਸੀ ਨਾ ਮਹਾਰਾਜ ਗੁਰੂ ਪਾਤਸ਼ਾਹ ਦਾ ਜਾਣੀ ਬੜਾ ਦੁੱਖ ਹੋਇਆ ਸੀਗਾ, ਲੇਕਿਨ ਉੱਦਣ ਦਿਮਾਗ ਦੇ ਵਿੱਚ ਇੱਕ ਗੱਲ ਆਈ ਸੀ, ਮੈਂ ਕਿਹਾ ਵੀ ਜਦੋਂ ਗਿੱਦੜ ਦੀ ਮੌਤ ਆਉਂਦੀ ਉਹ ਪਿੰਡਾਂ ਨੂੰ ਭੱਜਦਾ, ਇਹਨੇ ਹੁਣ ਆਪਣਾ ਇਹਦਾ ਅੰਤ ਆ ਗਿਆ ਵੀ ਇਹਨੇ ਉਹ ਕੰਮ ਕਰ ਦਿੱਤਾ, ਇਹਦੀ ਸਜ਼ਾ ਇਹਨੂੰ ਸਾਲ ਨੂੰ ਦੋ ਸਾਲ ਨੂੰ ਚੱਲ ਇਹਦੀ ਸਜ਼ਾ ਇਹ ਹੁਣ ਸਮਾਂ ਲਿਖ ਹੋ ਗਿਆ ਇਹਦੀ ਸਜ਼ਾ ਇਹਨੂੰ ਮਿਲਣੀ ਹੈਗੀ ਆ, ਔਰ ਉਹ ਜਿਹੜੀ ਸਜ਼ਾ ਹੈਗੀ ਆ ਉਹਨੂੰ ਮਿਲ ਗਈ ਹੈਗੀ ਆ। ਔਰ ਕਿਉਂਕਿ ਡੇਰੇ ਵਾਲੂ ਕਾਹਦੇ ਭੱਜਦੇ ਤੁਸੀਂ ਮੇਰੀ ਗੱਲ ਦੇਖੋ, ਇੱਥੇ ਨਹੀਂ ਡੇਰੇ ਕੋਲ ਇਹਨਾਂ ਲੋਕਾਂ ਦੇ ਲਈ ਪੈਸਾ ਕਿੱਥੋਂ ਆਉਂਦਾ, ਜਿਹੜੀ ਜ਼ਰੂਰੀ ਆ ਪੈਸਾ ਕਿੱਥੋਂ ਆਉਂਦਾ। ਹਾਂਜੀ ਜਿਹੜੇ ਹੁਣ ਪੈਸਾ ਦੇਣ ਵਾਲੇ ਸਾਡੇ ਲੀਡਰ ਆ, ਜਿਹੜੇ ਸਾਡੇ ਲੀਡਰ ਆ ਉਹ ਜਿਸ ਚੀਜ਼ 'ਤੇ ਉਹ ਕਬਜ਼ਾ ਕਰਨ ਦਾ ਉਹਨੂੰ ਉਤੇਰੀ ਆ ਬਈ, ਜੋ ਵੀ ਹੈਗਾ ਸਭ ਉਹਦਾ, ਸਾਡੇ ਲੀਡਰ ਕੋਲ ਜਾਂਦੇ, ਸਾਡੇ ਲੀਡਰ ਉਹਨੂੰ ਪੈਸਾ ਦਿੰਦੇ ਆ ਕਿ ਕੌਣ ਹੈ, ਘਰ ਦੇ ਮਾਂ ਪਿਓ ਨੂੰ ਰੋਟੀਆਂ ਦੇਣ, ਉੱਥੇ ਲਿਜਾ ਕੇ ਸਾਰਾ ਪੈਸਾ ਉੱਥੇ ਛੱਡਦੇ ਆ। ਔਰ ਪੈਸਾ ਜਿਹੜਾ ਉਹਦੇ ਕੋਲ ਉਹਦੇ ਤਾਂ ਜਿੰਨਾ ਜੋ ਡਰੱਗ ਜੋ ਬਲੈਕ ਜੋ ਵੀ ਹੈਗਾ ਹਰ ਚੀਜ਼ ਜਿਹੜਾ ਉੱਥੇ ਜਾਂਦਾ, ਇਹ ਖੁਦ ਬਲਾਤਕਾਰੀ ਨਹੀਂ, ਇਹ ਉੱਥੇ ਜਿਹੜੀ ਆ ਹੋਰ ਉੱਥੇ ਜਿਹੜਾ ਕੰਜਰਖਾਨਾ ਉੱਥੇ ਹੁੰਦਾ ਸੀਗਾ, ਬਹੁਤੇ ਤਾਂ ਕੰਜਰਖਾਨਾ ਕਰਕੇ ਉੱਥੇ ਜਾਂਦੇ ਸੀਗੇ ਵੀ ਸਾਨੂੰ ਉਹ ਚ ਹਿੱਸਾ ਮਿਲ ਰਿਹਾ ਹੈਗਾ, ਜਿਵੇਂ ਆਸ਼ੂਤੋਸ਼ ਦੇ ਵੀ ਜਲਦੀ ਗੱਲ ਸੁਣ ਲਈਏ, ਆਪਾਂ ਇੱਕ ਕਾਲ ਲੈ ਲਈਏ ਜੀ। ਵਾਹਿਗੁਰੂ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਰਾਣਾ ਜੀ, ਮੈਂ ਗੁਰਦਿਆਲ ਸਿੰਘ ਦਿਓਲ ਬੋਲਦਾ। ਹਾਂਜੀ ਵੀਰ ਜੀ, ਜੋਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਸਲੇ ਬਾਰੇ? ਮੇਰਾ ਭਰਾ ਸਾਹਮਣੇ ਬੈਠਾ, ਮੈਂ ਦਰਸ਼ਨ ਕਰ ਰਿਹਾ, ਇਸ ਕਰਕੇ ਮੈਂ ਕਿਹਾ ਮੈਂ ਕੁਛ ਵੀ ਕਹਿੰਦਾ। ਤੁਸੀਂ ਸਵਾਲ ਕੀਤਾ ਸੀ, ਹਾਂਜੀ, ਕਿ ਮੈਂ ਸ਼ੋਰਟ ਕਰ ਦਿੰਦਾ ਕਿ ਕਰੋੜਾਂ ਦੀ ਗਿਣਤੀ ਵਿੱਚ ਲੋਕ ਏਦਾਂ ਦੇ ਆਦਮੀ ਬਲਾਤਕਾਰੀ ਜੇ ਹੋਰ ਕਿੱਦਾਂ ਮਗਰ ਲੱਗ ਗਏ। ਹਾਂਜੀ, ਇਹ ਜਿਹੜੇ ਡੇਰੇ ਹੈਗੇ ਨੀ, ਏਜੰਟ ਰੱਖੇ ਹੋ ਆ ਜੀ, ਜਿਹੜੇ ਏਜੰਟ ਦੇ ਵਿੱਚ ਮੋਸਟਲੀ ਸਾਡੇ ਵੱਡੇ ਵੱਡੇ ਸਿਆਸੀ ਆਦਮੀ ਆ, ਜਿਹੜੇ ਕਿ ਸਿਆਸੀ ਆਦਮੀ ਆ ਮੋਸਟਲੀ, ਯਾਨੀ ਜਿਹੜੇ ਲੋਕ ਜਿਹੜੇ ਇਹਦੇ ਏਜੰਟ ਆ ਜਿਹੜੇ ਵੋਟਾਂ ਲਈ ਮਗਰ ਇਹਦੇ ਜਾਂਦੇ ਆ, ਉਹ ਏਜੰਟ ਵੀ ਉਹਨਾਂ ਦੇ ਹੀ ਆ, ਕਿਉਂਕਿ ਉਹ ਕਹਿੰਦੇ ਕਿ ਡੇਰੇ ਦੇ ਵਿੱਚ ਕੀ ਹੋ ਰਿਹਾ। ਉਹ ਡੇਰੇ ਦੇ ਵਿੱਚ ਜਿਹੜਾ ਹੋ ਰਿਹਾ ਹੈਗਾ ਉਹ ਇਹ ਆ ਕਿ ਜਿਹੜੇ ਉਹਨਾਂ ਨੂੰ, ਕਿਉਂਕਿ ਉਹਦੇ ਕੋਲ ਪੈਸੇ ਬਹੁਤ ਆ, ਪੈਸੇ ਖਰਚਦਾ, ਤੇ ਅਸੀਂ ਜਿਹੜੇ ਆਦਮੀ ਲੋਕ ਹੈਗੇ ਉਹਦੇ ਮਗਰ ਲੱਗੇ ਹੋ। ਹੁਣ ਦੇਖੋ ਨਾ ਜੋ ਕੁਛ ਹੋਇਆ, ਜਿਹੜੇ ਗਰੀਬ ਵਿਚਾਰੇ ਮਾਰੇ ਗਏ, ਇਹਦਾ ਕੀ ਕਸੂਰ ਆ ਇਹਦੇ 'ਚ? ਨਾ ਉਧਰਲੇ ਪਾਸੇ ਨਾ ਉਧਰਲੇ ਪਾਸੇ ਆ ਜੀ, ਠੀਕ ਨੇ? ਆ ਗੁੰਡਾਗਰਦੀ ਜਿਹੜੀ ਹੋਈ ਆ ਇੱਦਾਂ ਦੀ, ਮੈਨੂੰ ਤਾਂ ਪਤਾ ਨਹੀਂ ਗੌਰਮੈਂਟ ਜਿਹੜੀ ਹੈਗੀ ਕੀ ਕਰ ਰਹੀ ਆ, ਜਾਂ ਨਾ ਪੰਜਾਬ ਦੀ ਜਾਂ ਹਰਿਆਣੇ ਦੀ ਜਾਂ ਸੈਂਟਰਲ ਗੌਰਮੈਂਟ ਵੀ ਜਿਹੜੀ ਹੈਗੀ ਆ, ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ 44 ਲੱਗੀ ਤਾਂ ਜੇ ਇੰਨਾ ਕੁਛ ਹੋ ਸਕਦਾ ਤੇ ਹੋਰ ਕੀ ਹੋ ਸਕਦਾ ਫਿਰ ਜੀ। ਇਹ 44 ਤੋਂ ਬਾਅਦ ਦੀ ਗੱਲ ਜੀ, ਹੁਣ ਤਾਂ ਨੋਇਡਾ 'ਚ ਮੁਜ਼ੱਫਰਨਗਰ ਯੂਪੀ ਦੇ ਦੋ ਇਲਾਕੇ ਆ, ਦਿੱਲੀ ਦੇ ਆਲੇ ਦੁਆਲੇ ਵਾਲਾ ਇਲਾਕਾ, ਗੁੜਗਾਓਂ, ਗਾਜ਼ੀਆਬਾਦ, ਹਰਿਆਣੇ ਦੇ ਬਹੁਤ ਸਾਰੇ ਸ਼ਹਿਰਾਂ 'ਚ, ਪੰਜਾਬ ਦਾ ਜਿਹੜਾ ਇਲਾਕਾ ਹਰਿਆਣੇ ਦੇ ਨਾਲ ਨਾਲ ਲੱਗਦਾ, ਇਹ ਬਠਿੰਡੇ ਤੋਂ ਲੈ ਕੇ ਮਾਨਸਾ ਤੋਂ ਲੈ ਕੇ ਮੋਗੇ ਮਲੋਟ ਤੱਕ, ਇਹ ਸਾਰੇ ਬੰਨੇ ਸਾਡੇ ਕਰਫਿਊ ਵਾਲੇ ਹਾਲਾਤ ਆ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਉੱਥੇ 72 ਘੰਟੇ ਦੇ ਲਈ ਇੰਟਰਨੈੱਟ ਦੀ ਸੇਵਾ ਜਿਹੜੀ ਮੁਲਤਵੀ ਕਰ ਦਿੱਤੀ ਗਈ ਆ, ਟੈਲੀਫੋਨ ਐਕਸਚੇਂਜ ਬੰਦ ਕਰ ਦਿੱਤੇ ਗਏ ਆ, ਰੇਲ ਗੱਡੀਆਂ ਬੰਦ ਕੀਤੀਆਂ ਗਈਆਂ, ਜਿਹੜੀ ਬੱਸ ਸਰਵਿਸ ਹਰਿਆਣੇ 'ਚ ਬੰਦ ਹੋਈ ਆ, ਪੰਚਕੂਲਾ ਅਤੇ ਚੰਡੀਗੜ੍ਹ ਲਈ ਜਿਹੜੀ ਬੱਸ ਸੇਵਾ ਬੰਦ ਕੀਤੀ ਸੀ ਉਹਦੇ ਨਾਲ 48 ਘੰਟੇ ਲਈ ਕੀਤੀ, 2 ਕਰੋੜ ਦਾ ਹਰਿਆਣਾ ਰੋਡਵੇਜ਼ ਨੂੰ ਘਾਟਾ ਪੈ ਗਿਆ। ਗੱਲ ਇਹ ਹੈਗੀ, ਦੇਖਣਾ ਹੁੰਦਾ ਕਿ ਕਸੂਰ ਕਿਹਦਾ, ਗੌਰਮੈਂਟ ਸੈਂਟਰਲ ਗੌਰਮੈਂਟ ਜਿਹੜੀ ਹੈਗੀ ਆ, ਜੇ ਇੰਨੀਆਂ ਸਟੇਟਾਂ ਦੇ ਵਿੱਚ ਸਭ ਕੁਛ ਹੋ ਰਿਹਾ ਸੀ, ਸਾਹਮਣੇ ਦੇਖਦੇ ਹਾਂ, ਤੁਹਾਡੇ ਪ੍ਰੋਗਰਾਮ 'ਚ ਵੀ ਦੇਖਦੇ ਹਾਂ, ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕੀ ਹੋਣਾ ਬਾਅਦ ਦੇ ਵਿੱਚ ਜੇ ਇੰਨੇ ਲੋਕ ਇਕੱਠੇ ਹੋਏ ਆ, ਠੀਕ ਨੇ? ਪਹਿਲਾਂ ਤਾਂ ਇਕੱਠੇ ਕਿੱਦਾਂ ਆਊਗਾ ਪੰਜਾਬ, ਪੰਚਕੂਲਾ ਜਾਂ ਹੋਰ ਕਿਤੇ? ਦੂਜੀ ਗੱਲ ਇਹ ਹੈਗੀ ਆ ਕਿ ਵੀ ਇੱਦਾਂ ਉਹਨਾਂ ਨੂੰ ਪਤਾ ਕਿ ਜਦੋਂ ਸੰਤਕ ਮਾਰਿਆ ਗਿਆ ਸੀ ਤੇ ਸਵੀਡਨ 'ਚ ਬਦਲ ਕਿੱਥੇ, ਉਦੋਂ ਦੇਖੋ ਕੀ ਹੋਇਆ ਸੀ ਇੰਡੀਆ ਦੇ ਵਿੱਚ, ਫਿਰ ਲੋਕਾਂ ਨੂੰ ਬਾਹਰ ਨਿਕਲਣਾ ਪਿਆ ਸਾਰਿਆਂ ਨੂੰ, ਉਹਨਾਂ ਦਾ ਮੁਕਾਬਲਾ ਕਰਨਾ ਪਿਆ, ਕਿਉਂਕਿ ਹੁਣ ਪਤਾ ਨਹੀਂ ਕਿ ਜੇ ਇਹਨੂੰ ਗਵਰਨਮੈਂਟ ਨਾ ਰੋਕੂਗੀ ਤਾਂ ਪਤਾ ਨਹੀਂ ਗਰੀਬ ਵਿਚਾਰੇ ਜਿਹੜੇ ਉਹ ਮਾਰੇ ਜਾਂਦੇ ਆ, ਗਰੀਬ ਵਿਚਾਰੇ ਜਿਹੜੇ ਬਾਹਰ ਨੌਜਵਾਨ ਜਾਂ ਹੋਰ ਕੋਈ ਜਾਂਦੇ, ਲੜਕੀਆਂ ਜਾਂ ਹੋਰ ਜਾਂਦੀਆਂ, ਉਹਨਾਂ ਦਾ ਪਤਾ ਨਹੀਂ ਕੀ ਜਾਣੇ ਕੀ ਬਣਨਾ। ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਹਾਲਤ ਜਿਹੜੀ ਇੱਦਾਂ ਦੀ, ਪੰਜਾਬ ਦੀ ਚਲੋ ਹਰਿਆਣੇ ਦੀ, ਹਿੰਦੁਸਤਾਨ ਦੀ ਹਾਲਤ ਇੱਦਾਂ ਦੀ ਹੋ ਗਈ ਕਿ ਗਵਰਨਮੈਂਟ ਐਡੀ ਬੜੀ ਤਕੜੀ ਗਵਰਨਮੈਂਟ ਹੁੰਦੀ ਹੋਵੇ ਵੀ ਜੇ ਮਾੜੀ ਗਵਰਨਮੈਂਟ ਹੋਵੇ ਫਿਰ ਕੀ ਬਣੇ। ਮੈਂ ਜਿਹੜੀ ਗੱਲ ਤੁਹਾਡੇ ਸਵਾਲ ਦਾ ਜਵਾਬ ਇਹ ਦੇਣਾ ਚਾਹੁੰਦਾ ਸੀ ਉਹ ਕਿ ਤੁਸੀਂ ਕਹਿੰਦੇ ਕਰੋੜਾਂ ਦੀ ਆਦਮੀ ਕਿੱਦਾਂ ਇਕੱਠੇ ਹੋਇਆ, ਉਹਨਾਂ ਨੇ ਏਜੰਟ ਰੱਖੇ ਹੋਏ, ਇਹਨਾਂ ਦੇ ਸਾਰੇ ਡੇਰਿਆਂ 'ਚ ਏਜੰਟ ਵਾ ਜੀ, ਪੈਸੇ ਖਰਚਦੇ ਉਹ, ਜਿੱਦਾਂ ਇਹ ਪੈਸੇ ਖਰਚਦੇ ਨੇ ਫਿਲਮ ਬਣਾ ਲਈ, ਉਹ ਮੈਂ ਗੋਡ ਵਾਂ, ਦੇਖਣਾ ਤੁਹਾਡੇ ਸਾਹਮਣੇ ਦੇਖਦੇ ਆ ਆ ਕੱਪੜੇ ਕਿੱਦਾਂ ਦੇ ਪਾਉਂਦਾ ਜਾਂ ਹੋਰ ਕਿੱਦਾਂ ਦੇ ਪਾਉਂਦਾ, ਚਲੋ ਮੈਂ ਉਹਦਾ ਕਿਉਂ ਲੋਕ ਉਹਦੇ ਮਗਰ ਲੱਗੇ ਹੋਏ, ਮੈਂ ਇੱਧਰ ਪਾਸੇ ਜਾਣਾ ਚਾਹੁੰਦਾ, ਪਰ ਉਹਨਾਂ ਨੇ ਏਜੰਟ ਰੱਖੇ ਜਿਹੜੇ ਕਿ ਲੋਕਾਂ ਨੂੰ ਘੇਰ ਘੇਰ ਕੇ ਲਿਆਉਂਦੇ ਆ, ਔਰ ਇੱਦਾਂ ਜਗ੍ਹਾ ਪਸੰਦ ਹੈ ਜਦੋਂ ਅਸੀਂ ਫਸ ਜਾਂਦੇ ਇੱਕ ਵਾਰੀ ਫਿਰ ਉੱਦਾਂ ਹੀ ਲੱਗਾ ਜਾਂਦਾ, ਜੇ ਕੋਈ ਨਾਮ ਥੋੜ੍ਹਾ ਜਪਦੇ ਹੈਗੇ,
ਨਾਮ ਜਪਦੇ ਹੈਗੇ ਆ। ਦੇਖੋ ਸਾਡੇ ਜੇ ਆਪਣੀ ਸਿੱਖਾਂ ਦੀ ਹਿਸਟਰੀ ਦੇਖੋ, ਹੁਣ ਤੱਕ ਕੋਈ ਵੀ ਆਦਮੀ ਜਿਹੜਾ ਹੈਗਾ ਉਹਦੇ ਕੋਈ ਕਿਸੇ ਨੇ ਉਂਗਲੀ ਨਹੀਂ ਕੀਤੀ ਉਹਦੇ ਨਾਲ। ਇਹ ਜਦੋਂ ਤੱਕ ਮੈਨੂੰ ਤਾਂ ਜਿੰਨੇ ਸਾਲ ਹੁਣ ਸੁਣਦੇ ਨੂੰ ਹੋ ਗਿਆ, ਇੱਥੇ ਕੇਸਾਂ ਕੇਸੇ ਵਾਲੀ ਗੱਲ ਹੀ ਹੋ ਰਹੀ ਆ। ਆਹ ਪਹਿਲੀ ਵਾਰੀ ਇਹ ਕਨਵੈਕਸ਼ਨ ਇਹਦੀ ਹੋਈ ਆ, ਦੇਖੋ ਹੁਣ ਗਾਂਹ ਕੀ ਹੁੰਦਾ। ਪਰ ਜਾਣੀ ਦੂਜਾ ਮੈਂ ਜਿਹੜੀ ਕਹੂੰਗਾ ਕਿ ਜਿਹੜਾ ਗਰੀਬਾਂ ਨੂੰ ਬਚਾਉਣ ਲਈ, ਲੋਕਾਂ ਨੂੰ ਬਚਾਉਣ ਲਈ, ਪੀਸ ਰੱਖਣ ਲਈ, ਇਹ 'ਚ ਗੌਰਮੈਂਟ ਦਾ ਸਾਰਾ ਕਸੂਰ ਆ। ਔਰ ਇਹਨੂੰ ਬਣਾਉਣ ਲਈ ਸਾਡੇ ਜਿਹੜੇ ਬੜੇ ਬੜੇ ਲੀਡਰ ਹੈਗੇ ਨੇ, ਬਾਦਲ ਵਰਗੇ ਵੀ ਉਹਦੇ ਵਿੱਚ ਹੀ ਆ। ਇਹ ਉਹਨਾਂ ਉਹਨਾਂ ਦਾ ਇਹ ਸਾਰਾ ਹੈਗਾ, ਜੋ ਵੀ ਜੋ ਉਹਨਾਂ ਇਹਨਾਂ ਇਹਨੂੰ ਬਣਾਇਆ, ਜਦੋਂ ਇਹਨੂੰ ਲਿਆਂਦਾ, ਜਦੋਂ ਬਾਹਰ ਲਿਆਂਦਾ, ਇਹਨੂੰ ਬੜਾ ਕਰ ਦਿੱਤਾ। ਹੁਣ ਉਹ ਵੱਡਾ ਹੋ ਗਿਆ, ਹੁਣ ਆਕੜੀ ਹੋ ਗਿਆ, ਆਕੀ ਹੋ ਗਿਆ ਉਹਨਾਂ ਤੋਂ ਵੀ। ਗੁਰਦਿਆਲ ਸਿੰਘ, ਡੇਰੇ ਵਧੀ ਅਕਾਲੀਆਂ ਦੇ ਸਮੇਂ, ਜਿੰਨੀਆਂ ਜਦੋਂ ਅਕਾਲੀਆਂ ਦੀ ਗੌਰਮੈਂਟ ਆਈਆਂ ਡੇਰੇ ਬਣੇ ਸੀ ਉਦੋਂ। ਦੋਸ਼ੀ ਕਰਾਰ ਦਿੱਤਾ ਗਿਆ, ਮੈਂ ਇਹਦੇ ਹੱਕ ਚ ਹਾਂ। ਤੇ ਵੈਸੇ ਹੁਣ ਦੇਖੋ ਗਾਹ ਕੀ ਹੁੰਦਾ, ਪਰ ਮੈਂ ਗੌਰਮੈਂਟ ਨੂੰ ਸਿਰਫ ਮੈਂ ਰਿਕੁਐਸਟ ਕਰਦਾ ਕਿ ਗੌਰਮੈਂਟ ਦਾ ਕਸੂਰ ਇੰਨਾ ਹੈ ਕਿ ਗੌਰਮੈਂਟ ਨੂੰ ਇਹਨੂੰ ਰੋਕਣਾ ਚਾਹੀਦਾ, ਨਹੀਂ ਤਾਂ ਹੋਰ ਬਹੁਤ ਨੁਕਸਾਨ ਹੋਣਾ। ਔਰ ਲੋਕੀ ਅੰਦਰੋਂ ਰੋਹ ਨਾਲ ਭਰੇ ਹੋਏ ਬਹੁਤ, ਔਰ ਰੋੜਾ ਇਸ ਕਰਕੇ ਭਰੇ ਹੋਏ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਨਾ, ਉਹਨੇ ਜਿਹੜੀ ਲੀਡਰਸ਼ਿਪ ਵਾਲਾ ਰੋਲ ਅਦਾ ਨਹੀਂ ਕੀਤਾ ਜਿਹੜਾ ਉਹਨੂੰ ਕਰਨਾ ਚਾਹੀਦਾ। ਬੇਸ਼ੱਕ ਸਾਡੀ ਧਾਰਮਿਕ ਲੀਡਰਸ਼ਿਪ ਸੀ ਅਤੇ ਬੇਸ਼ੱਕ ਸਾਡੀ ਸਿਆਸੀ ਲੀਡਰਸ਼ਿਪ ਸੀ, ਜਿਸ ਪੱਧਰ ਦੀ ਉਹਨੂੰ ਦਿਖਾਉਣੀ ਚਾਹੀਦੀ ਚੇਤਨਤਾ, ਉਸ ਪੱਧਰ ਦੀ ਨਹੀਂ ਦਿਖਾਈ ਗਈ। ਔਰ ਮੈਂ ਬਹੁਤ ਨਰਮ ਤੋਂ ਨਰਮ ਸ਼ਬਦਾਂ 'ਚ ਇਹ ਗੱਲ ਕਹਿ ਰਿਹਾ ਕਿ ਜਿਸ ਪੱਧਰ ਦਾ ਉਹਨੂੰ ਕੰਮ ਕਰਨਾ ਚਾਹੀਦਾ ਉਸ ਪੱਧਰ ਦਾ ਨਹੀਂ ਕੀਤਾ ਗਿਆ, ਪਰ ਜਿਹੜੀ ਜੋ ਕੀਤਾ ਗਿਆ ਉਹ ਸਾਡੇ ਲਈ ਸਾਰਿਆਂ ਨੂੰ, ਸਾਰੀ ਕੌਮ ਨੂੰ ਬਦਨਾਮੀ ਦੇਣ ਵਾਲਾ ਹੀ ਸੀਗਾ। ਸੋ ਗਾਂਹ ਸਤਿਗੁਰੂ ਮਿਹਰ ਕਰੇ। ਮੈਂ ਜਾਣਾ ਜੀ ਇਹ ਗੱਲ ਕਹੂੰਗਾ, ਜਦੋਂ ਕੈਪਟਨ ਪਹਿਲਾਂ ਆਇਆ ਆਸ਼ੂਤੋਸ਼ ਦੇ ਉੱਥੇ ਕੋਈ ਬੰਦੇ ਲੱਗੇ ਸੀਗੇ ਫਲਾਣੇ ਥਾਂ ਕੰਮ ਕਰਨਾ, ਕੈਪਟਨ ਨੇ ਇੱਕ ਸੁਨੇਹਾ ਭੇਜਿਆ ਸੀਗਾ ਜੀ, ਉਹ ਕਹਿੰਦਾ ਆਪਣੇ ਡੇਰੇ ਚਲਾਉਣ ਬੈਠਣਾ, ਨਹੀਂ ਤਾਂ ਕਹਿੰਦਾ ਮੈਂ ਤੂੰ ਲੱਭੇਗਾ ਨਾ ਕਹਿੰਦਾ ਰਾਈਟ। ਮੁੜ ਕੇ ਉਹਦੀ ਗੁਰੂ ਸਰਕਾਰ ਨੇ ਬੋਲਿਆ ਨਹੀਂ ਉਹ। ਔਰ ਸਾਡੇ ਜਿਹੜੀ ਮੈਂ ਗੱਲ ਕਹੀ, ਮੈਂ ਓਪਨਲੀ ਇਹ ਕਹਿੰਦਾ ਹੁੰਦਾ, ਸਾਡੇ ਜਿੰਨੀਆਂ ਸਰਕਾਰਾਂ ਸਾਡੀਆਂ ਆਈਆਂ, ਅਕਾਲੀ ਕਿਤੇ ਇਹ ਬਾਦਲੇ ਅਕਾਲੀ, ਉਹ ਤਾਂ ਅਕਾਲੀ ਹੈ ਹੀ ਨਹੀਂ, ਉਹ ਤਾਂ ਇੰਨੀ ਸਭ ਯੂਜ਼ ਕਰਦੇ ਆ। ਜਿਹੜੇ ਸਹੀ ਅਕਾਲੀ ਹੈਗੇ ਆ ਉਹ ਤਾਂ ਚੁੱਪ ਕੇ ਬੈਠੇ ਹੈਗੇ ਆ, ਔਰ ਚੁੱਪ ਕਰਕੇ ਬੈਠੇ ਆ, ਔਰ ਜੇ ਉਹਨੂੰ ਕਹਿੰਦੇ ਉਹਨਾਂ ਨੂੰ ਪਿੱਛੇ ਬਹਾਲ ਦਿੰਦੇ, ਉਹਨਾਂ ਨੇ ਵੀ ਮੋਹਰੇ ਇਹਦੇ ਵਰਗੇ ਸਾਹ ਵਰਗੇ ਰੱਖੇ ਹੋਏ ਸੀ ਮੋਹਰੇ, ਜਿਹੜੇ ਚੁੱਪ ਕੇ ਕਿਉਂ ਬੈਠਿਆ ਤੁਸੀਂ ਬੋਲਦੇ ਆ, ਬੋਲਣਾ ਚਾਹੀਦਾ। ਨਹੀਂ ਤੇ ਮੈਂ ਮੈਨੂੰ ਪਤਾ, ਮੈਂ ਤਾਂ ਆਪ ਵੀ ਕਹਿੰਦਾ ਹੁੰਦਾ, ਅਗਰ ਮੈਂ ਉੱਥੇ ਹੁੰਦਾ ਤਾਂ ਮੇਰੀ ਗੋਲੀ ਵੱਜੀ ਹੋਣੀ, ਮੈਂ ਕਿਹੜਾ ਜੀਣਾ ਰਹਿਣਾ ਸੀਗਾ। ਮੈਂ ਮੇਰੀ ਜਿਹੜੀ ਆਦਤ ਸੀਗੀ ਨਾ, ਮੈਨੂੰ ਮੇਰੀ ਦਿਮਾਗ ਕਹਿੰਦੀ ਹੁੰਦੀ ਕਾਕਾ ਜੋ ਤੂੰ ਕਰਦਾ ਹੈਗਾ, ਮੈਂ ਕਿਹਾ ਫੌਜ ਵਿੱਚ ਹੋਣਾ। ਸੋ ਮੇਰਾ ਇਹ ਮਤਲਬ ਮੈਂ ਇੱਕ ਤਾਂ ਕਹਿੰਦਾ ਹੈਗਾ ਵੀ ਇਹ ਜੋ ਕੁਛ ਵੀ ਹੈਗਾ ਸਾਡੇ ਲੀਡਰਾਂ ਨੇ, ਜਾਣੀ ਮੈਂ ਤਦ ਕਹਿੰਦਾ ਅਕਸਰ ਪਾਰਟੀ ਦਾ ਨਾਂ ਤਾਂ ਯੂਜ਼ ਕਰਦੇ ਹੀ ਆ, ਸ਼੍ਰੋਮਣੀ ਅਕਾਲੀ ਦਲ ਐਡਾ ਉਹਦਾ ਵਾਹਦ ਉਹਦਾ ਇਤਿਹਾਸ ਹੋਵੇ ਔਰ ਉਹਨੂੰ ਕਲੰਕਿਤ ਕਰ ਦਿੱਤਾ ਇਹਨਾਂ ਨੇ, ਕਲੰਕਿਤ। ਹੁਣ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਾਲ ਲਈਏ। ਹੈਲੋ, ਮੇਰਾ ਖਿਆਲ ਕਾਲ ਆਈ ਕੋਈ ਡਰੋਪ। ਹੈਲੋ ਹੈਲੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਕੌਣ ਸਾਹਿਬ ਬੋਲਦੇ, ਕਿੱਥੋਂ ਬੋਲਦੇ? ਹਾਂਜੀ ਮੈਂ ਸਟੇਨ ਤੋਂ ਬੋਲਦਾ ਜੀ, ਸਤੀਸ਼ ਕੁਮਾਰ। ਹਾਂਜੀ ਵੀਰ ਜੀ, ਸਤੀਸ਼ ਕੁਮਾਰ ਸਪੇਨ ਤੋਂ ਬੋਲਦਾ ਜੀ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ, ਸਪੇਨ ਤੋਂ ਬੋਲ ਰਹੇ ਹੋ? ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੀ ਗੱਲ ਨੂੰ, ਮੈਂ ਬਹੁਤ ਸਹਿਮਤ ਕਰ ਗਈ, ਤੁਸੀਂ ਇਹ ਲੋਕੀ ਦੇ ਰਹੇ ਤੇ ਜਾਂਦੇ ਆ। ਹਾਂਜੀ ਆਪਣੇ ਮਾਂ ਪਿਓ ਨੂੰ ਲੋਕੀ ਰੋਟੀ ਨੀ ਦਿੰਦੇ ਤੇ ਦੇ ਰਹੇ ਨੂੰ ਭੱਜ ਕੇ ਜਾਂਦੇ ਆ ਜੀ, ਆਪਣਾ ਮਾਂ ਪਿਓ ਵਿਚਾਰਾ ਰੋਂਦਾ ਵਾ ਜੀ, ਦੇਰਿਆਂ ਨੂੰ ਜਾਂਦੇ ਆ ਜੀ। ਇਹਨਾਂ ਨੂੰ ਮੈਂ ਚਾਹੁੰਦਾ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਗਾਂ ਤੋਂ ਕੋਈ ਆਪਣਾ ਡੇਰੇ ਵਾਲਾ ਗਲਤ ਕੰਮ ਕਰ ਹੀ ਨਾ ਸਕੇ ਜੀ। ਠੀਕ ਹੈ ਜੀ ਜੀ, ਗਾਂ ਤੋਂ ਕੋਈ ਡੇਰੇ ਵਾਲਾ ਇਹੋ ਜਿਹਾ ਗਲਤ ਕੰਮ ਕਰੇ ਹੀ ਨਾ ਜੀ। ਸਾਡੀ ਆਵਾਮ ਦੀ ਗਲਤੀ ਆ ਕਿ ਜਿਹੜੇ ਆਪਣੇ ਘਰ ਬਾਰ ਦਾ ਕੰਮ ਛੱਡ ਕੇ ਜਿਹੜਾ ਇਹਨਾਂ ਦੇ ਮਗਰ ਲੱਗਦੇ ਆ, ਇਹਨਾਂ ਵਿਚਾਰਿਆਂ ਨੇ ਗਰੀਬਾਂ ਨੇ ਦੂਜਿਆਂ ਠੀਕ ਕਰਕੇ ਰੋਟੀ ਖਾਣੀ ਹੁੰਦੀ ਆ, ਇਹਨਾਂ ਦੇ ਵਿੱਚ ਡੇਰੇ ਵਾਲੇ ਦੇ ਬੰਦੇ ਹੁੰਦੇ, ਉਹਨਾਂ ਨੂੰ ਚੱਕ ਪੱਟ ਕੇ ਲੈ ਕੇ ਜਾਂਦੇ ਆ ਜੀ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਤੁਸੀਂ ਸਪੇਨ ਤੋਂ ਸੁਣ ਰਹੇ ਹੋ, ਸਪੇਨ ਤੋਂ ਫੋਨ ਕਰ ਰਹੇ ਹੋ, ਤੁਹਾਡਾ ਧੰਨਵਾਦ। ਦੁਨੀਆਂ ਤੇ ਪਹੁੰਚਾਓ ਖਬਰ ਕਿ ਇਹਨਾਂ ਡੇਰਿਆਂ ਦੇ ਵਿੱਚ ਜਿਹੜੇ ਬੰਦੇ ਹੁੰਦੇ ਉਹੋ ਹੀ ਬੰਦੇ ਜਿਹੜੇ ਇਹਨਾਂ ਨੂੰ ਦੁਨੀਆਂ ਨੂੰ ਚੱਕ ਪੜ ਕੇ ਦਿਹਾੜੀ ਵਿਚਾਰੇ ਦਿਹਾੜੀਦਾਰਾਂ ਨੂੰ ਵਿਚਾਰਿਆਂ ਨੂੰ ਅੱਗੇ ਲੈ ਕੇ ਜਾਂਦੇ, ਉਹਨਾਂ ਦੇ ਬੱਚੇ ਰੁਲ ਜਾਂਦੇ, ਜੇ ਕੋਈ ਮਰ ਜਾਂਦਾ ਉਹਨਾਂ ਵਿਚਾਰਿਆਂ ਦੇ ਬੱਚੇ ਰੁਲ ਜਾਂਦੇ ਜੀ, ਇਹਨਾਂ ਦਾ ਕੀ ਜਾਂਦਾ ਜੀ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਦਾ ਜੀ। ਵੀਰ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ। ਇੱਕ ਗੱਲ ਜਿਹੜੀ, ਹਾਂਜੀ ਹਾਂਜੀ ਵੀਰ ਜੀ, ਇੱਕ ਗੱਲ ਜਿਹੜੀ ਬਹੁਤ ਵੀਰ ਜੀ ਨੇ ਕਹੀ ਆ, ਉਹਨਾਂ ਦੀ ਗੱਲ ਉਹ ਕਹਿਤੀ ਮੇਰਾ ਪੂਰੀ ਜਿਹੜੀ ਕਹਿਣੀ ਚਾਹੁੰਦੇ ਸੀਗੇ, ਜਿਹੜੇ ਡੇਰੇ ਨੇ ਉਹ ਕ੍ਰਾਈਮ ਆਰਗੇਨਾਈਜ਼ ਕਰਦੇ ਆ,
ਕਰਦੇ ਆ। ਔਰ ਜਿਹੜਾ ਦੇਸ਼ ਲਈ, ਕੌਮ ਲਈ, ਸਮਾਜ ਲਈ ਸਭ ਤੋਂ ਜ਼ਿਆਦਾ ਕ੍ਰਾਈਮ ਹੁੰਦਾ, ਪੂਰੇ ਹਰ ਸਮਾਜ 'ਚ ਹੁੰਦਾ, ਹਰ ਦੇਸ਼ 'ਚ ਹੁੰਦਾ, ਹਰ ਭਾਈਚਾਰੇ 'ਚ ਕ੍ਰਾਈਮ ਹੁੰਦਾ, ਕਿਤੇ ਨਾ ਕਿਤੇ ਹੁਣ ਪੁਲਿਸ ਇਸੇ ਲਈ ਬਣਾਈ ਹੁੰਦੀ ਆ, ਇਹ ਫੌਜਾਂ ਇਸੇ ਲਈ ਹੁੰਦੀਆਂ, ਜੇਲ੍ਹਾਂ ਇਸੇ ਲਈ ਹੁੰਦੀਆਂ ਕ੍ਰਾਈਮ ਨੂੰ ਘੱਟ ਕਰਨ ਦੇ ਲਈ। ਪਰ ਜਦੋਂ ਡੇਰੇ ਆਰਗੇਨਾਈਜ਼ ਕ੍ਰਾਈਮ ਕਰਦੇ ਆ, ਉਹ ਕ੍ਰਾਈਮ ਨੂੰ ਜਦੋਂ ਧਰਮ ਦੀ ਚਾਦਰ ਉੱਤੇ ਪਾ ਦਿੰਦੇ, ਫਿਰ ਉਹਨੂੰ ਰੋਕਣਾ ਬੜਾ ਔਖਾ ਹੋ ਜਾਂਦਾ। ਸੋ ਇਹ ਡੇਰੇ ਗੁੰਡੇ ਕਿਸਮ ਦੇ ਲੋਕ ਇਕੱਠੇ ਹੋ ਕੇ ਕ੍ਰਾਈਮ ਨੂੰ ਆਰਗੇਨਾਈਜ਼ ਕਰਕੇ ਫਿਰ ਡੇਰੇ ਬਣਾਉਂਦੇ ਨੇ, ਉਹਦੇ 'ਤੇ ਧਰਮ ਦਾ ਲਬਾਦਾ ਪਾ ਲੈਂਦੇ ਨੇ, ਧਰਮ ਦਾ ਲਬਾਦਾ ਪਾ ਕੇ ਨਾਲੇ ਧਰਮ ਨੂੰ ਬਦਨਾਮ ਕਰਦੇ, ਨਾਲੇ ਸਮਾਜ ਨੂੰ ਬਦਨਾਮ ਕਰਦੇ, ਨਾਲੇ ਸਰਕਾਰ ਨੂੰ ਚੂਨਾ ਲਾਉਂਦੇ। ਸੋ ਇਹਦੇ ਲਈ ਵੱਡੀ ਗੱਲ ਹੈ ਕਿ ਸਮਾਜ ਦੀ ਬਿਹਤਰੀ ਲਈ ਔਰ ਪੂਰੀ ਕੌਮ ਦੀ ਬਿਹਤਰੀ ਲਈ ਸਰਕਾਰਾਂ ਨੂੰ ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਸਾਰੇ ਡੇਰੇ। ਰਾਣਾ ਜੀ, ਜਿਹੜੇ ਡੇਰੇ ਆ, ਇੱਥੇ ਆਪਾਂ ਬਾਉਂਸਰ ਕਹਿੰਦੇ ਹਾਂ ਨਾ, ਹਾਂਜੀ, ਡੇਰਿਆਂ ਵਾਲਿਆਂ ਜਿੰਨੇ ਵੀ ਡੇਰੇ ਆ, ਡੇਰਿਆਂ ਵਾਲਿਆਂ ਨੇ ਬਾਉਂਸਰ ਰੱਖੇ ਹੋਏ ਆ ਜੀ, ਉਹਨਾਂ ਦੇ ਪਹਿਰਾਵੇ ਵੱਖਰੇ ਆ, ਬਿਲਕੁਲ ਬਿਲਕੁਲ, ਲੇਕਿਨ ਉਹ ਬਾਉਂਸਰ ਆ ਉਹਨਾਂ ਦੇ, ਬਿਲਕੁਲ ਬਿਲਕੁਲ, ਜਿਹੜਾ ਵੀ ਉੱਥੇ ਉਹਨਾਂ ਦੀ ਕੋਈ ਗੱਲ ਕਰਦਾ ਉਹ ਬੰਦਾ ਲੱਭਦਾ ਨਹੀਂ ਹੈਗਾ, ਬਿਲਕੁਲ। ਔਰ ਡੇਰੇ, ਕਿਉਂਕਿ ਅਸੀਂ ਸਾਡੀ ਗੱਲ ਹੋਈ, ਜਿਹਨੇ ਲੈ ਗਲੀ ਉਹਨੇ ਉੱਠ ਚੱਲੀ ਵਾਲੀ ਸਾਡੀ ਗੱਲ ਹੈਗੀ ਆ, ਜਿਹਨੇ ਮਾੜੀ ਮੋਟੀ ਗੱਲ ਸ਼ੁਰੂ ਕਰਤੀ ਉਧਰ ਡੇਰੇ ਜਿਹੜੇ, ਹਾਂਜੀ ਕਰ ਲਓ ਕਾਲ ਲਈ, ਹਾਂਜੀ ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਥੋਂ ਬੋਲ ਰਿਹਾ, ਕੌਣ ਬੋਲ ਰਿਹਾ? ਦੋਸ਼ੀ ਕਰਾਰ ਦੇ ਦਿੱਤਾ ਗਿਆ ਅੱਜ, ਦੋਸ਼ੀ ਕਰਾਰ ਤਿੰਨ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਲੱਗੇ ਉੱਤੇ ਦੋਸ਼, ਇੱਕ 366 376 ਜਿਹੜਾ ਬਲਾਤਕਾਰ ਦਾ ਜ਼ਬਰਦਸਤੀ ਦਾ, ਨਾਲ ਨਾਲ 511 ਇਰਾਦਾ ਕਤਲ ਵਾਲਾ, ਕਿਉਂਕਿ ਨਾਲ ਹੀ ਬਣ ਜਾਂਦਾ, ਨਾਲ 120 ਦਾ ਦਾਵਾ ਧਮਕੀ ਦਾ। ਸੋ 4-5 ਦੋਸ਼ ਹੈ, ਮਿਲ ਕੇ 7 ਸਾਲ ਤੋਂ ਲੈ ਕੇ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਆ ਹਿੰਦੁਸਤਾਨ ਦੇ ਧਾਰਾ ਦੇ ਮੁਤਾਬਕ। ਬਾਕੀ ਦੇਖੋ ਹੁਣ ਰਾਣਾ ਜੀ, ਫਿਰ ਇਹ ਜੇ ਸਜ਼ਾ ਹੋ ਗਈ ਨਾ, ਇਹ ਹੁਣ ਇੱਥੇ ਮੁੱਕਣੀ ਨਹੀਂ ਨਾ ਗੱਲ, ਇਹ ਹੋਰ ਕਿਸੇ ਨਿਕਲਣੀ, ਇਹ ਗੱਲ ਮੁੱਕਣੀ ਨਹੀਂ। ਹੁਣ ਜਿਹੜੀਆਂ ਸਾਧਵੀਆਂ ਵਿਚਾਰੀਆਂ ਚੁੱਪੜ ਕੇ ਬੈਠੀਆਂ ਨਾ, ਤੁਸੀਂ ਦੇਖਿਓ ਉਹ ਵੀ ਮੋਹਰੇ ਆਉਣਗੀਆਂ, ਪੱਤਰਕਾਰ ਦੇ ਕਤਲ ਕਰਵਾਏ, ਉਹ ਪੱਤਰਕਾਰਾਂ ਦੇ ਜਿਹੜੇ ਉਹ ਸਾਰ ਚੀਜ਼ਾਂ ਮੋਹਰੇ ਆਉਣਗੀਆਂ, ਔਰ ਜੋ ਇਹਦੇ ਪਾਪ ਹੈਗੇ ਆ ਉਹ ਸਾਰੇ ਇਸ ਵੇਲੇ ਮੋਹਰੇ ਆਉਣੇ ਆ। ਜਦੋਂ ਬੰਦਾ ਉਹ ਜਦੋਂ ਬਾਹਰ ਬੈਠਾ ਸੀਗਾ ਉਸ ਵੇਲੇ ਹੁੰਦਾ, ਅਗਲੇ ਦਾ ਡਰ ਹੁੰਦਾ ਵੀ ਇਹਦੇ ਗੁੰਡੇ ਰੱਖੇ ਹੋਏ, ਇਹਦੇ ਬਾਉਂਸਰ ਰੱਖੇ ਹੋਏ ਨੇ, ਪਤਾ ਨਹੀਂ ਕੀ ਕਰਾ ਦੇਣਾ। ਔਰ ਤੁਹਾਡੇ ਸਾਹਮਣੇ ਜਿਹੜਾ ਮਾੜਾ ਬੋਲਦਾ ਸੀਗਾ ਉਹ ਜਿਹੜੀ ਉਹ ਕੁੜੀ ਆ ਜਿਹਨਾਂ ਵਿਚਾਰੀ ਨੇ ਹੋਇਆ, ਉਹਦਾ ਭਰਾ ਉਸ ਵੇਲੇ ਮਰਵਾਤਾ, ਔਰ ਤੁਹਾਡੇ ਸਾਹਮਣੇ ਉਹ ਦੂਜਾ ਆਪਣੇ ਹੁਣ ਚਲੋ ਦੂਜੇ ਪਾਸੇ ਹੁਣ ਕਰੂੰ, ਇੱਥੇ ਰਹਿੰਦੇ ਨੇ, ਇੱਥੇ ਵੀ ਇੱਕ ਹੈਗਾ ਚੰਗਾ ਤਗੜਾ ਡਾਕਟਰ ਜਿਹਨੂੰ ਅੰਨਾ ਕਰਦਾ, ਉਹ ਹੋਰ ਡੇਰਾ ਸੀਗਾ, ਉਹ ਮੇਰਾ ਕਹਿੰਦਾ ਇੱਥੇ ਆਪਾਂ ਕਰ ਲਈਏ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਿਹਾ ਜੀ? ਭੈਣ ਜੀ ਆਪਣਾ ਟੈਲੀਵਿਜ਼ਨ ਬੰਦ ਕਰਕੇ ਜਿਹੜਾ ਗੱਲ ਕਰੋ, ਕਿੱਥੋਂ ਬੋਲ ਰਿਹਾ? ਵਾਹਿਗੁਰੂ ਜੀ, ਭਾਜੀ ਤੁਸੀਂ ਲਾਈਵ ਕਿੱਥੋਂ ਬੋਲ ਰਹੇ ਹੋ? ਇੱਕ ਮੈਂ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਕਾਲ ਕਰਦੇ ਹੋ, ਜੇ ਤੁਸੀਂ ਆਪਣੇ ਟੈਲੀਵਿਜ਼ਨ ਤੋਂ ਥੋੜ੍ਹਾ ਜਿਹਾ ਦੂਰ ਹੋਵੋਗੇ ਟੈਲੀਫੋਨ ਕਰਨ ਲੱਗਿਆ, ਅਤੇ ਤਾਂ ਤੁਸੀਂ ਗੱਲ ਕਰ ਸਕੋਗੇ, ਕਿ ਉਹ ਜਿਹੜੀ ਟੈਲੀਵਿਜ਼ਨ ਦੇ ਰਹੀ ਤੁਹਾਡੇ ਕੋਲ ਗੱਲ ਪਹੁੰਚਣੀ ਹੈ, ਉਹਨੂੰ ਗੱਲ ਕੀਤੀ ਹੋਈ ਤੁਹਾਡੀ ਗੱਲ ਨੂੰ ਤੁਹਾਡੇ ਤੱਕ ਪਹੁੰਚਣ ਲਈ 10 ਸੈਕਿੰਡ ਦਾ ਸਮਾਂ ਲੱਗ ਜਾਣਾ, ਤੁਸੀਂ ਉਹ ਗੱਲ ਸੁਣਨ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਉਹ ਗੱਲ ਸੁਣਨ ਦੀ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੋਂ ਗੱਲ ਨਹੀਂ ਕਰ ਹੋਣੀ। ਸੋ ਟੈਲੀਵਿਜ਼ਨ ਤੋਂ ਦੂਰ ਹੋ ਕੇ ਥੋੜ੍ਹਾ ਜਾਂ ਟੈਲੀਵਿਜ਼ਨ ਦੀ ਆਵਾਜ਼ ਘੱਟ ਕਰਕੇ ਤੁਸੀਂ ਗੱਲ ਕਰੋਗੇ, ਟੈਲੀਫੋਨ ਤੋਂ ਹੀ ਗੱਲ ਸੁਣ ਕੇ ਗੱਲ ਕਰੋਗੇ, ਫਿਰ ਗੱਲ ਹੋਣੀ। ਸੋ ਬੇਨਤੀ ਹੈ ਕਿ ਥੋੜ੍ਹਾ ਜਿਹਾ ਟੈਲੀਵਿਜ਼ਨ ਤੋਂ ਜਾਂ ਦੂਰ ਹੋ ਜਾਇਆ ਕਰੋ ਜਾਂ ਟੈਲੀਵਿਜ਼ਨ ਦੀ ਆਵਾਜ਼ ਘੱਟ ਕਰ ਦਿਆ ਕਰੋ, ਤਾਂ ਹੀ ਗੱਲ ਹੋ ਸਕਦੀ ਹੁੰਦੀ ਆ। ਮੈਂ ਬੇਨਤੀ ਕਰਾਂਗਾ ਜਿਹਨਾਂ ਦੀ ਕਾਲ ਡਰੋਪ ਹੋਈ ਉਹਨਾਂ ਭੈਣ ਜੀ ਦੁਬਾਰਾ ਜ਼ਰੂਰ ਆ ਜਾਣ। ਹਾਂਜੀ, ਮੈਂ ਇੱਕ ਗੱਲ ਜ਼ਰੂਰ ਕਰਾਂ, ਬੇਸ਼ੱਕ ਨਾ ਅੱਜ ਸਾਡੇ ਅਕਾਲੀ ਜੀ ਕੁਛ ਵੀ ਕਹਿਣ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਬਿਹਾਈਂਡ ਦੀ ਸੀਨ ਜੋ ਸੋਸ਼ਲ ਮੀਡੀਆ 'ਤੇ ਆਉਂਦਾ ਨਾ, ਮੈਂ ਇਹ ਕਹਿੰਦਾ ਵੀ ਸੋਸ਼ਲ ਮੀਡੀਆ 'ਤੇ ਆਉਂਦਾ ਬਹੁਤ ਕੁਛ ਆ, ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਜਿੱਥੇ ਅੱਗ ਹੋਊ ਧੂੰਆਂ ਉੱਥੇ ਨਿਕਲੂਗਾ। ਕੋਈ ਨਾ ਕੋਈ ਗੱਲਬਾਤ ਜਿਹੜੀ ਅੱਜ ਕੱਲ੍ਹ ਦੁਨੀਆ, ਮੈਂ ਕਹਿੰਦਾ ਵੀ ਇੰਨੇ ਸੋਰਸ ਹੈਗੇ ਆ, ਜਿਹੜਾ ਵੀ ਬੰਦਾ ਖਾਸ ਕਰ ਲੀਡਰ ਟਾਈਪ ਹੈਗਾ, ਜਦੋਂ ਇੱਦਾਂ ਦਾ ਸਮਾਂ ਆਉਂਦਾ ਉਹਨੂੰ ਹਰ ਬੰਦਾ ਹਰ ਪਾਸਿਓਂ ਬਾਚ ਕਰਦੇ ਆ ਵੀ ਕਿੱਧਰ ਨੂੰ ਜਾਂਦਾ, ਇਹਦੀ ਐਕਟੀਵਿਟੀ ਕੀ ਕਰਨ ਲੱਗਾ ਹੈਗਾ। ਔਰ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਅੱਜ ਅਕਾਲੀਆਂ ਜੇ ਹੁਣ ਜੇ ਜਿਹੜੀ ਇਹਦੀ ਕਨਵੈਕਸ਼ਨ ਹੋ ਗਈ ਆ, ਹਾਂਜੀ ਕਨਵੈਕਸ਼ਨ ਹੋ ਗਈ ਆ, ਹੁਣ ਜੇ ਅਕਾਲੀ
ਉਹਦਾ ਜਿੱਦਾਂ ਜਿੱਦਾਂ ਮੋਹਿਤ ਸਾਹਿਬ ਬੋਲੇ ਜੀ ਆਪਾਂ ਕਰ ਲੈ ਲਈਏ ਲਓ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿੱਥੋਂ ਬੋਲ ਰਹੇ ਤੇ ਕੌਣ ਬੋਲ ਰਿਹਾ? ਰਾਣਾ ਸਾਹਿਬ ਜੀ, ਗੁਰਦਿਆਲ ਸਿੰਘ ਅਟਵਾਲ ਅਟਵਾਲ ਸਾਹਿਬ ਸਾਡੇ ਕਾਉਂਸਲਰ ਸਾਹਿਬ ਬੋਲ ਰਹੇ ਆ। ਮਹਾਂਪੁਰਸ਼ੋ, ਤੁਹਾਨੂੰ ਇੱਥੇ ਹੋਣਾ ਚਾਹੀਦਾ ਸੀਗਾ, ਪਰ ਚਲੋ ਤੁਸੀਂ ਇੱਦਾਂ ਹਿੱਸਾ ਪਾਓ, ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਦੱਸਿਆ ਸੀ ਮੇਰੀ ਸਿਹਤ ਠੀਕ ਨਹੀਂ ਸੀ। ਜੀ ਜੀ ਜੀ, ਚਲੋ ਹਿੱਸਾ ਪਾ ਲੈਂਦੇ। ਹਾਂਜੀ, ਬਹੁਤ ਵਧੀਆ ਤੁਸੀਂ ਗੱਲਬਾਤ ਕਰ ਰਹੇ ਹੋ ਆਪ ਜੀ ਚੌਹਾਨ ਸਾਹਿਬ। ਹਾਂਜੀ, ਪਰ ਇਦੋਂ ਪਹਿਲਾਂ ਕੁਛ ਕੁ ਗੱਲ ਆਈ ਸੀ, ਕਹਿੰਦੇ ਸੀ ਉਹ ਵੀ ਆਪ ਜੀ ਨੇ ਵੀ ਕਿਹਾ ਸੀ ਅਕਾਲੀ ਆ, ਅਕਾਲੀ ਤਾਂ ਜ਼ਰੂਰ ਸੀਗੇ ਪਰ ਜਿਹੜੇ ਅਕਾਲੀਆਂ ਦੇ ਵਿੱਚ ਅਕਾਲੀ ਆ ਬੜੇ ਨਾ ਹੁਣ। ਹਾਂਜੀ ਹਾਂਜੀ, ਜਿਹਨਾਂ ਨੇ ਆੜਾ ਘਟਾਤਾ ਉਹਨਾਂ ਨੇ ਖਰਾਬੀ ਕੀਤੀ ਆ। ਹਾਂਜੀ, ਦੂਸਰੇ ਪਾਸੇ ਜੇ ਆਪਾਂ ਇਹ ਸੋਚੀਏ, ਚਾਹੇ ਉਹ ਪਹਿਲਾਂ ਕਹਿ ਗਏ ਸੀ ਸਰਕਾਰ ਗੁਰਦਿਆਲ ਸਿੰਘ ਸੀ ਮੇਰਾ ਖਿਆਲ ਆਪਣੇ, ਹਾਂਜੀ ਦੋਇਲ ਸਾਹਿਬ ਤੇ ਕਹਿ ਰਹੇ ਸੀ ਸਰਕਾਰ ਤਖੜੀ ਆ, ਸਰਕਾਰਾਂ ਜਿੰਨੀਆਂ ਮਰਜ਼ੀ ਤਖੜੀਆਂ ਹੋਣ ਇਹ ਜਿਹੜੇ ਗੁੰਡਾਗਰਦੀ ਸਾਧ ਲਾਣੇ ਆ ਸਾਰੇ ਜਾ ਕੇ ਮੱਥਾ ਟੇਕਦੇ, ਚਾਹੇ ਉਹ ਕਿਰਨ ਸਾਹਿਬ ਸੀ, ਚਾਹੇ ਬਾਦਲ ਸਾਹਿਬ, ਚਾਹੇ ਛੋਟਾ ਬਾਦਲ, ਚਾਹੇ ਉਹਨਾਂ ਦਾ ਪਰਿਵਾਰ। ਆਮ ਉਹ ਤਸਵੀਰਾਂ ਜਿਹੜੀਆਂ ਪਬਲਿਕ ਹੋ ਚੁੱਕੀਆਂ ਜਾ ਕੇ ਪੈਰਾਂ ਚ ਬਹਿੰਦੇ ਤੇ ਇਹਨਾਂ ਲੋਕਾਂ ਨੇ ਤੇ ਇਹਨਾਂ ਨੂੰ ਤਖੜੇ ਕੀਤਾ ਬੂਟਾਂ ਨਾਲ ਤੇ ਅੱਗ ਤੇ ਇਹਨਾਂ ਲੋਕਾਂ ਨੇ ਸ਼ੁਰੂ ਕੀਤੀ ਆ, ਤੇ ਫਿਰ ਇਹ ਵੀ ਆਪਾਂ ਨੂੰ ਪਤਾ ਹੈਗਾ ਵੀ ਪਹਿਲਾਂ ਇੱਕ ਵੋਟਾਂ ਦੀ ਖਾਤਰ ਇਹਨਾਂ ਨੂੰ ਤਖੜੇ ਕੀਤਾ ਗਿਆ, ਵੋਟਾਂ ਦੀ ਖਾਤਰ ਇਹਨਾਂ ਨੂੰ ਮੰਗੀਆਂ ਗਈਆਂ ਵੋਟਾਂ, ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇਹਨਾਂ ਦੇ ਪਤਵਾ ਦਿੱਤਾ ਗਿਆ, ਕੱਲ ਤੱਕ ਤੋਂ ਮੁੜ ਕੇ ਫਿਰ ਮਾਫ਼ ਕੀਤਾ ਗਿਆ, ਕੀ ਕੁਛ ਹੋਇਆ ਸਾਰਾ ਪਤਾ। ਇਹ ਚੀਜ਼ਾਂ ਦੇ ਵਿੱਚੋਂ ਹੁਣ ਇਹ ਸਿੱਖਣ ਦੀ ਲੋੜ ਆ, ਬਾਕੀ ਦੇਖੋ ਇਹਨੂੰ ਸਜ਼ਾ ਕੀ ਹੁੰਦੀ ਆ। ਮੈਂ ਲੰਬਾ ਨਾਇਆ ਦੇ ਵਿੱਚ ਜਾਵਾਂ, ਇਹੋ ਜਿਹਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਆਪਾਂ ਜ਼ਰਾ ਪੰਜਾਬ ਦੀ ਕਰਾਂਗੇ, ਪੰਜਾਬ ਨਾਲ ਸੰਬੰਧਿਤ ਆ, ਇਹੋ ਜਿਹਾ ਇੱਕ ਪਖੰਡੀ ਸਾਧ ਲਾਣਾ ਇਕੱਠਾ ਹੋਇਆ ਆ, ਔਰ ਇਹ ਦੇਖੋ ਕਿ ਵੀ ਆਲੂ ਘੱਟ ਹੁੰਦੇ ਉੱਥੇ ਸਾਧ ਜ਼ਿਆਦਾ ਫਿਰਦੇ ਆ ਜੀ, ਤੇ ਕਈ ਦਫ਼ਾ ਸਿੱਖ ਸੰਗਤਾਂ ਦੇ ਵਿੱਚੋਂ ਵੀ ਆਪਾਂ ਇਹ ਦੇਖਦੇ ਕਿ ਮੈਂ ਨਾਵਾਂ 'ਚ ਨਾ ਜਾਵਾਂ, ਗੁਰੂ ਘਰਾਂ 'ਚੋਂ ਹੋਰ ਤਰ੍ਹਾਂ ਇੱਕ ਧਰਮ ਦੇ ਨਾਂ 'ਤੇ ਲੋਕਾਂ ਨੇ ਕਿੱਢ ਗਏ ਪੈਸੇ ਇਕੱਠੇ ਕਰ, ਕਿੱਡੇ ਕਿੱਡੇ ਡੇਰੇ ਬਣਾਏ ਆ, ਆਪਣੀਆਂ ਵੱਖਰੀਆਂ ਵੱਖਰੀਆਂ ਫੋਰਸਾਂ ਬਣਾਈਆਂ ਆ, ਔਰ ਇਹਨਾਂ ਨੇ ਇੱਕ ਵੋਟਾਂ ਦਾ ਇਹੋ ਜਿਹਾ ਬਣਾਇਆ ਆ ਨੈਟ ਜਿਹਾ ਕਿ ਵੀ ਤੁਸੀਂ ਜੋ ਕਰਨਾ ਅਸੀਂ ਜੋ ਕਰਨਾ ਸਾਨੂੰ ਕਰਨ ਦਿਓ, ਤੁਹਾਨੂੰ ਆਹ ਇੱਕ ਬੈਂਕ ਵੋਟ ਮਿਲੂਗੀ ਤੇ ਨਹੀਂ ਨਹੀਂ ਮਿਲੂਗੀ, ਇਸ ਕਰਕੇ ਇੱਕ ਬਲੈਕਮੇਲਿੰਗ ਕਰੇ ਤੇ ਜਿੰਨੇ ਉੱਥੇ ਗੰਦੇ ਪੋਲੀਟੀਸ਼ਨ ਆ ਉਹ ਸਾਰੇ ਇਹਨਾਂ ਦੇ ਚੱਕਰ ਦੇ ਵਿੱਚ ਲੈ ਕੇ ਇੱਕ ਵੋਟਾਂ ਦਾ ਕਰਕੇ ਉੱਥੇ ਦੀ ਪਬਲਿਕ ਨੂੰ ਔਰ ਉੱਥੇ ਦੇ ਪੌਣ ਪਾਣੀ ਨੂੰ ਤਾਂ ਹਰ ਇੱਕ ਨੂੰ ਇਹ ਗੰਧਲਾ ਕਰ ਰਹੇ ਲੋਕ, ਇਹ ਤੋਂ ਲਰਨ ਕਰਨਾ ਚਾਹੀਦਾ। ਪਰ ਇਹ ਦੇਖੀਏ, ਕਹਿੰਦੇ ਸਜ਼ਾ ਮਿਲੇਗੀ, ਦੇਖੀਏ ਸਜ਼ਾ ਕੀ ਮਿਲਦੀ, ਕਿ ਇੱਕ ਇਹੋ ਜਿਹੇ ਬੰਦੇ ਨੂੰ ਵੀ ਉਸੇ ਤਰ੍ਹਾਂ ਮਿਲੇਗੀ ਜਿੱਦਾਂ ਕਿਸੇ ਗਰੀਬ ਆਦਮੀ ਨੂੰ ਇਸ ਕੁਕਰਮ ਦੀ ਮਿਲਦੀ ਆ, ਇਹ ਆਉਣ ਵਾਲਾ ਸਮਾਂ ਦੱਸੂਗਾ ਜੀ। ਵਾਹਿਗੁਰੂ ਤੁਹਾਡਾ ਗੁਰਦਾਸ ਜੀ, ਤੁਹਾਡੇ ਵਿਚਾਰ ਹੋਗਾ, ਤੁਹਾਡੇ ਅਕਾਲੀ ਦਲ ਦੇ ਵਿਚਾਰ ਜੀ, ਤੁਹਾਡਾ ਵੀ ਇੱਕ ਅਕਾਲੀ ਦਲ ਹੈ ਨਾ? ਹਾਂਜੀ, ਤੁਹਾਡੇ ਅਕਾਲੀ ਦਲ ਦੇ ਤੌਰ ਤੇ ਜਿਹੜਾ ਉਹ ਸਰਦਾਰ ਸਿਮਰਨਜੀਤ ਦੇ ਮਾਨ ਦੇ ਪੰਜਾਬ ਜੀ ਦੇ ਬਾਰੇ ਕੀ ਵਿਚਾਰ, ਉਹ ਵੀ ਬੇਸ਼ੱਕ ਸਾਂਝੇ ਕਰਦੇ। ਦੇਖੋ ਜੀ, ਮੈਂ ਉਹਨਾਂ ਦੇ ਬਿਆਨ ਨਹੀਂ ਪੜ੍ਹ ਸਕਿਆ, ਹਾਂਜੀ, ਪਰ ਮੈਂ ਇਹ ਚੀਜ਼ ਕਹਿ ਸਕਦਾ ਕਿ ਵੀ ਜਿਹੜੇ ਇਹੋ ਜਿਹਾ ਕੋਈ ਵੀ ਹੈਗਾ, ਚਾਹੇ ਉਹ ਕੋਈ ਵੀ ਲੀਡਰ ਹੋਵੇ, ਔਰ ਉਹਨਾਂ ਨੂੰ ਇਹਨਾਂ ਤੋਂ ਇਹੋ ਜਿਹੇ ਸਾਧ ਲਾਣਿਆਂ ਤੋਂ ਬਚਣਾ ਚਾਹੀਦਾ, ਔਰ ਕਈ ਦਫ਼ਾ ਜਾਣੇ ਜਾਣੇ ਜੇ ਫਸਦੇ ਆ ਉਹਨਾਂ ਤੋਂ ਉਹਨਾਂ ਨੂੰ ਪਰੇ ਹੋ ਜਾਣਾ ਚਾਹੀਦਾ। ਮੇਰਾ ਖਿਆਲ ਮਾਨ ਸਾਹਿਬ ਦੇ ਵੀ ਇਸੇ ਹਿਸਾਬ ਦੇ ਨਾਲ ਹੋਣਗੇ, ਜਿਹੋ ਜਿਹਾ ਇਹੋ ਜਿਹੇ ਆਹ ਲੋਕ ਪਖੰਡ ਕਰਦੇ, ਲੋਕਾਂ ਨੂੰ ਧਰਮ ਦੇ ਨਾਂ ਤੇ ਵੇਚਦੇ ਆ, ਗਮਰਾਹ ਕਰਦੇ ਆ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੀ ਆ, ਇਹਨਾਂ ਦੀਆਂ ਵੋਟਾਂ ਨਾਲ ਓਦਾਂ ਹੀ ਚੰਗੇ ਭਲੇ ਆ, ਇਹ ਮੈਂ ਚਾਹੇ ਕਮੇ ਵੀ ਇੱਥੋਂ ਅਕਾਲੀ ਦਲ ਦੇ ਤੌਰ ਤੇ ਕਹਿੰਦਾ, ਮੇਰਾ ਖਿਆਲ ਮਾਨ ਸਾਹਿਬ ਵੀ ਇਸ ਮੇਰੀ ਗੱਲ ਨਾਲ ਸਹਿਮਤ। ਧੰਨਵਾਦ ਤੁਹਾਡਾ ਗੁਰਦਾਸ ਸਿੰਘ ਅਠਵਾਲ ਜੀ, ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਗੱਲ ਕਰਦੇ ਸੀ। ਹਾਂਜੀ, ਦੇਖੋ ਇਹ ਮੈਂ ਜਿਹੜੀ ਗੁੰਡਾਗਰਦੀ ਜਿਹੜੀ ਜੋ ਕੁਛ ਵੀ ਹੈਗਾ ਜੋ ਅੱਜ ਨਾ ਉੱਥੇ ਆਪਾਂ ਸੋਸ਼ਲ ਮੀਡੀਆ 'ਤੇ ਸੁਣਦੇ ਹਾਂ, ਮੈਂ ਉਹਦੇ 'ਤੇ ਵੀ ਸੁਣਿਆ, ਹਿੱਤ ਸਾਹਿਬ ਨੂੰ ਬੋਲਦੇ ਨੂੰ ਸੁਣਿਆ, ਜਿਹੜੀ ਚੀਜ਼ ਔਲਰੈਡੀ ਅੱਜ ਦੀ ਕਨਵੈਕਸ਼ਨ ਹੋ ਗਈ ਆ, ਉਹਨਾਂ ਨੇ ਜਦ ਦੇਖ ਲਿਆ ਹੈਗਾ ਵੀ ਹੁਣ ਜੋ ਕੁਛ ਉਸ ਚੀਜ਼ ਸਾਹਮਣੇ ਆ ਗਈ ਹੈਗੀ ਆ ਵੀ ਹੁਣ ਇਹ ਸਜ਼ਾ ਤੋਂ ਬਚ ਨਹੀਂ ਸਕਣਾ, ਜਾਂ ਕਨਵੈਕਸ਼ਨ ਹੋ ਗਈ 28 ਨੂੰ ਜਿਹੜਾ ਹੈਗਾ ਬਿਲਕੁਲ ਸਜ਼ਾ ਹੋਣੀ ਹੈ, ਜਿਹੜੇ ਕਲੋਜ਼ ਲੱਗੀ ਹੋਈ ਹੈਗੀ ਆ ਉਹਦੇ ਮਤ 7 ਪਲੱਸ ਉਹਦੇ ਉਹਨੂੰ ਸਜ਼ਾ ਹੋਣੀ, 7 ਤੋਂ 10 ਸਾਲ ਦੇ ਦੌਰਾਨ ਜੇਲ੍ਹ ਹੋਣੀ ਹੋਣੀ, ਔਰ ਇੱਥੇ ਬਸ ਨਹੀਂ ਹੋਣੀ, ਇਹ ਇਹ ਹੁਣ ਗਾਹਾਂ ਤੇ ਗਾਹਾਂ ਜਿਹੜੇ ਕੇਸ ਹੈਗੇ ਆ, ਜਿਹੜੀ ਇਹ ਲੜਕੀ ਦਾ ਕੇਸ ਸੀ ਜਿਹੜਾ ਅੱਜ ਉਹਨੂੰ ਇਹ ਜ਼ਿੰਦਗੀ ਮਿਲੀ ਆ, ਔਰ ਦੂਜੀਆਂ ਲੜਕੀਆਂ ਵੀ ਉਹ ਮੋਹਰੇ ਆਉਣਗੀਆਂ, ਔਰ ਮੇਰੀ ਗੱਲ ਨੂੰ ਯਾਦ ਰੱਖਿਓ, ਜਿਹੜੇ ਬੰਦੇ ਇਹਨਾਂ ਨੇ ਨਪੁੰਸਕ ਜਾਂ ਜੋ ਕੁਛ ਵੀ ਇਹ ਕਰਦਾ ਸੀ ਉਹਦੇ ਕਾਰਵਾਈਆਂ, ਉਹ ਲੋਕ ਬਹੁਤ ਇੱਥੇ ਕੇਸ ਹੋਣ ਜਿਹੜੇ ਬੰਦਿਆਂ ਦੇ, ਹਾਂਜੀ ਜਿਹੜੇ ਬੰਦਿਆਂ ਦੇ ਕਤਲ ਹੋ ਚੁੱਕੇ ਹੈਗੇ ਆ ਉਹ ਸਭ ਕੇਸ ਮੋਹਰੇ ਆਉਣਗੇ, ਔਰ ਅੱਜ ਇਹਨਾਂ ਨੂੰ ਇੱਥੋਂ ਦੱਸ ਦਿੰਦੇ ਹਾਂ ਵੀ ਇਹਦੇ ਮੋਹਰੇ ਇਹਦਾ ਕੋਈ ਵੀ, ਹਾਂਜੀ
ਕੋਈ ਵੀ ਇਸ ਵੇਲੇ ਚਾਰਾ ਨਹੀਂ ਨਜ਼ਰ ਆ ਰਿਹਾ ਹੈਗਾ ਵੀ ਇਹਦਾ ਕਿਸੇ ਪਾਸਿਓਂ ਬਚਾਅ ਹੋ ਜਾਊਗਾ। ਔਰ ਅੱਜ ਉਹਨਾਂ ਹੀ ਅਕਾਲੀ ਲੀਡਰਾਂ ਨੇ ਵੀ ਇਹ ਦੇਖ ਲਿਆ ਵੀ ਅੱਜ ਅਸੀਂ ਅਗਰ ਨਾ ਕੁਝ ਬੋਲੇ ਅਸੀਂ ਬਿਲਕੁਲ ਲੋਕਾਂ ਤੋਂ ਡਿਸਕ੍ਰੈਡਿਟ ਹੋ ਜਾਵਾਂਗੇ, ਲੋਕ ਬਿਲਕੁਲ ਸਾਨੂੰ ਇਹ ਦਰਕਾਰ ਦੇਣਗੇ। ਔਰ ਆਪਣੀ ਸਾਖ ਬਚਾਉਣ ਲਈ ਮੈਂ ਇਹ ਸਮਝਦਾ ਕਿਉਂਕਿ ਉਸ ਵੇਲੇ ਜਿਨ੍ਹਾਂ ਵੇਲਿਆਂ ਦੇ ਵਿੱਚ ਇਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮਾਫ਼ੀਨਾਮਾ ਦਵਾਇਆ ਸੀਗਾ, ਫਿਰ ਜਦ ਸੰਗਤ ਇੱਕਦਮ ਕੌਮ ਖੜ ਗਈ ਤਾਂ ਇਹਨਾਂ ਨੂੰ ਉਹ ਵਾਪਸ ਲੈਣਾ ਪਿਆ ਜੀ। ਇਹਨਾਂ ਨੇ ਅਕਾਲ ਤਖ਼ਤ ਨੂੰ ਇਸ ਮਸਲੇ 'ਚ ਹਾਸੋ ਨਾ ਬਣਾ ਬਣਾਇਆ, ਜਿਹੜੀ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਿਆ ਹੈਗਾ ਇਹ ਬਾਉਂਸਰ ਜਿਹਨੇ ਮਾਈ ਮਰਜ਼ੀ ਲਈ, ਫਿਰ ਜਿਹੜਾ ਪਰਮਾਤਮਾ ਦਾ ਬਾਉਂਸਰ ਆ ਨਾ ਜਦੋਂ ਉਹ ਖੜਦਾ ਇਹ ਬਾਉਂਸਰ ਸਾਹਿਬ ਉੱਡ ਜਾਂਦੇ ਹੈਗੇ ਆ। ਬੜੀ ਜਲਦੀ ਮੈਂ ਗੱਲ ਸਾਂਝੀ ਕਰ ਲਵਾਂ ਕਿ ਬੜੀ ਜਲਦੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਬੜੇ ਸੀਨੀਅਰ ਪੱਤਰਕਾਰ ਬੀਬੀ ਬਿੰਦੂ ਸਿੰਘ ਜੀ, ਇਹ ਉਹ ਜੁਆਇਨ ਕਰਨਗੇ ਪਰ ਇੱਕ ਕਾਲ ਲੈ ਲਈ ਪਹਿਲਾਂ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਕੌਣ ਬੋਲ ਰਿਹਾ ਜੀ? ਬਿੰਦੂ ਸਿੰਘ ਬੋਲ ਰਹੀ ਹਾਂ ਜੀ ਮੈਂ। ਹਾਂਜੀ ਬੀਬੀ ਬਿੰਦੂ ਸਿੰਘ ਜੀ ਬੋਲਦੇ ਹੋ, ਕਿ ਅੱਜ ਦੇ ਸਾਰੇ ਮਸਲੇ ਬਾਰੇ ਕਿੱਥੋਂ ਬੋਲ ਰਹੇ ਜੀ ਤੁਸੀਂ? ਚੰਡੀਗੜ੍ਹ ਤੋਂ ਬੋਲ ਰਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੀ ਚੰਡੀਗੜ੍ਹ ਦੀ ਹਾਲਾਤ ਹੈ, ਤੁਸੀਂ ਸੰਗਤ ਟੈਲੀਵਿਜ਼ਨ ਦੇ ਰਾਹੀਂ ਹੁਣ ਤੁਸੀਂ ਦੁਨੀਆ ਭਰ ਦੇ ਵਿੱਚ ਸੁਣੇ ਜਾ ਰਹੇ ਹੋ, UK ਤੋਂ ਜਲਬ ਸਕਾਈ ਦੇ 836 ਦੇ ਰਾਹੀਂ ਲਾਈਵ, ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਪ੍ਰਜੈਂਟ ਕਰ ਰਿਹਾ, ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਇੱਥੋਂ ਦੇ ਪ੍ਰਧਾਨ UK ਦੇ ਗੁਰਦੇਵ ਸਿੰਘ ਚੌਹਾਨ ਜੀ ਬੈਠੇ ਨੇ, ਔਰ ਦੁਨੀਆ ਭਰ 'ਚ ਤੁਹਾਡੀ ਆਵਾਜ਼ ਆ ਰਹੀ, ਤੁਸੀਂ ਉੱਥੇ ਦੀ ਹਾਲਾਤ ਦੱਸਣ ਦੀ ਕੋਸ਼ਿਸ਼ ਕਰਿਓ ਕੀ ਹੋ ਰਿਹਾ। ਪਹਿਲੇ ਤਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਿਹੜਾ ਅੱਜ ਦਾ ਜਿਹੜਾ ਸਾਰਾ ਦਾ ਸਾਰੀ ਗੱਲ ਹੋਈ ਹੈ ਜੀ, ਅੱਜ ਡੇਰਾ ਦਾ ਜਿਹੜਾ ਮੁਖੀ ਹੈਗਾ ਰਾਮ ਰਹੀਮ, ਉਹਦੀ ਅੱਜ ਪੰਚਕੂਲਾ ਕੋਰਟ ਦੇ ਵਿੱਚ ਜਿਹੜੀ ਅੱਜ ਫੈਸਲੇ ਹੋਣਾ ਸੀਗਾ, ਫੈਸਲੇ ਵਾਸਤੇ ਅੱਜ ਤਰੀਕ ਜਿਹੜੀ ਸੀਗੀ ਉਹ ਤੈਅ ਸੀਗੀ, ਤੇ ਉਸ ਦੇ ਵਿੱਚ ਕੋਈ 8:30 ਦੇ ਕਰੀਬ ਉਹ ਸਿਰਸਾ ਆਪਣੇ ਡੇਰੇ ਤੋਂ ਆਪਣੇ ਪਟਕੂਲਾ ਦੇ ਵਾਸਤੇ ਜਿਹੜਾ ਉਹਨੇ ਉੱਥੋਂ ਤੁਰਨਾ ਸ਼ੁਰੂ ਕੀਤਾ ਸੀਗਾ, ਤੇ 12:45 ਦੇ ਕਰੀਬ ਉਹ ਪੰਚਕੂਲਾ ਦੇ ਜਿਹੜਾ ਬਾਰਡਰ ਸੀਗਾ ਬਾਰਡਰ ਦੇ ਨਾਲ ਉਹ ਆ ਕੇ ਲੱਗ ਗਿਆ ਸੀਗਾ, ਤੇ 1:15 ਦੇ ਕਰੀਬ ਕੋਰਟ ਦੇ ਵਿੱਚ ਆ ਗਏ ਸੀ, ਤੇ ਉਹਦੇ ਬਾਅਦ ਫਿਰ ਉਹ ਜਿਹੜਾ ਸੀਗਾ ਉਹ ਜਿਹੜਾ ਜੱਜ ਨੇ 2:30 ਇਸ ਕੇਸ ਦੀ ਪ੍ਰੋਸੀਡਿੰਗ ਜਿਹੜੀ ਸੀਗੀ ਉਹ ਸ਼ੁਰੂ ਕੀਤੀ, ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਜਿਹੜਾ ਸੀ ਦੋਸ਼ੀ ਕਰਾਰ ਦਿੱਤਾ ਗਿਆ। ਅੱਜ ਜੀ ਕਿਹੜੀ ਕਿਹੜੀ ਧਾਰਾ ਲਾਈ ਗਈ ਉੱਤੇ ਕਾਨੂੰਨ ਦੀ ਜੀ? ਉਹਦੇ ਤੇ ਆਲਰੇਡੀ ਹੀ ਉਹਦਾ ਤੇ ਕੇਸ ਜਿਹੜਾ ਚੱਲ ਰਿਹਾ ਰੇਪ ਐਂਡ ਮੋਲੈਸਟੇਸ਼ਨ ਦਾ ਕੇਸ ਸੀਗਾ ਜੀ, ਰੇਪ ਐਂਡ ਮੋਲੈਸਟੇਸ਼ਨ ਜਿਹੜਾ ਸਾਧਵੀ ਵਾਲਾ ਕੇਸ ਸੀਗਾ, ਸਾਧਵੀ ਦਾ ਰੇਪ ਐਂਡ ਮੋਲੈਸਟੇਸ਼ਨ ਕੇਸ ਦੇ ਵਿੱਚ ਦੋ ਸਾਧਵੀਆਂ ਦੇ ਨਾਲ 15 ਸਾਲ ਪਹਿਲੇ ਇੱਕ FIR ਦਰਜ ਹੋਈ ਸੀ, ਸਾਧਵੀਆਂ ਨੇ ਦੋ ਨੇ FIR ਦਰਜ ਕਰਵਾਈ ਸੀਗੀ ਜਿਹਦੇ ਵਿੱਚ ਕਿ ਉਹਨਾਂ ਨੇ ਰੇਪ ਐਂਡ ਮੋਲੈਸਟੇਸ਼ਨ ਦਾ ਉਹਨਾਂ ਤੇ ਇਹ ਕੇਸ ਦਰਜ ਹੋਇਆ ਸੀਗਾ, ਤੇ ਉਹਦੇ ਵਿੱਚ ਅੱਜ ਗੁਰਮੀਤ ਰਾਮ ਰਹੀਮ ਜਿਹੜਾ ਡੇਰਾ ਸੱਚਾ ਸੌਦਾ ਦਾ ਚੀਫ ਹੈ ਮੁਖੀ ਹੈ ਉਹਨੂੰ ਗਿਲਟੀ ਹੈਲਡ ਕੀਤਾ ਗਿਆ, ਤੇ 28 ਤਰੀਕ ਨੂੰ ਉਹਨੂੰ ਕੁਆਂਟਮ ਆਫ ਸੈਂਟੈਂਸ ਜਿਹੜੀ ਹੈ ਸਜ਼ਾ ਜਿਹੜੀ ਹੈਗੀ ਉਹ ਸੁਣਾਈ ਜਾਏਗੀ, ਤੇ ਉਹਦੇ ਵਿਚਕਾਰ ਅੱਜ ਉਹਨਾਂ ਨੂੰ ਏਅਰਲਿਫਟ ਕਰਕੇ ਚੌਪਰ ਦੇ ਥਰੂ ਉਹਨੂੰ ਰੋਹਤਕ ਲੈ ਕੇ ਜਾਇਆ ਗਿਆ, ਉੱਥੇ ਪੁਲਿਸ ਸਕੂਲ ਅਕੈਡਮੀ ਦੇ ਵਿੱਚ ਗੈਸਟ ਹਾਊਸ ਦੇ ਵਿੱਚ ਉਹਨੂੰ ਇਸ ਟਾਈਮ ਰੱਖਿਆ ਗਿਆ ਹੈਗਾ ਜੀ। ਤੇ ਉਦੋਂ ਬਾਅਦ ਚ ਸਜ਼ਾ ਸੁਣਾਉਣ ਤੋਂ ਬਾਅਦ ਜਿਹੜੀ ਉਹਨਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਦੇ ਜਿਹੜੀ ਹਿੰਸਾ ਕੀਤੀ ਹੈ ਉਹ ਕਿਸ ਪੱਧਰ ਦੀ ਹਿੰਸਾ ਹੋਈ ਤੇ ਕਿੱਥੇ ਕਿੱਥੇ ਜ਼ਿਆਦਾ ਹੋਈ? ਦੇਖੋ ਜੀ ਰਾਂਝੇ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੋ ਐਕਸਪੈਕਟਡ ਸੀ ਉਹ ਉਹਨਾਂ ਉਸ ਤਰੀਕੇ ਦੀ ਹੀ ਗੱਲ ਹੋਈ, ਕਿਉਂਕਿ ਲੋਕਾਂ ਦੀ ਜਿਹੜੀਆਂ ਕਿਆਸ ਰਹੀਆਂ ਲੱਗ ਰਹੀਆਂ ਸੀਗੀਆਂ ਕਿ ਬਹੁਤ ਜ਼ਿਆਦਾ ਇੱਥੇ ਹਿੰਸਾ ਵੀ ਹੋ ਸਕਦੀ ਹੈ ਜਾਂ ਭੜਕ ਸਕਦੇ ਹੈ, ਕਿਉਂਕਿ ਪੰਚਕੂਲਾ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਹੌਲੀ ਹੌਲੀ ਕਰਕੇ ਜਿਹੜਾ ਡੇਰਾ ਫੋਲੋਅਰ ਸੀਗੇ ਉੱਥੇ ਭਰਨੇ ਸ਼ੁਰੂ ਹੋ ਗਏ ਸੀਗੇ, ਤੇ ਲੱਖਾਂ ਦੇ ਘੱਟੋ ਘੱਟ ਮਤਲਬ ਕਿ 1-1.5 ਲੱਖ ਦੇ ਕਰੀਬ ਉੱਥੇ ਆਲਰੇਡੀ ਉਹ ਜਮ੍ਹਾਂ ਹੋ ਗਏ ਸੀਗੇ, ਜਦਕਿ ਪ੍ਰਸ਼ਾਸਨ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਜਾਂ ਫਿਰ ਗਵਰਨਮੈਂਟ ਜਿਹੜੀ ਹੈਗੀ ਹੈ ਹਰਿਆਣਾ ਗਵਰਨਮੈਂਟ, ਉਹਨੇ ਆਪਣੀਆਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਏਦਾਂ ਉਦਾਂ ਕਰਕੇ ਉਹਨਾਂ ਨੂੰ ਉੱਥੋਂ ਤਿੱਤਰ ਬਿੱਤਰ ਕਰਨ ਦੀ, ਪਰ ਉਹ ਗੱਲ ਨਹੀਂ ਹੋ ਸਕੀ। ਡੇਰਾ ਜਿਹੜੇ ਪ੍ਰੇਮੀ ਸੀਗੇ ਜਾਂ ਜਿਹੜੇ ਆਪਣੇ ਫੋਲੋਅਰ ਸੀਗੇ ਉਹਨਾਂ ਦੇ ਉਹ ਉੱਥੋਂ ਹਿੱਲਣ ਨੂੰ ਤਿਆਰ ਨਹੀਂ ਸੀਗੇ, ਤੇ ਉਸ ਕਰਕੇ ਜਿਹੜੀ ਸੀਗੀ ਜਦੋਂ ਪ੍ਰੋਨਾਊਂਸ ਹੋਇਆ ਹੈ ਕਿ ਉਹ ਹੈਲਡ ਗਿਲਟੀ ਕੀਤੇ ਗਏ ਹੈ ਆਪਣੇ ਡੇਰਾ ਮੁਖੀ, ਨਾਲ ਦੀ ਨਾਲ ਜਿਹੜੀ ਉਹਨਾਂ ਦੇ ਫੋਲੋਅਰ ਸੀਗੇ ਉਹ ਭੜਕ ਗਏ, ਉਹਨਾਂ ਦੇ ਭੜਕਣ ਦੇ ਨਾਲ ਉਹਨਾਂ ਨੇ ਸਿਕਿਉਰਿਟੀ ਫੋਰਸਿਸ ਦੇ ਸਭ ਤੋਂ ਪਹਿਲੇ ਸਟਿਕਸ ਦੇ ਨਾਲ ਡੰਡਿਆਂ ਨਾਲ ਤੇ ਪੱਥਰਾਂ ਦੇ ਨਾਲ ਸਟੋਨ ਪਲੇਟਿੰਗ ਕੀਤੀ, ਜਿਹਦੇ ਨਾਲ ਕਿ ਉਹਦੇ ਜਵਾਬ ਦੇ ਵਿੱਚ ਜਦੋਂ ਫਿਰ ਸਿਕਿਉਰਿਟੀ ਫੋਰਸਿਸ ਨੇ ਆਪਣਾ ਮੋਰਚਾ ਸਾਂਭਿਆ ਤੇ ਉਹਨਾਂ ਨੂੰ ਕਾਊਂਟਰ ਅਟੈਕ ਜਦੋਂ ਕੀਤਾ ਤੇ ਉਹਦੇ 'ਚ ਫਾਇਰਿੰਗ ਵੀ ਹੋਈ, ਵਾਟਰ ਕੈਨਨਸ ਵੀ ਚੱਲੇ, ਤੇ ਉਹਦੇ ਵਿੱਚ ਹਜੇ ਤੱਕ ਦੀ ਜਿਹੜੀ ਖਬਰ ਆ ਰਹੀ ਹੈ 25 ਦੇ ਕਰੀਬ ਲੋਕ ਜਿਹੜੇ ਆ ਉਹਦੇ ਵਿੱਚ
ਮਾਰੇ ਗਏ ਨੇ, ਜ਼ਖਮੀ ਕਿੰਨੇ ਹੋਏ, ਹਜ਼ਾਰਾਂ ਦੀ ਸੌਰੀ ਸੈਂਕੜਿਆਂ ਦੀ ਜਿਹੜੀ ਗਿਣਤੀ ਦੇ ਵਿੱਚ ਲੋਕ ਨੇ ਉਹ ਇੰਜਰਡ ਹੋਏ ਨੇ, ਉਹਦੇ ਵਿੱਚ ਸਿਕਿਉਰਿਟੀ ਫੋਰਸਿਸ ਦੇ ਤੇ ਦੂਜੇ ਜਿਹੜੇ ਸੀਗੇ ਐਜੂਟੇਟਰ ਸੀਗੇ ਉਹ ਵੀ ਉਹਦੇ ਵਿੱਚ ਇੰਕਲੂਡ ਸੀਗੇ, ਤੇ ਉਹ ਸਾਰੇ ਦੇ ਸਾਰੇ ਕੁਛ ਤਾਂ ਫਿਰ ਜ਼ਖਮੀ ਹਾਲਤ ਦੇ ਵਿੱਚ ਪੰਚਕੂਲਾ ਹਸਪਤਾਲ ਜਾਂ ਫਿਰ ਪੀਜੀਆਈ ਦੇ ਵਿੱਚ ਰੈਫਰ ਕੀਤੇ ਗਏ ਨੇ। ਜਿਹੜੀ ਦਫਾ 1 ਚ 144 ਤੋਂ ਬਾਅਦ ਚਾਰ ਬੰਦੇ ਇੱਕ ਤੋਂ ਇੱਕ ਥਾਂ ਤੋਂ ਚਾਰ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਹੁੰਦੇ, ਇਹ ਲੱਖਾਂ ਲੋਕ ਕਿੱਦਾਂ ਇਕੱਠੇ ਹੋ ਗਏ, ਕੀ ਕਾਰਨ ਬਣਿਆ? ਜੀ, ਇਸੇ ਗੱਲ ਦੇ ਵਿੱਚ ਇੱਕ ਬਹੁਤ ਇਹੀ ਸੋਚਣ ਵਾਲੀ ਕਈ ਦਿਨਾਂ ਤੋਂ ਗੱਲ ਤੇ ਇਸੇ ਤੇ ਵਿਚਾਰ ਚਰਚਾ ਸੋਸ਼ਲ ਮੀਡੀਆ ਤੇ ਜਾਂ ਫਿਰ ਟੀਵੀ ਤੇ ਜਾਂ ਫਿਰ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਸਾਰੇ ਮੀਡੀਆ ਦੇ ਵਿੱਚ ਇਹ ਬਾਰ ਬਾਰ ਇਹੀ ਗੱਲ ਆ ਰਹੀ ਸੀਗੀ ਕਿ ਔਰ ਇਹ ਗੱਲ ਚੁੱਕੀ ਜਾ ਰਹੀ ਸੀ ਬਾਰ ਬਾਰ, ਤੇ ਇਹੀ ਗੱਲ ਨੂੰ ਲੈ ਕੇ PIL ਪਰਸੋਂ ਪਾਈ ਗਈ ਸੀਗੀ ਹਾਈਕੋਰਟ ਦੇ ਵਿੱਚ ਕਿ 144 ਜਦ ਲੱਗੀ ਹੋਈ 144 ਆਰਟੀਕਲ ਜਦੋਂ ਲੱਗਿਆ ਹੋਇਆ ਜਿਹਦੇ ਵਿੱਚ ਚਾਰ ਬੰਦੇ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ 144 ਆਰਟੀਕਲ ਦਾ ਜਿਹੜਾ ਜੇ ਐਕਸਪਲੇਨ ਕਰੀਏ ਆਪਾਂ ਨੂੰ ਖੁਲਾਸਾ ਕਰਕੇ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਿਰਫ ਹਥਿਆਰ ਲੈ ਕੇ ਚੱਲਣਾ ਜਾਂ ਕੋਈ ਨਾਈਫ ਲੈ ਕੇ ਚੱਲਣਾ, ਸਟਿੱਕ ਹੱਥ ਵਿੱਚ ਲੈ ਕੇ ਚੱਲਣਾ ਜਾਂ ਕੋਈ ਕਿਸੇ ਤਰ੍ਹਾਂ ਦਾ ਸੱਬਲ ਸੁੱਬਲ ਹੱਥ ਵਿੱਚ ਲੈ ਕੇ ਚੱਲਣਾ ਜਾਂ ਕੋਈ ਤਿੱਖਾ ਵੈਪਨ ਹੱਥ ਦੇ ਵਿੱਚ ਲੈ ਕੇ ਚੱਲਣਾ ਹੀ ਸਿਰਫ ਨਹੀਂ ਹੈ, ਉਹਦੇ ਵਿੱਚ ਚਾਰ ਬੰਦੇ ਕਿਤੇ ਵੀ ਗਰੁੱਪ 'ਚ ਇਕੱਠੇ ਹੋ ਕੇ ਪਬਲਿਕ ਪਲੇਸ ਤੇ ਗੱਲ ਨਹੀਂ ਕਰ ਸਕਦੇ, ਇਕੱਠੇ ਨਹੀਂ ਹੋ ਸਕਦੇ ਸੀਗੇ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਦੇ ਬਾਵਜੂਦ ਕੁਐਸਚਨ ਕੀਤਾ ਗਿਆ PIL ਦੇ ਵਿੱਚ ਜਿਹੜੀ ਪਾਈ ਸੀ ਪਬਲਿਕ ਲਿਟੀਗੇਸ਼ਨ ਪਾਈ ਸੀ ਹਾਈਕੋਰਟ ਦੇ ਵਿੱਚ ਕਿ ਇਸ 144 ਦਾ ਕੀ ਮਤਲਬ ਰਹਿ ਜਾਂਦਾ ਹੈ ਜੇ ਪੰਚਕੂਲਾ ਦੇ ਵਿੱਚ ਹੌਲੀ ਹੌਲੀ ਕਰਕੇ ਇੰਨੇ ਜ਼ਿਆਦਾ ਡੇਰਾ ਦੇ ਫਾਲੋਅਰ ਜਿਹੜੇ ਨੇ ਉਹ ਇਕੱਠੇ ਹੋ ਗਏ। ਉਸ ਤੋਂ ਲੈ ਕੇ ਜਦਕਿ ਹਰਿਆਣਾ ਸਰਕਾਰ ਦੇ ਰਾਮਵਿਲਾਸ ਹੈਗੇ ਨੇ ਮੰਤਰੀ, ਉਹਨਾਂ ਨੇ ਵੀ ਬੜਾ ਹੀ ਹਾਸੋਹਣੀ ਜਿਹਾ ਬਿਆਨ ਦਿੱਤਾ ਸੀਗਾ, ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਜਿਹੜੀ ਹੈਗੀ ਡੇਰਾ ਜਿਹੜੇ ਫਾਲੋਅਰਸ ਨੇ ਉਹਨਾਂ ਵਾਸਤੇ ਨਹੀਂ ਹੈ। ਉਸ ਚੀਜ਼ ਨੂੰ ਲੈ ਕੇ ਉਸ ਬਿਆਨ ਨੂੰ ਲੈ ਕੇ ਉਹਨਾਂ ਦੀ ਬਹੁਤ ਫਜ਼ੀਹਤ ਵੀ ਹੋਈ ਸੀਗੀ, ਕੱਲ ਉਹਨਾਂ ਨੂੰ ਕਈ ਇੱਥੇ ਮੀਡੀਆ ਦੇ ਲੋਕਾਂ ਨੇ ਇਸ ਬਿਆਨ ਨੂੰ ਲੈ ਕੇ ਘੇਰਿਆ ਵੀ ਹੈਗਾ। ਹਾਂਜੀ, ਇਸ ਕੇਸ ਤੋਂ ਇਲਾਵਾ CBI ਵੱਲੋਂ ਹੋਰ ਕਿਹਦੇ ਕੇਸ ਇਸ ਬਾਬੇ ਦੇ ਉੱਤੇ ਹੈਗੇ ਆ? ਜੀ, ਹਜੇ ਤਾਂ ਜਿਹੜੇ ਬਾਬੇ ਤੇ ਹੋਰ ਇੱਕ ਤਾਂ ਉਹ ਆਪਣੇ ਛਤਰਪਤੀ ਸਿਰਸਾ ਦਾ ਪੱਤਰਕਾਰ ਸੀ, ਉਹਦੀ ਹੱਤਿਆ ਦਾ ਕੇਸ ਉਹਦੇ ਵਿੱਚ ਆਰੋਪੀ ਹੈ। ਉਹਦੇ ਇਲਾਵਾ ਇੱਕ ਜਿਹੜਾ ਇੱਕ ਹੋਰ ਕੇਸ ਚੱਲ ਰਿਹਾ ਰਣਜੀਤ ਸਿੰਘ, ਇਹਨਾਂ ਦੇ ਆਪਣੇ ਡੇਰੇ ਦਾ ਇੱਕ ਹੋਰ ਫਾਲੋਅਰ ਸੀਗਾ, ਇਹਨਾਂ ਡੇਰਾ ਦਾ ਅਨੁਯਾਈ ਸੀਗਾ, ਉਹਨੂੰ ਉਹ ਮਾਰ ਦਿੱਤਾ ਗਿਆ ਸੀ, ਉਹਦੇ ਵਿੱਚ ਆਰੋਪੀ ਅਕਿਊਜ਼ਡ ਹੈਗਾ। ਤੇ ਇੱਕ ਹੋਰ ਕੇਸ ਇਹਨਾਂ ਦਾ ਚੱਲ ਰਿਹਾ ਜਿਹਦੇ ਵਿੱਚ ਕਿ ਡੇਰਾ ਦੇ 200 ਦੇ ਕਰੀਬ ਜਿਹੜੇ ਲੋਕ ਸੀਗੇ, ਮਤਲਬ ਕਿ ਮੈਨ ਸੀਗੇ, ਉਹਨਾਂ ਨੂੰ ਨਪੁੰਸਕ ਬਣਾਉਣ ਦੀ ਗੱਲ ਜਿਹੜੀ ਸੀਗੀ ਉਹ ਇੱਕ ਗੱਲ ਸਾਹਮਣੇ ਆਈ ਸੀ। ਤੇ ਇਹ ਸਾਰੇ ਕੇਸਿਸ ਜਿਹੜੇ ਨੇ ਇਨ ਲਾਈਨ ਹਜੇ ਸਟੈਂਡ ਬਾਏ ਤੇ ਨੇ, ਜਿਹਨਾਂ ਦੇ ਫੈਸਲੇ ਜਲਦੀ ਜਲਦੀ ਆਉਣ ਵਾਲੇ ਨੇ। ਇਹਨਾਂ ਦੇ ਫੈਸਲੇ ਕਦੋਂ ਤੱਕ ਆ ਸਕਦੇ, ਅੰਦਾਜ਼ਾ ਕੋਈ? ਜੀ, ਇਹਦੇ ਬਾਅਦ ਇੱਕ ਤੋਂ ਬਾਅਦ ਤਰੀਕਾਂ ਉਹਨਾਂ ਦੀਆਂ ਲੱਗ ਰਹੀਆਂ, ਕਈਆਂ ਦੇ ਕਿਸੇ ਦੇ ਵਿੱਚ ਹਜੇ ਬਹਿਸ ਚੱਲ ਰਹੀ ਹੈ, ਕਿਸੇ ਦੀ ਬਹਿਸ ਕੰਪਲੀਟ ਹੋਣ ਦੇ ਮੁਕਾਮ ਤੇ ਹੈਗੀ ਹੈ ਬਿਲਕੁਲ, ਔਰ ਇਸ ਤਰੀਕੇ ਦਾ ਹਜੇ ਉਹ 1 by 1 ਹੁਣ ਅੱਗੇ ਅੱਗੇ ਪ੍ਰੋਸੀਡ ਕਰਨਗੇ, ਕਿਉਂਕਿ ਹਜੇ ਉਹ ਕੇਸਾਂ 'ਚ ਬਹਿਸਾਂ ਕੰਪਲੀਟ ਨਹੀਂ ਹੋਈਆਂ, ਕਿਸੇ 'ਚ ਹੋ ਰਹੀ ਹੈ, ਕਿਸੇ 'ਚ ਥੋੜ੍ਹੀ ਹੋਰ ਚੱਲਣੀ ਹੈ, ਕਈ ਚੀਜ਼ਾਂ ਨੇ ਉਹਦੇ ਵਿੱਚ, ਉਹ ਹਜੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗੇਗਾ ਆਪਣੇ ਆਪ। ਪਹਿਲਾਂ ਜਿਹੜੀ ਗੱਲ ਇੱਕ ਮੈਨੂੰ ਸਮਝ ਆਉਂਦੀ ਹੈ ਕਿ ਦਫਾ 144 ਲੱਗਣ ਤੋਂ ਬਾਅਦ ਜਦੋਂ ਇੰਨੇ ਲੋਕ ਇਕੱਠੇ ਹੋਏ, ਸਰਕਾਰ ਦੀ ਬਿਲਕੁਲ ਨਾਕਾਮੀ ਹੈ ਉਹ, ਇੰਨੇ ਲੋਕ ਇਕੱਠੇ ਹੋ ਜਾਣੇ, ਜਿਹੜਾ ਉਹਨਾਂ ਨੇ ਨੁਕਸਾਨ ਕੀਤਾ ਸਰਕਾਰ ਦਾ ਵੀ ਕੀਤਾ, ਕੁਛ ਪਬਲਿਕ ਪ੍ਰੋਪਰਟੀ ਦਾ ਵੀ ਕੀਤਾ, ਪਰ ਕੁਛ ਪ੍ਰਾਈਵੇਟ ਪ੍ਰੋਪਰਟੀ ਦਾ ਵੀ ਕੀਤਾ, ਉਹ ਨੁਕਸਾਨ ਹੁਣ ਕੌਣ ਭਰੂਗਾ, ਸਰਕਾਰ ਭਰੂਗੀ ਕਿ ਡੇਰਾ ਭਰੂਗਾ? ਦੇਖੋ ਜੀ, ਉਹਦੇ ਵਾਸਤੇ ਅੱਜ ਕਿਉਂਕਿ ਜਿਹੜੀ PIL ਆਲਰੇਡੀ 144 ਵਾਲੀ ਪੈ ਰਹੀ ਸੀ, ਉਹਦੀ ਕੱਲ ਵੀ ਸੁਣਵਾਈ ਹੋਈ ਸੀ, ਕੱਲ ਵੀ ਹਾਈਕੋਰਟ ਨੇ ਉਹਦੇ ਵਿੱਚ ਬਹੁਤ ਸਖਤ ਰੁਖ ਅਪਣਾਇਆ ਸੀ, ਤੇ ਇੱਥੇ ਤੱਕ ਕਹਿਤਾ ਸੀ ਕਿ ਹਰਿਆਣਾ ਦੇ DG ਨੂੰ ਸਸਪੈਂਡ ਕਿਉਂ ਨਾ ਕਰ ਦਿੱਤਾ ਜਾਵੇ, ਕਿਉਂ ਨਾ ਬਰਖਾਸਤ ਕਰ ਦਿੱਤਾ ਜਾਵੇ। ਉਹਦੇ ਨਾਲ ਨਾਲ ਹੀ ਅੱਜ ਵੀ ਜਦੋਂ ਸਵੇਰੇ ਜਦੋਂ ਇਹਦੇ ਇਸ PIL ਤੇ ਜਦੋਂ ਬਹਿਸ ਚੱਲ ਰਹੀ ਸੀ ਜਾਂ ਕੋਰਟ ਦੇ ਵਿੱਚ ਪੇਸ਼ੀ ਇਸ ਤੇ ਚੱਲ ਰਹੀ ਸੀਗੀ, ਤਾਂ ਉਹਦੇ ਵਿੱਚ ਹਾਈਕੋਰਟ ਨੇ ਫਿਰ ਇੱਕ ਗੱਲ ਨੂੰ ਕਿਹਾ ਸੀਗਾ ਕਿ ਕੋਈ ਵੀ ਨੇਤਾ, ਕੋਈ ਵੀ ਜੁੜਿਆ ਹੋਇਆ ਕਿਸੇ ਵੀ ਰਾਜਨੀਤਿਕ ਅਦਾਰੇ ਨਾਲ, ਪੋਲੀਟੀਕਲ ਜਿਹੜਾ ਲੀਡਰ ਹੈ, ਉਹ ਕਿਸੇ ਵੀ ਤਰੀਕੇ ਦੀ ਬਿਆਨਬਾਜ਼ੀ ਜਾਂ ਇਸ ਦੀ ਸਪੋਰਟ ਨਾ ਕਰੇ, ਅਦਰਵਾਈਜ਼ ਉਸ ਤੇ ਇਮੀਡੀਏਟ ਐਕਸ਼ਨ ਲਿੱਤਾ ਜਾਏਗਾ ਤੇ FIR ਦਰਜ ਕੀਤੀ ਜਾਏਗੀ। ਉਹਦੇ ਨਾਲ ਹੀ SC ਨੇ ਜਿਹੜਾ ਹੈਗਾ ਆਪਣੇ ਹਾਈਕੋਰਟ ਨੇ ਇੱਕ ਹੋਰ ਵੀ ਸਖਤੀ ਵਾਲੀ ਗੱਲ ਕੀਤੀ ਸੀ ਕਿ ਅਗਰ ਕੋਈ ਵੀ ਕਿਸੇ ਤਰੀਕੇ ਦੀ ਵੀ ਕੋਈ ਲੋਕ ਇਕੱਠੇ ਹੁੰਦੇ ਆ ਜਾਂ ਕੋਈ ਇਹੋ ਜਿਹਾ ਜਮਾਵੜਾ ਕਿਤੇ ਵੀ ਹੁੰਦਾ ਹੈ, ਤਾਂ ਜਿਹੜਾ ਸਿਕਿਉਰਿਟੀ ਫੋਰਸਿਸ ਜਾਂ ਪੁਲਿਸ ਫੋਰਸਿਸ ਨੇ ਉਹ ਬਿਲਕੁਲ ਵੀ ਹਿਚਕਚਾਹਣ ਨਾ, ਉਹਨਾਂ ਨੂੰ ਹਥਿਆਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਮੈਨੂੰ, ਉਹਦੇ ਵਿੱਚ ਗੱਲ ਇਹ ਹੈ ਕਿ ਜਿਹੜਾ 144 ਦੀ ਧਾਰਾ ਜਿਹੜੀ ਪ੍ਰੋਪਰਟੀ ਜਿਹੜੀ ਹੁਣ ਡੈਮੇਜ ਹੋਈ ਹੈ ਸਾਰੀ ਦੀ ਸਾਰੀ, ਉਸ ਪ੍ਰੋਪਰਟੀ ਨੂੰ ਲੈ ਕੇ ਅੱਜ ਹਾਈਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਬਾਬੇ ਦੇ ਸਾਰੀ ਦੀ ਸਾਰੀ ਪ੍ਰੋਪਰਟੀ, ਡੇਰਾ ਦੀ ਪ੍ਰੋਪਰਟੀ ਜ਼ਬਤ ਕਰ ਲਈ ਜਾਏ, ਸੀਜ਼ ਕਰ ਲਈ ਜਾਏ, ਜੇ ਉਹਦਾ ਅੰਕਲਨ ਮੁਲਾਂਕਣ ਕੀਤਾ ਜਾਵੇ,
ਤੇ ਜਿੰਨਾ ਵੀ ਨੁਕਸਾਨ ਹੋਇਆ ਉਹ ਉਸ ਪ੍ਰੋਪਰਟੀ ਉਹਦੀ ਜਿਹੜੀ ਡੇਰਾ ਪ੍ਰੋਪਰਟੀ ਹੈ ਉਹਦੇ ਤੋਂ ਭਰਪਾਈ ਕੀਤੀ ਜਾਵੇ। ਮਤਲਬ ਕਿ ਡੇਰਾ ਦੀ ਪ੍ਰੋਪਰਟੀ ਨੂੰ ਕੇਸ ਦੇ ਨਾਲ ਅਟੈਚ ਕੀਤਾ ਜਾ ਰਿਹਾ, ਸੀਜ਼ ਕੀਤੀ ਜਾ ਰਹੀ ਹੈ। ਬਿਲਕੁਲ ਇਹੀ ਹੋਣਾ ਵੀ ਇਹੀ ਚਾਹੀਦਾ ਸੀ ਨਾ, ਜਿਹੜਾ ਕਸੂਰ ਕਰੇ ਉਹਨੂੰ ਸਜ਼ਾ। ਇੱਕ ਗੱਲ ਜਿਹੜੀ ਖਾਸ ਤੌਰ 'ਤੇ, ਕਿਉਂਕਿ ਤੁਸੀਂ ਚੰਡੀਗੜ੍ਹ ਤੋਂ ਬੋਲ ਰਹੇ ਹੋ, ਇਹ ਪੰਚਕੂਲਾ ਦੇ ਵਿੱਚ ਤਾਂ ਬਹੁਤ ਨੁਕਸਾਨ ਦਾ ਖਬਰਾਂ ਆਈਆਂ, ਚੰਡੀਗੜ੍ਹ ਦੇ ਵਿੱਚ ਵੀ ਖਬਰਾਂ ਆਈਆਂ ਕਿ ਉੱਥੇ ਵੀ ਕੁਛ ਯੂਨੀਅਨ ਟੈਰੀਟਰੀ ਦੇ ਇਲਾਕੇ ਦੇ ਵਿੱਚ ਵੀ ਨੁਕਸਾਨ ਹੋਇਆ, ਚੰਡੀਗੜ੍ਹ 'ਚ ਹੋਇਆ, ਉੱਥੇ ਚੰਡੀਗੜ੍ਹ 'ਚ ਵੀ ਕੋਈ ਮੌਤਾਂ ਹੋਈਆਂ ਜਾਂ ਕੋਈ ਨੁਕਸਾਨ ਹੋਇਆ? ਜੀ ਨਹੀਂ, ਚੰਡੀਗੜ੍ਹ ਦੇ ਵਿੱਚ ਐਸ ਸੱਚ ਬਹੁਤ ਛੁੱਟਪੁੱਟ ਚੀਜ਼ਾਂ ਨੂੰ ਛੱਡ ਕੇ ਬਹੁਤ ਕੋਈ ਵੱਡਾ ਨੁਕਸਾਨ ਜਾਂ ਭਾਰੀ ਕੋਈ ਚੀਜ਼ਾਂ ਨਹੀਂ ਹੋਈਆਂ, ਪਰ ਪੰਚਕੂਲਾ ਦੇ ਵਿੱਚ ਜਦੋਂ ਉਦੋਂ ਅਟੈਕ ਹੋਇਆ ਸੀ ਤੇ ਉਹਦੇ ਵਿੱਚ ਬਹੁਤ ਭਾਰੀ ਇੱਥੇ ਵੀ ਨੁਕਸਾਨ ਹੋਇਆ ਕਿ ਸਾਡੇ ਮੀਡੀਆ ਵਾਲੇ ਜਿਹੜੇ ਲੋਕ ਸੀ ਉਹਨਾਂ ਤੇ ਵੀ ਅਟੈਕ ਕੀਤਾ ਗਿਆ ਫੋਲੋਅਰਸ ਵੱਲੋਂ ਉਸ ਟਾਈਮ, ਕਿਉਂਕਿ ਮੋਬ ਇੰਨੀ ਜ਼ਿਆਦਾ ਭੜਕੀ ਹੋਈ ਸੀਗੀ ਕਿ ਉਹ ਕਿਸੇ ਵੀ ਨੂੰ ਦੇਖ ਨਹੀਂ ਪਾ ਰਹੀ ਸੀ, ਤੇ ਸਾਡੀਆਂ ਜਿਹੜੀਆਂ ਉਹ ਵੀ ਵੈਨਸ ਹੁੰਦੀਆਂ ਮੀਡੀਆ ਦੀਆਂ ਨੈਸ਼ਨਲ ਚੈਨਲਸ ਦੀਆਂ ਵੈਨਸ ਜਿਹੜੀਆਂ ਸੀ ਉਹ ਉਲਟਾਈਆਂ ਗਈਆਂ, ਉਹਨਾਂ ਨੂੰ ਅੱਗਾਂ ਲਾਈਆਂ ਗਈਆਂ। ਸਾਡੇ ਇੱਕ ਇੱਥੇ ਪੰਜਾਬ ਟੀਵੀ ਦੇ ਚੀਫ ਐਡੀਟਰ ਸੀ, ਉਹਨਾਂ ਦੀ ਸਵਿਫਟ ਮਰੂਤੀ ਸਵਿਫਟ ਕਾਰ ਨੂੰ ਵੀ ਅੱਗ ਦੇ ਵਿੱਚ ਝੋਂਕ ਦਿੱਤਾ ਗਿਆ, ਤੇ ਉਹਦੇ ਨਾਲ ਨਾਲ ਹੀ ਕਈ ਸਾਡੇ ਮੀਡੀਆ ਵਾਲਿਆਂ ਨੂੰ ਸੱਟਾਂ ਲੱਗੀਆਂ, ਜ਼ਖਮੀ ਹੋਏ, ਕਈਆਂ ਦੇ ਗੁੱਟ ਟੁੱਟੇ ਹੈ, ਏਦਾਂ ਬਹੁਤ ਕੁਛ ਹੋਇਆ। ਜਿਹੜੀ ਆਊਟਡੋਰ ਜਿਹੜੀਆਂ ਬ੍ਰੌਡਕਾਸਟਿੰਗ ਵੈਨਸ ਹੁੰਦੀਆਂ ਉਹ ਵੀ ਵੈਨਸ ਉਹ ਜਿਹੜੀਆਂ ਡੈਮੇਜ ਹੋਈਆਂ ਹੈਗੀਆਂ ਇਹਦੇ ਵਿੱਚ। ਸੋ ਤੁਸੀਂ ਮੀਡੀਆ ਅਟੈਕ, ਮੀਡੀਆ ਦੇ ਕਿੰਨਾ ਕੁ ਨੁਕਸਾਨ ਹੋਇਆ ਜੀ, ਦੁਬਾਰਾ ਦੁਹਰਾ ਕੇ ਬੇਸ਼ੱਕ ਦੱਸ ਦਿਓ। ਮੀਡੀਆ ਦੀ ਜਿਹੜੀਆਂ ਉਹ ਵੀ ਵੈਨਸ ਨੇ, ਆਊਟਡੋਰ ਜਿਹੜੀਆਂ ਬ੍ਰੌਡਕਾਸਟਿੰਗ ਵੈਨਸ ਹੁੰਦੀਆਂ ਉਹ ਵੀ ਵੈਨਸ ਹੁੰਦੀਆਂ। ਤੁਸੀਂ ਬੇਸ਼ੱਕ ਕਿਸੇ ਮੀਡੀਆ ਦੇ ਨਾਮ ਲੈਣਾ ਚਾਹੁੰਦੇ ਲੈ ਸਕਦੇ, ਸਾਡਾ ਚੈਨਲ ਕਮਰਸ਼ੀਅਲ ਚੈਨਲ ਨਹੀਂ, ਤੁਸੀਂ ਜਿਹੜੇ ਵੀ ਕਿਸੇ ਦੀ ਮੀਡੀਆ ਨੁਕਸਾਨ ਹੈ ਤੁਸੀਂ ਦੱਸ ਸਕਦੇ ਕਿਹੜੇ ਕਿਹੜੇ ਮੀਡੀਆ ਦੇ ਨੁਕਸਾਨ ਨਹੀਂ ਉਹਦੇ ਵਿੱਚ ਉਹਦੇ ਨਹੀਂ, ਨਾਮ ਲੈਣ ਵਾਲੀ ਗੱਲ ਨਹੀਂ, ਉਹ ਸਪਸ਼ਟ ਹੈਗਾ ਏਬੀਪੀ ਇਹਦੇ ਲਈ ਅਤੇ ਆਜ ਤੱਕ ਵਾਲਿਆਂ ਨੂੰ ਹਰਟ ਹੋਏ ਨੇ ਉਹਨਾਂ ਦੀ ਆਪਣੇ, ਔਰ ਮੈਂ ਦੱਸ ਰਹੀ ਕਿ ਪੰਜਾਬ ਟੀਵੀ ਵਾਲੇ ਸੀਗੇ ਉਹਨਾਂ ਦੇ ਚੀਫ ਐਡੀਟਰ, ਉਹਨਾਂ ਦੀ ਕਾਰ ਜਿਹੜੀ ਹੈ ਝੋਕੀ ਗਈ ਹੈ, ਤੇ ਬਾਕੀ ਸਾਡੇ ਕਈ ਹੋਰ ਮੀਡੀਆ ਦੇ ਹਜੇ ਤਾਂ ਬਾਅਦ ਸਾਨੂੰ ਪਤਾ ਲੱਗੇਗਾ ਵਿਚਾਰੇ ਜਿਹੜੇ ਜ਼ਖਮੀ ਹੋਏ, ਕਿਸੇ ਦਾ ਗੁੱਟ ਟੁੱਟ ਗਿਆ, ਕਿਸੇ ਦੇ ਕੈਮਰੇ ਟੁੱਟ ਗਏ ਉਹਦੇ ਵਿੱਚ, ਕਿਉਂਕਿ ਉਹ ਮੋਬ ਇੱਕਦਮ ਜਦੋਂ ਭੜਕ ਗਈ ਤੇ ਉਹਦੇ ਵਿੱਚ ਉਹਨਾਂ ਨੇ ਉਲਟੀ ਕਰਤੀ ਆਪਣੇ ਕਾਰ, ਉਹ ਵੀ ਵਹਿ ਨਹੀਂ ਉਲਟਾਤੀ ਪੂਰੀ ਤਰੀਕੇ ਨਾਲ, ਤੇ ਉਹ ਕਾਫੀ ਅਗਰੈਸਿਵ ਮੋਡ ਦੇ ਵਿੱਚ ਜਿਹੜੇ ਹੈਗੀ ਆ ਉਹ ਆ ਗਏ ਸੀ। ਪਰ ਉਹਦੇ ਬਾਵਜੂਦ ਵਾਟਰ ਕੈਨਨਸ ਵੀ ਯੂਜ਼ ਕੀਤੇ ਗਏ ਸੀਗੇ, ਪਰ ਉਹ ਜਿਹੜੀ ਮੋਹ ਭੜਕੀ ਹੋਈ ਸੀ ਜਿਹੜੀ ਉਹ ਛੇਤੀ ਛੇਤੀ ਜਿਹੜੀ ਹੈ ਉਹ ਸੰਭਲ ਨਹੀਂ ਪਾਈ, ਤੇ ਜਿਹੜੇ ਆਊਟ ਨੰਬਰ ਹੋ ਗਏ ਫੋਲੋਅਰਸ ਆਊਟ ਨੰਬਰ ਹੋ ਗਏ ਸਿਕਿਉਰਿਟੀ ਫੋਰਸਿਸ ਤੋਂ ਜਾਂ ਜਿਹੜੀ ਵੀ ਸਿਕਿਉਰਿਟੀ ਸੀਗੀ ਪੁਲਿਸ ਸੀਗੀ, ਤੇ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਫੀ ਹਰਟ ਹੋਏ ਨੇ, ਤੇ ਦੂਜੇ ਪਾਸੇ ਦੂਜੀ ਧਿਰ ਵੀ ਕਾਫੀ ਉਹਦੇ ਵਿੱਚ ਹਰਟ ਹੋਈ ਹੈ। ਹੁਣ ਹਾਲਾਤ ਕੀ ਹੈ, ਹੁਣ 4-5-6 ਘੰਟੇ ਬੀਤ ਗਿਆ, ਹੁਣ ਹਾਲਾਤ ਕੀ ਹੈ? ਹਜੇ ਹਾਲਾਤ ਜੀ, ਜੇ ਆਪਾਂ ਪੰਚਕੂਲਾ ਦੇ ਕਰੀਏ ਉਹ ਹੁਣ ਸਿਕਿਉਰਿਟੀ ਤੇ ਕਾਫੀ ਉੱਥੇ ਟਾਈਟ ਕੀਤੀ ਗਈ ਹੈ, ਕਾਫੀ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣੇ ਮੈਨੂੰ ਥੋੜੀ ਦੇਰ ਪਹਿਲੇ ਮੈਂ ਉੱਥੇ ਗੱਲ ਕਰ ਰਹੀ ਸੀ ਆਪਣੇ ਪੱਤਰਕਾਰ ਨਾਲ, ਤਾਂ ਮੈਨੂੰ ਪਤਾ ਲੱਗਿਆ ਕਿ ਉੱਥੇ ਖੱਟਰ ਜਿਹੜੇ ਸਵੇਰ ਦੇ ਹਰਿਆਣਾ ਦੇ ਚੀਫ ਮਿਨਿਸਟਰ ਜਿਹੜੇ ਚੁੱਪ ਸੀਗੇ, ਉਹਨਾਂ ਨੂੰ ਹਰ ਕੋਈ ਕਹਿ ਰਿਹਾ ਸੀ ਵੀ ਤੁਸੀਂ ਚੁੱਪ ਕੇ ਸੋਸ਼ਲ ਮੀਡੀਆ ਤੇ ਵੀ ਤੇ ਕਈ ਟੀਵੀ ਔਰ ਬਾਕੀ ਟੀਵੀ ਔਰ ਮੀਡੀਆ ਦੇ ਵਿੱਚ ਬਾਰ ਬਾਰ ਗੱਲ ਉੱਠ ਰਹੀ ਸੀ ਵੀ ਇੰਨਾ ਕੁਛ ਹੋ ਗਿਆ, ਔਰ ਖਾਸ ਕਰਕੇ ਜਦੋਂ ਉਹਨਾਂ ਨੂੰ ਪਤਾ ਸੀ ਹਰਿਆਣਾ ਸਰਕਾਰ ਨੂੰ ਵੀ ਇਹ ਸਾਰਿਆਂ ਦਾ ਸਾਰਾ ਜਿਹੜਾ ਹੈਗਾ ਪੰਚਕੂਲਾ ਦੇ ਵਿੱਚ ਹੋਣਾ ਕੇਸ ਜਿਹੜਾ ਲੱਗਿਆ ਹੋਇਆ, ਕੋਰਟ ਜਿਹੜੀ ਲੱਗੀ ਹੋਈ ਹੈ, ਤੇ ਉਹਦੇ ਨਾਲ ਨਾਲ ਜਿਹੜਾ ਪੰਚਕੂਲਾ ਹੈਗਾ ਉਹ ਹਰਿਆਣਾ ਦੇ ਵਿੱਚ ਹੈਗਾ, ਡਿਸਟ੍ਰਿਕਟ ਹਰਿਆਣਾ ਦਾ ਹੈਗਾ, ਸਟੇਟ ਹਰਿਆਣਾ ਦੇ ਵਿੱਚ ਹੈਗਾ, ਤੇ ਇਸ ਕਰਕੇ ਇਹ ਜਿਹੜੇ ਪ੍ਰਬੰਧ ਸੀਗੇ ਇਹ ਲੂਜ਼ ਨਹੀਂ ਸੀ ਹੋਣੇ ਚਾਹੀਦੇ, ਬ੍ਰੇਕ ਡਾਊਨ ਨਹੀਂ ਸੀ ਹੋਣਾ ਚਾਹੀਦਾ ਲਾਅ ਦਾ, ਲਾਅ ਐਂਡ ਆਰਡਰ ਦਾ ਬ੍ਰੇਕ ਡਾਊਨ, ਪਰ ਉਹ ਹੋ ਗਿਆ। ਤੇ ਉਹ ਸਵੇਰ ਦੇ ਉਹਦੇ ਬਾਰੇ ਚ ਕੋਈ ਬਿਆਨ, ਕਿਸੇ ਤਰ੍ਹਾਂ ਦਾ ਟਵਿਟ, ਕਿਸੇ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਹੈ ਹਰਿਆਣਾ ਦੇ ਚੀਫ ਮਿਨਿਸਟਰ ਦੀ ਨਹੀਂ ਆਈ ਸੀਗੀ, ਤੇ ਇਹਦੇ ਕਰਕੇ ਹੁਣੇ ਮੈਨੂੰ ਰੀਸੈਂਟਲੀ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ, ਸੈਂਟਰ ਗਵਰਨਮੈਂਟ ਨੇ ਵੀ ਹਰਿਆਣਾ ਸਰਕਾਰ ਨੂੰ ਇਹਦੇ ਬਾਰੇ ਪੁੱਛਿਆ ਕਿ ਤੁਸੀਂ ਫਟਕਾਰ ਲਗਾਈ ਹੈ, ਗੁੱਸਾ ਜ਼ਾਹਿਰ ਕੀਤਾ ਆਪਣਾ ਵੀ ਇੰਨੀ ਸਥਿਤੀ ਕਿਵੇਂ ਵਿਗੜ ਗਈ। ਤੇ ਦੂਸਰੀ ਗੱਲ ਹੈ ਕਿ ਹੁਣ ਥੋੜੀ ਦੇਰ ਪਹਿਲੇ ਜਿਹੜੇ ਚੀਫ ਮਿਨਿਸਟਰ ਹਰਿਆਣਾ ਉਹ ਸ਼ਾਇਦ ਪੰਚਕੂਲਾ ਦੇ ਦੌਰੇ ਤੇ ਆਏ ਸੀ, ਮੈਨੂੰ ਹੁਣੇ ਹੁਣੇ ਪਤਾ ਲੱਗਿਆ। ਇਹਦੇ ਇਲਾਵਾ ਜਿਹੜਾ ਹੈਗਾ ਪੰਜਾਬ, ਦਿੱਲੀ, ਗੁੜਗਾਓਂ, ਇਹਨਾਂ ਜਗ੍ਹਾਵਾਂ ਤੇ ਵੀ ਕਾਫੀ ਜ਼ਿਆਦਾ ਜਿੱਦਾਂ ਘਟਨਾਵਾਂ ਹੋਣ ਦੀ ਖਬਰ ਆਈ ਹੈ, ਔਰ ਦੋਨੋਂ ਸਟੇਟਾਂ ਦੇ ਵਿੱਚ, ਪੰਜਾਬ ਤੇ ਹਰਿਆਣਾ ਦੇ ਸਟੇਟਾਂ ਦੇ ਵਿੱਚ ਜਗ੍ਹਾ ਜਗ੍ਹਾ ਤੇ, ਜਿਵੇਂ ਬਠਿੰਡੇ ਦੇ ਵਿੱਚ ਵੀ ਆਪਣੇ ਪੈਟਰੋਲ ਪੰਪ ਸਟੇਸ਼ਨ ਜਿਹੜਾ ਸੀਗਾ ਰੇਲਵੇ ਸਟੇਸ਼ਨ, ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਏਦਾਂ 2-3 ਜਿਹੜੀਆਂ ਘਟਨਾਵਾਂ ਉੱਥੇ ਵੀ ਮੇਜਰ ਹੋਈਆਂ, ਤੇ ਏਦਾਂ ਇੱਕ ਦਿੱਲੀ ਦੇ ਰੇਲਵੇ ਸਟੇਸ਼ਨ ਹੈਗਾ ਉੱਥੇ ਇੱਕ ਆਨੰਦ ਵਿਹਾਰ ਰੇਲਵੇ ਸਟੇਸ਼ਨ, ਉੱਥੇ ਬੋਗੀ ਜਿਹੜੀ ਹੈਗੀਆਂ ਰੇਲਵੇ ਬੋਗੀਜ਼ ਜਿਹੜੀਆਂ ਹੈਗੀਆਂ 2 ਬੋਗੀਜ਼ ਨੂੰ ਉਹਨਾਂ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ, ਬਈ ਟਾਈਮਲੀ ਕੰਟਰੋਲ ਕਰ ਲਿਆ ਗਿਆ। ਉਹਦੇ ਨਾਲ ਹੀ ਉੱਥੇ ਬੱਸਿਸ 2 ਜਿਹੜੀਆਂ ਸੀਗੀਆਂ
ਆਪਣੇ ਰੋਹਨੀ ਦੇ ਵਿੱਚ ਬਸਿਸ ਦੇ ਵੀ ਉੱਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪਹਿਲੇ ਉਹ ਜਿਹੜੀ ਪੁਲਿਸ ਸੀ ਉਹ ਪ੍ਰਾਈਮਾ ਫੇਸੀ ਨਹੀਂ ਸੋਚ ਪਾ ਰਹੀ ਸੀ ਕਿ ਸ਼ਾਇਦ ਰਿਐਕਸ਼ਨ ਜਿਹੜਾ ਹੈਗਾ ਰਾਮ ਰਹੀਮ ਕੇਸ ਦੇ ਵਰਡਿਕਟ ਦਾ ਹੀ ਹੋਏਗਾ, ਪਰ ਬਾਅਦ ਚ ਉਹ ਲੱਗਿਆ ਤੇ ਇਸ ਕਰਕੇ ਉੱਥੇ ਵੀ ਹੁਣ ਸਿਕਿਉਰਿਟੀ ਟਾਈਟ ਅਪ ਕੀਤੀ ਹੈਗੀ ਹੈ। ਪਰ ਬਠਿੰਡਾ, ਮਾਨਸਾ, ਮਲੋਟ ਪੰਜਾਬ ਦੇ ਵਿੱਚ ਤੇ ਫਿਰੋਜ਼ਪੁਰ ਤੇ ਪਟਿਆਲਾ ਇਸ ਜਗ੍ਹਾ ਤੇ ਕਰਫਿਊ ਲਾ ਦਿੱਤਾ ਗਿਆ ਜੀ ਜੀ ਤੇ ਇਸ ਤਰੀਕੇ ਨਾਲ ਲੈ ਦੇ ਕੇ ਦੋਨੋਂ ਸੇਟਾਂ ਦੇ ਵਿੱਚ ਘੱਟੋ ਘੱਟ ਛੋਟੀਆਂ ਵੱਡੀਆਂ ਮਿਲਾ ਕੇ 50 ਦੇ ਤਕਰੀਬਨ ਜਿਹੜੀਆਂ ਹੈਗੀਆਂ ਗਿਣਤੀ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਇਸ ਤਰ੍ਹਾਂ ਜੀ। ਜਦੋਂ ਦੀ ਖੱਟਰ ਮਿਨਿਸਟਰੀ ਆਈ ਆ ਹਰਿਆਣਾ ਦੇ ਵਿੱਚ, ਨਵੀਂ ਸਰਕਾਰ ਆਈ ਆ ਭਾਰਤੀ ਜਨਤਾ ਪਾਰਟੀ, ਉਦੋਂ ਬਾਅਦ ਦੂਜਾ ਵੱਡਾ ਆਇਆ ਡੇਰਾ ਜਿਹਦੀ ਘਟਨਾ ਵਾਪਰੀ, ਪਹਿਲਾਂ ਸਤਪਾਲ ਵਾਲਾ ਡੇਰਾ ਸੀਗਾ ਉਹਨੂੰ ਜੇਲ੍ਹ ਜਾਣਾ ਪਿਆ, ਉਹ ਡੇਰਾ ਤਾਂ ਮੇਰਾ ਖਿਆਲ ਖਤਮ ਹੀ ਕਰੀਬ ਕਰੀਬ ਹੋ ਗਿਆ। ਇਹਦਾ ਫਿਊਚਰ ਕੀ ਸਮਝਦੇ, ਇਹਦਾ ਭਵਿੱਖ ਕੀ ਸਮਝਦੇ ਇਸ ਡੇਰੇ ਦਾ ਤੁਸੀਂ? ਦੇਖੋ ਜੀ, ਫਿਊਚਰ ਤਾਂ ਮੈਂ ਹੁਣ ਇਕਦਮ ਪ੍ਰੈਡਿਕਟ ਕਰਨਾ ਜਿਹੜਾ ਹੈਗਾ ਉਹ ਬਹੁਤ ਆਸਾਨ ਨਹੀਂ ਹੋਏਗਾ, ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਇਹਦਾ ਕੀ ਹੋਏਗਾ। ਪਰ ਇੱਥੋਂ ਭਵਿੱਖ ਦੀ ਜਿਹੜੀ ਗੱਲ ਕਰਦੇ ਹਾਂ ਆਪਾਂ ਜਾਂ ਫਿਊਚਰ ਦੀ ਜੇ ਗੱਲ ਕਰੀਏ, ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਲਾਅ ਜਿਹੜਾ ਹੈਗਾ ਇੱਕ ਵਾਰੀ ਉਹਨੇ ਆਪਣੀ ਕਮਾਨ ਸੰਭਾਲ ਲਈ ਹੈ, ਘੱਟੋ ਘੱਟ ਇਸ ਪਰਟੀਕੁਲਰ ਕੇਸ ਦੇ ਵਿੱਚ, ਇਸ ਪਰਟੀਕੁਲਰ ਇੰਸੀਡੈਂਟ ਦੇ ਵਿੱਚ ਤਾਂ ਲਾਅ ਨੇ ਬਹੁਤ ਹੀ ਜ਼ਿਆਦਾ ਸਖ਼ਤ ਰੂਪ ਅਪਣਾਇਆ ਹੈਗਾ। ਤੇ ਸਭ ਤੋਂ ਪਹਿਲੇ ਇੱਥੋਂ ਹੀ ਦੇਖ ਲਓ ਤੁਸੀਂ ਵੀ ਉਹਨਾਂ ਦੀ ਇੱਥੋਂ ਹੀ ਚੀਜ਼ਾਂ ਹਿਲਦੀਆਂ ਨਜ਼ਰ ਆ ਰਹੀਆਂ, ਜਦੋਂ ਕਿ ਆਪਣੇ ਹਾਈਕੋਰਟ ਨੇ ਆਰਡਰ ਕਰਤਾ, ਡਾਇਰੈਕਸ਼ਨ ਦਿੱਤੀਆਂ ਹੈਗੀਆਂ ਕਿ ਉਹਨਾਂ ਦੀ ਸਾਰੀ ਪ੍ਰੋਪਰਟੀ ਸੀਲ ਕਰ ਦਿੱਤੀ ਜਾਵੇ ਜੀ। ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਤੁਸੀਂ ਬਹੁਤ ਵਿਸਥਾਰਤ ਜਾਣਕਾਰੀ ਦਿੱਤੀ। ਕੋਈ ਗੱਲ ਤੁਸੀਂ ਆਪਣੇ ਤੌਰ ਤੇ ਦੱਸਣਾ ਚਾਹੁੰਦੇ ਹੋ ਦੱਸ ਸਕਦੇ ਹੋ? ਨਹੀਂ ਜੀ, ਬਸ ਟੋਟਲ ਦੇ ਵਿੱਚ ਤਾਂ ਇਹੀ ਹੈ, ਪਰ ਮੈਂ ਸਿਰਫ ਕਰਕੇ ਰੱਖਣ ਇੱਕ ਦੂਜੇ ਸੋਸ਼ਲ ਮੀਡੀਆ ਤੇ ਬਿਨਾਂ ਮਤਲਬ ਦੀ ਕੋਈ ਬਿਆਨਬਾਜ਼ੀ ਕਿਸੇ ਵੀ ਤਰੀਕੇ ਦਾ ਕੋਈ ਸਟੇਟਮੈਂਟਸ ਨਾ ਦੇਣ, ਕਿਉਂਕਿ ਅਸੀਂ ਆਮ ਜਨਤਾ ਇਸ ਕੇਸ ਦਾ ਘੱਟੋ ਘੱਟ ਬਿਲਕੁਲ ਹਿੱਸਾ ਨਹੀਂ ਹੈਗੇ, ਕਿਉਂਕਿ ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਅਸੀਂ ਪੰਜਾਬ, ਪੰਜਾਬੀ ਜਾਂ ਸਿੱਖ ਕਮਿਊਨਿਟੀ ਜਾਂ ਜਿਹੜੇ ਆਪਾਂ ਲੋਕ ਹੈਗੇ ਹਾਂ ਅਲੱਗ ਅਲੱਗ ਜਗ੍ਹਾ ਤੇ, ਉਹਦਾ ਹਿੱਸਾ ਬਿਲਕੁਲ ਨਹੀਂ ਹੈਗੇ। ਇਹਦੇ ਵਿੱਚ ਇੱਕ ਸਾਧਵੀ ਜਿਹੜੀ ਸੀ ਉਹ ਕੰਪਲੇਨੈਂਟ ਸੀਗੀ, ਔਰ ਉਹਦੇ ਵਿੱਚ ਬਾਬਾ ਡੇਰਾ ਵਾਲਾ ਉਹਦੇ ਵਿੱਚ ਆਰੋਪੀ ਸੀਗਾ, ਹਰਿਆਣਾ ਵਿੱਚ ਇਹ ਕੇਸ ਸੀਗਾ, ਔਰ ਹਰਿਆਣਾ ਦੇ ਹੀ ਉਹ ਵਸਨੀਕ ਸੀਗੇ, ਔਰ ਹਰਿਆਣਾ ਕੋਰਟ ਤੇ ਹਰਿਆਣਾ ਦੇ ਹੀ ਅਕਿਊਜ਼ ਦੇ ਵਿੱਚ ਖਿੱਚਾਤਾਨੀ ਸੀਗੀ। ਪਰ ਹਾਂ ਠੀਕ ਹੈ, ਇੱਕ ਜਰਨਲਿਸਟਿਕ ਪੁਆਇੰਟ ਆਫ ਵਿਊ ਨਾਲ ਸਾਨੂੰ ਗੱਲ ਕਰਨੀ ਪੈਂਦੀ ਹੈ ਔਰ ਉਹ ਗੱਲ ਬਣਦੀ ਵੀ ਹੈ, ਬਟ ਆਮ ਜਨਤਾ ਜੇ ਥੋੜਾ ਜਿਹਾ ਕਿਸੇ ਵੀ ਤਰੀਕੇ ਦੀ ਟਿੱਪਣੀਆਂ ਜਾਂ ਕਮੈਂਟਸ ਜਾਂ ਕਿਸੇ ਤਰੀਕੇ ਦੀ ਸਟੇਟਮੈਂਟਸ ਪਾਸ ਕਰਨ ਤੋਂ ਸੋਸ਼ਲ ਮੀਡੀਆ ਤੇ ਜਾਂ ਆਮ ਕਿਸੇ ਵੀ ਤਰੀਕੇ ਨਾਲ ਗੁਰੇਜ਼ ਕਰਨ ਤਾਂ ਚੰਗਾ, ਕਿਉਂਕਿ ਆਉਣ ਵਾਲੇ ਦਿਨ ਥੋੜੇ ਜਿਹੇ ਸੈਂਸਿਟਿਵ ਨੇ ਤੇ ਅਸੀਂ ਸ਼ਾਂਤੀ ਬਹਾਲ ਰੱਖੀਏ ਆਪਣੇ ਤੌਰ ਤੇ ਔਰ ਆਪਣੇ ਆਪ ਨੂੰ ਬਚਾ ਕੇ ਸਿਕਿਉਰ ਕਰਕੇ ਰੱਖੀਏ ਤਾਂ ਉਹ ਜ਼ਿਆਦਾ ਵਧੀਆ ਹੋਏਗਾ। ਧੰਨਵਾਦ ਤੁਹਾਡਾ ਬੀਬੀ ਜੀ। ਪਰ ਜਾਂਦੇ ਜਾਂਦੇ ਇੱਕ ਹੋਰ ਸਵਾਲ ਕਿ ਜਿਹੜੀਆਂ ਧਾਰਾਂ ਲਾ ਕੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਡੇਰਾ ਮੁਖੀ ਨੂੰ, ਉਹਦੇ ਵਿੱਚ 28 ਤਰੀਕ ਨੂੰ ਕਿਹੜੀ ਸਜ਼ਾ ਹੋ ਸਕਦੀ, ਕਿੰਨੀ ਕੁ ਸਜ਼ਾ ਹੋ ਸਕਦੀ, ਕੋਈ ਅੰਦਾਜ਼ਾ ਹੈ? ਜੀ ਉਹਦੇ ਵਿੱਚ ਜੀ ਮਿਨੀਮਮ ਸਜ਼ਾ ਜਿਹੜੀ ਹੈਗੀ ਹੈ 7 ਸਾਲ ਹੈਗੀ ਹੈ ਜੀ, ਤੇ ਮੈਕਸੀਮਮ ਸਜ਼ਾ ਜਿਹੜੀ ਹੈਗੀ ਹੈ ਰੇਪ ਐਂਡ ਮੋਲੈਸਟੇਸ਼ਨ ਦੇ ਵਿੱਚ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਹੈਗੀ ਹੈ, ਜਿਹਨੂੰ ਆਪਾਂ ਉਮਰ ਕੈਦ ਕਹਿੰਦੇ ਹਾਂ ਜੀ। ਤੇ ਹੁਣ ਉਹਦੇ ਹਿਸਾਬ ਨਾਲ ਦੇਖਦੇ ਹਾਂ ਕਿ 28 ਤਰੀਕ ਨੂੰ ਜਿਹੜਾ ਜੱਜ ਨੇ ਉਹ ਕਿਸ ਤਰੀਕੇ ਦੇ ਨਾਲ ਸਜ਼ਾ ਮੁਕਰਰ ਕਰਦੇ ਨੇ, ਸਜ਼ਾ ਦਾ ਐਲਾਨ ਕਰਦੇ ਨੇ, ਉਹਦੇ ਲਈ ਹੁਣ ਸਾਨੂੰ ਜਿਹੜਾ ਸੋਮਵਾਰ ਤੱਕ 28 ਤਰੀਕ ਤੱਕ ਅਗਸਤ ਚਲੋ 28 ਤਰੀਕ ਨੂੰ ਆਪਾਂ ਫਿਰ ਤੁਹਾਡੇ ਕੋਲੋਂ ਪੁੱਛਾਂਗੇ, ਜੁੜਾਂਗੇ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਬੀਬੀ ਬਿੰਦੂ ਸਿੰਘ ਜੀ, ਔਰ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਹੀ ਵਿਸਥਾਰਤ ਜਾਣਕਾਰੀ ਦਿੱਤੀ, ਔਰ ਜਿਹੜੀਆਂ UK ਤੇ ਯੂਰਪ ਦੀਆਂ ਸੰਗਤਾਂ ਸਾਡਾ ਜੁੜੀਆਂ ਹੋਈਆਂ ਉਹਨਾਂ ਦਾ ਵੀ ਧੰਨਵਾਦ। ਐਡੀ ਜ਼ਿਆਦਾ ਜਾਣਕਾਰੀ ਸ਼ਾਇਦ ਤੁਹਾਨੂੰ ਹੋਰ ਕਦੋਂ ਇਕੱਠੀ ਨਾ ਮਿਲ ਸਕਦੀ ਹੋ ਜਿੰਨੀ ਬੀਬੀ ਬਿੰਦੂ ਕੌਰ ਨੇ ਚੰਡੀਗੜ੍ਹ ਤੋਂ ਸਾਰੀ, ਯਾਨੀ ਕਿ ਉਹਨਾਂ ਨੇ ਕਿਉਂਕਿ ਗਰਾਊਂਡ ਵਿੱਚ ਜਾ ਕੇ ਦੇਖਿਆ, ਪੰਚਕੂਲਾ ਜਾ ਕੇ ਦੇਖਿਆ ਅਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ, ਔਰ ਬੜੀ ਇੱਕ ਤਰ੍ਹਾਂ ਦਾ ਪੰਥ ਦਾ ਦਰਦ ਨਾਲ ਲੈ ਕੇ, ਪੂਰੀ ਪੰਜਾਬ ਦਾ ਦਰਦ, ਪੂਰੇ ਸਮਾਜ ਦਾ ਦਰਦ ਲੈ ਕੇ ਨਾਲ ਉਹਨਾਂ ਨੇ ਉਹ ਜਾਣਕਾਰੀ ਸਾਂਝੀ ਕੀਤੀ। ਹਿਰਦੇ ਤੋਂ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ, ਔਰ ਸੰਗਤ ਵਾਲੀ ਵੀ ਤੁਹਾਡੀ ਸੇਵਾ 'ਚ ਇੱਦਾਂ ਹੀ ਹਾਜ਼ਰ ਹੈਗਾ। ਚੌਹਾਨ ਸਾਹਿਬ ਆਪਣਾ ਵੀ ਸਮਾਂ ਮੇਰਾ ਨੇੜੇ ਹੋ ਚੱਲਿਆ, ਕੋਈ ਗੱਲ ਜਿਹੜੀ ਖਾਸ ਕਰਨੀ ਕੱਲ ਲਈਏ? ਹਾਂਜੀ, ਵਾਹਿਗੁਰੂ ਜੀ। ਹੈਲੋ, ਵਾਹਿਗੁਰੂ ਜੀ, ਕੌਣ ਸਾਹਿਬ ਬੋਲਦੇ, ਕਿੱਥੋਂ ਬੋਲਦੇ? ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਅੱਜ ਆਇਆ ਨਾ ਫੈਸਲਾ, ਬਹੁਤ ਵਧੀਆ ਆਇਆ ਵਾ। ਹਾਂਜੀ, ਤੇ ਇਹਦੇ ਵਿੱਚ ਇਹੋ ਹੀ ਆ ਕਿ ਮੈਂ ਨਾ TV ਚੈਨਲ ਸਵੇਰ ਦੇ ਦੇਖਣ ਡਿਆ ਸਾਂ, ਤੇ ਇਹ ਵੇਖ ਕੇ ਨਾ ਬੜਾ ਦੁੱਖ ਹੁੰਦਾ ਕਿ ਆਪਣੇ ਜਿਹੜੇ ਕੇਸਧਾਰੀ ਸਿੱਖ ਹੈਗੇ ਨੇ ਉਹ ਵੀ ਨਾ ਮਤਲਬ ਪ੍ਰਦਰਸ਼ਨ ਦੇ ਵਿੱਚ ਜੈ ਬਾਬੇ ਦੀ, ਜੈ ਸਤਿਗੁਰੂ ਬਾਬੇ ਜੀ ਦੀ ਮਤਲਬ ਬੋਲ ਰਹੇ ਸੀ। ਹਾਂਜੀ, ਤੇ ਹੁਣ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵਾ ਕਿ ਜਦੋਂ ਅਸੀਂ ਇੱਕ ਅਕਾਲ ਦੀ ਉਸਤਤੀ ਕਰਦੇ ਹਾਂ ਔਰ ਇੱਕ ਬੰਦੇ ਦੀ ਉਸਤਤੀ ਕਰਦੇ ਹਾਂ ਤੇ ਉਹਦੇ ਵਿੱਚ ਕੀ ਫਰਕ ਹੈਗਾ ਵਾ। ਜਦੋਂ ਬੰਦੇ ਦੀ ਉਸਤਤੀ ਅਸੀਂ ਕਰਦੇ ਹਾਂ, ਡੇਰਿਆਂ ਵਿੱਚ ਜਾਂਦੇ ਹਾਂ ਔਰ ਗੁਰੂ ਨਾਨਕ ਜੀ ਜੋ ਦਿੱਤੀ ਹੋਈ ਸਾਨੂੰ ਸਿੱਖਿਆ ਉਹ ਤੋਂ ਉਲਟ ਜਾਂਦੇ ਹਾਂ,
ਤੇ ਇਹੋ ਜਿਹੇ ਬਾਬੇ ਜਿਹੜੇ ਹੋਗੇ ਉਹਨਾਂ ਦਾ ਅੰਤ ਇਹੋ ਹੀ ਹੁੰਦਾ ਵਾ ਕਿ ਉਹ ਬਲਾਤਕਾਰੀ ਘੋਸ਼ਿਤ ਹੁੰਦੇ ਨੇ ਜਾਂ ਜੇਲ੍ਹਾਂ ਦੀ ਸਜ਼ਾਵਾਂ ਭੁਗਤਦੇ ਨੇ। ਮਤਲਬ ਮੈਂ ਇਹੋ ਜਾਣਨਾ ਚਾਹੁੰਦਾ ਕਿ ਜੋ ਆਪਣਾ ਗੁਰੂ ਗ੍ਰੰਥ ਸਾਹਿਬ ਹੈਗਾ ਵਾ, ਜਦੋਂ ਅਸੀਂ ਇੱਕ ਅਕਾਲ ਉਸਤ ਦੀ ਸਾਨੂੰ ਜਿਹੜਾ ਨਿਰਦੇਸ਼ ਤਾਂ ਉਹ ਕਰਦੇ ਹਾਂ ਤੇ ਸਾਡੇ ਜੀਵਨ ਜਿਹੜਾ ਹੈਗਾ ਹਮੇਸ਼ਾ ਵੱਖਰਾ ਵਧੀਆ ਰਹਿੰਦਾ ਵਾ, ਪਰ ਜਦੋਂ ਅਸੀਂ ਇੱਕ ਬੰਦੇ ਮਗਰ ਲੱਗਦੇ ਹਾਂ ਚੰਡੀਗੜ੍ਹ ਤੋਂ ਬੀਬੀ ਬਿੰਦੂ ਕੌਰ ਨੇ ਆਪਾਂ ਨੂੰ ਦੱਸਿਆ, ਬਿੰਦੂ ਸਿੰਘ ਨੇ ਬਹੁਤ ਸੋਹਣੀ ਇਨਫੋਰਮੇਸ਼ਨ ਦਿੱਤੀ ਹੈਗੀ ਆ, ਔਰ ਉਹ ਹੈ ਵੀ ਬਿਲਕੁਲ ਐਕੋਰੇਟ, ਉਹਦਾ ਉੱਥੇ ਗਰਾਊਂਡ ਵਰਕ ਸੀ ਉੱਥੇ, ਉਹਦੇ ਵਿੱਚੋਂ ਵਿਚਰੀ ਹੈਗੀ ਆ, ਉਹਦੇ ਵਿੱਚੋਂ ਦੇਖਿਆ ਹੈਗਾ। ਦੂਸਰਾ ਮੈਂ ਸਿਰਫ ਅੱਜ ਇੰਨੀ ਗੱਲ ਕਹਿ ਨਹੀਂ ਚਾਹੁੰਦਾ, ਵੀ ਅਫਸੋਸ ਦੀ ਗੱਲ ਹੈ ਵੀ ਜਿਹਨਾਂ ਬੜਾ ਸ਼ਰਮ ਨਾਲ ਸਿਰ ਚੁੱਕਦਾ ਹੈਗਾ ਵੀ ਸਾਡੇ ਉਹ ਲੀਡਰ ਢੁੱਠਾਂ ਵਾਲੇ ਜਿਹਨਾਂ ਨੇ ਇੰਨੀਆਂ ਮਿਨਿਸਟਰੀਆਂ ਹੜਾਈਆਂ ਔਰ ਇੰਨੀਆਂ ਚੀਫ ਮਿਨਿਸਟਰੀਆਂ ਹੜਾਈਆਂ, ਵੀ ਅੱਜ ਤੁਹਾਡੇ ਸਾਹਮਣੇ ਉਹ ਸਭ ਕੁਛ ਆ ਗਿਆ ਜਿਹਨਾਂ ਦੇ ਤੁਸੀਂ ਪੈਰਾਂ 'ਚ ਜਾ ਕੇ ਬਹਿੰਦੇ ਸੀਗੇ, ਜਿਹਨਾਂ ਤੁਸੀਂ ਪੈਰਾਂ 'ਚ ਆ ਕੇ ਬਹਿੰਦੇ ਸੀਗੇ। ਔਰ ਅੱਜ ਵੀ ਸਾਨੂੰ ਸਮਝਣਾ ਚਾਹੀਦਾ ਆਪਣੇ ਇਸ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਰ ਹੈ ਉਹਨੂੰ ਨੀਵਾਂ ਨਾ ਕਰਨ, ਉਹਨੂੰ ਉੱਚਾ ਰੱਖਣ, ਔਰ ਇੱਦਾਂ ਨਾ ਹੋਵੇ ਖੁਦਗਰਜ ਨਾ ਬਣਨ ਵੀ ਆਹ ਮੌਕਾ ਆ ਗਿਆ ਤਾਂ ਹੁਣ ਅਸੀਂ ਆਹ ਬਿਆਨ ਦੇ ਦੀ ਯਾਦੇ, ਨਹੀਂ ਖੁਦਗਰਜੀ ਸਮਝਣ ਵੀ ਇਹ ਜਿਹੜਾ ਅੱਤ ਖੁਦਾ ਦਾ ਵੈਰ ਹੁੰਦਾ ਹੈਗਾ। ਅਸੀਂ ਸਮਾਪਤੀ ਵੱਲ ਨੂੰ ਵੱਧ ਰਹੇ ਹਾਂ ਪਰ ਕਾਲ ਇੱਕ ਆ ਗਈ, ਸੋ ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਸਮਝੋ, ਸਮਝ ਕੇ ਅੱਜ ਜਿਹੜਾ ਅੱਤ ਖੁਦਾ ਦਾ ਵੈਰ ਆ ਉਹ ਜੋ ਕੁਛ ਕਰ ਰਹੇ ਸੀ ਉਹਦੀ ਉਹਨੂੰ ਸਜ਼ਾ ਮਿਲ ਗਈ ਆ, ਔਰ 28 ਨੂੰ ਤੁਹਾਡੇ ਸਾਹਮਣੇ ਆ ਜਾਣੀ ਹੈਗੀ। ਹਾਂਜੀ, ਇਹ ਕਾਲ ਇੱਕ ਲੈ ਲੈਂਦੇ ਹਾਂ ਅਤੇ ਫਿਰ ਮੈਂ ਸਮਾਪਤੀ ਵੱਲ ਨੂੰ ਵਧਣਾ ਚਾਹੁੰਦੇ ਹਾਂ। ਵਾਹਿਗੁਰੂ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਸਾਹਿਬ ਬੋਲ ਰਿਹਾ, ਕਿੱਥੋਂ ਬੋਲ ਰਿਹਾ? ਮੈਂ ਸਵਾਦ ਜੀ, ਮੈਂ ਬੋਲ ਰਿਹਾ ਇਟਲੀ ਤੋਂ ਬੋਲ ਰਿਹਾ, ਹਰਿੰਦਰ ਸਿੰਘ। ਇਟਲੀ ਤੋਂ ਬੋਲ ਰਿਹਾ ਵੀਰ ਹਰਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਅੱਜ ਮੈਂ ਅੱਜ ਦੇ ਵਿਸ਼ੇ ਤੇ ਬੋਲਣਾ ਚਾਹੁੰਦਾ ਜੀ ਜੀ, ਜੋ ਵੀ ਜਿਸ ਤਰ੍ਹਾਂ ਵੀ ਫੈਸਲਾ ਹੋਇਆ ਠੀਕ ਹੈ ਉਹਨਾਂ ਦੇ ਖਿਲਾਫ਼ ਹੋਇਆ, ਬਹੁਤ ਅੱਛੀ ਗੱਲ ਆ ਕਿ ਉਹਨਾਂ ਦਾ ਕੰਮੇ ਏਦਾਂ ਦਾ ਸੀਗਾ ਕਿ ਉਹ ਨਿੰਦਣ ਜੋ ਸੀਗਾ ਤੇ ਫੈਸਲਾ ਹੋਇਆ। ਤੇ ਵਿੱਚ ਮੈਂ ਅੱਜ ਮੈਂ ਸਵੇਰੇ ਫੇਸਬੁੱਕ ਤੇ ਦੇਖਿਆ ਕਿ ਜਿੱਦਾਂ ਆਪਣੇ DMC ਦਿੱਲੀ ਤੋਂ ਇੱਕ ਸਰਦਾਰ ਜੀ ਕਹਿੰਦੇ ਸੀਗੇ ਵੀ ਇਹ ਠੀਕ ਹੋ ਗਿਆ, ਬਹੁਤ ਵਧੀਆ ਹੋ ਗਿਆ, ਗਾਲਾਂ ਕੱਢਦੇ ਸੀ ਵਿੱਚ, ਚੰਗੀ ਗੱਲ ਨੀ ਆ ਕਹਿਣਾ ਕਿਉਂਕਿ ਸਰਦਾਰਾਂ ਦਾ ਇਹਦੇ ਵਿੱਚ ਕੋਈ ਲਿੰਕ ਨੀ ਹੈਗਾ ਆਪਣਾ, ਹਨਾ। ਆਪਾਂ ਨੂੰ ਇਸ ਚੀਜ਼ ਦੇ ਵਿੱਚ ਆਉਣਾ ਨੀ ਚਾਹੀਦਾ ਸੀ ਕਿ ਜਿੱਦਾਂ ਉਹ ਬੋਲਦੇ ਹੈਗੇ ਵਿੱਚ DMC ਵਾਲੇ ਆਪਣੇ ਸਰਦਾਰ ਜੀ ਉਹਨਾਂ ਨਾਲ GK ਸਾਹਿਬ ਉਹਨਾਂ ਨਾਲ ਬੋਲਦੇ ਹੈਗੇ ਆ ਵੀ ਇਹ ਠੀਕ ਨੀ ਹੈਗਾ, ਵੀ ਆਪਾਂ ਨੂੰ ਇਸ ਚੀਜ਼ ਨਾਲ ਵਿੱਚ ਆਉਣਾ ਹੀ ਚਾਹੀਦਾ ਕਿਉਂਕਿ ਆਪਾਂ ਸਿੱਖਾਂ ਦਾ ਇਹਦਾ ਮਸਲਾ ਹੀ ਕੋਈ ਨੀ ਹੈਗਾ, ਸਰਕਾਰ ਦਾ ਮਸਲਾ ਸੀਗਾ, ਸਰਕਾਰ ਬਿਲਕੁਲ ਸਰਕਾਰ ਦਾ ਮਸਲਾ, ਪਰ ਇਹ ਗੱਲ ਅਸੀਂ ਵਾਰ ਵਾਰ ਕਰ ਰਹੇ ਹਾਂ, ਪਰ ਇੱਕ ਗੱਲ ਦੀ ਤਾਂ ਸਿੱਖ ਹੋਣ ਦੇ ਨਾਤੇ ਇਸ ਗੱਲ ਦੀ ਹਰ ਸਿੱਖ ਨੂੰ ਖੁਸ਼ੀ ਹੋਏਗੀ ਕਿ ਉਹ ਮਨੁੱਖ ਜਿਹੜਾ ਸਿੱਖੀ ਦੇ ਸਿਧਾਂਤਾਂ ਉੱਤੇ ਹਮਲਾ ਕਰ ਰਿਹਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਧਾਰ ਰਿਹਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਦੀ ਨਕਲ ਕਰ ਰਿਹਾ ਸੀ, ਜਾਮੇ ਅੰਮ੍ਰਿਤ ਪਿਲਾ ਰਿਹਾ ਸੀ ਇੱਕ ਤਰ੍ਹਾਂ ਦਾ, ਉਹਨੂੰ ਜੇ ਸਜ਼ਾ ਹੁੰਦੀ ਹੈ ਤੇ ਸਾਡੇ ਹਰ ਸਿੱਖ ਦਾ ਮਾੜਾ ਖੁਸ਼ ਹੋਣਾ ਜ਼ਰੂਰੀ ਗੱਲ ਹੈ। ਤੂੰ ਬਿਲਕੁਲ ਤੁਹਾਡਾ ਧੰਨਵਾਦ, ਬਹੁਤ ਬਹੁਤ ਤੁਸੀਂ ਆਪਣੇ ਵਿਚਾਰ ਰੱਖੇ, ਹਿਰਦੇ ਤੋਂ ਧੰਨਵਾਦ। ਵਾਹਿ ਖਾਲਸਾ ਵਾਹਿ ਫਤਿਹ। ਅਸੀਂ ਹੁਣ ਸਮਾਪਤੀ ਵੱਲ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂ ਕਿ ਅਸੀਂ 4 ਵਜ ਗਿਆ ਸਮਾਪਤੀ ਵੱਲ, ਵਧੀਆ ਜੀ ਅਖੀਰਲੇ ਕਲਾਂ ਜੋ ਤੁਸੀਂ ਕਹਿਣਾ ਕਹਿ ਲਓ। ਮੈਂ ਤਾਂ ਬਸ ਇਹੀ ਕਹੂੰਗਾ ਵੀ ਅੱਜ ਵੀ ਸਾਨੂੰ ਜਿੰਨੇ ਵੀ ਜਿਹੜੇ ਇਹ ਗਲਤ ਅਸੀਂ ਰਾਹ ਤੇ ਤੁਰੇ ਹੋਏ ਹੈਗੇ ਨਾ, ਜਿਹੜੇ ਇੱਦਾਂ ਦੇ ਬਾਬਿਆਂ ਬੂਬਿਆਂ ਦੇ ਮਾਰੇ ਤੁਰੇ ਫਿਰਦੇ ਆ ਨਾ, ਔਰ ਸਾਨੂੰ ਸਾਹਮਣੇ ਖਾਸ ਕਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਜਿਵੇਂ ਜਿਸ ਤਰ੍ਹਾਂ ਆਪਾਂ ਨੂੰ ਗੱਲ ਹੋਈ ਆ, ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸਾਡਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅਰਜਨ ਪਾਤਸ਼ਾਹ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈਗਾ, ਸਾਨੂੰ ਗੁਰੂ ਪਾਤਸ਼ਾਹ ਨੇ ਸਾਡੇ ਆਪਣੇ 4 ਬੱਚੇ ਵਾਰ ਦਿੱਤੇ ਔਰ ਆਪਣਾ ਆਪ ਜੀਵਨ ਸਾਰਾ ਲਾਤ ਸਾਡੇ 'ਤੇ, ਸਾਨੂੰ ਉਹ ਸਿਧਾਂਤ 'ਤੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਤਾਂ ਕਿ ਅਸੀਂ ਭਟਕੀਏ ਨਾ, ਔਰ ਲੱਗ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਮਗਰ ਤੁਹਾਡੀ ਜਿਹੜੀ ਆਤਮਾ ਕਿੰਨੀ ਸ਼ਾਂਤ ਹੁੰਦੀ ਹੈਗੀ ਆ, ਇੱਦਾਂ ਦੇ ਬਾਬਿਆਂ ਬੂਬਿਆਂ ਕੋਲ ਕੁਛ ਨਹੀਂ ਮਿਲਣਾ। ਮੈਂ ਆਪਣੀ ਟੈਕਨੀਕਲ ਟੀਮ ਦੁਬਾਰਾ ਵਿਸ਼ਵਾਸ ਅਗਾਹ ਕਰਦਿਆਂ, ਮੈਨੂੰ ਕੋਈ ਇਸ਼ਾਰਾ ਨਹੀਂ ਆ ਰਿਹਾ ਕਿ ਸਮਾਪਤੀ ਵੱਲ 4 ਵਜੇ ਵਧਣ ਦੀ ਗੱਲ ਸੀ ਅਤੇ ਮੈਂ ਸੰਭਵ ਕਰਨ ਦੇ ਵੱਲੇ ਵੱਧ ਰਿਹਾ ਹੈਗਾ। ਹਿਰਦੇ ਤੋਂ ਧੰਨਵਾਦ ਉਹਨਾਂ ਵੀਰਾਂ ਅਤੇ ਭੈਣਾਂ ਸਾਰਿਆਂ ਦਾ ਜਿਨ੍ਹਾਂ ਨੇ ਕਾਲਜ਼ ਕਰਕੇ ਟੈਲੀਫੋਨ ਕਰਕੇ ਆਪਣੇ ਵਿਚਾਰ ਦੱਸੇ, ਔਰ ਖਾਸ ਕਰਕੇ ਬੀਬੀ ਬਿੰਦੂ ਸਿੰਘ ਜਿਹੜੀ ਕਿ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਕਾਲ ਕੀਤੀ ਔਰ ਬੜੇ ਵਿਸਤਾਰ ਦੇ ਨਾਲ ਸਾਰੀ ਜਾਣਕਾਰੀ ਦਿੱਤੀ। ਉਹਨਾਂ ਨੇ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਸਿੱਖੀ ਦਰਦ ਵੀ ਪੂਰਾ ਸੀ, ਜਿਹੜੀ ਉਹ ਸੰਭਵ ਵੀ ਜਦੋਂ ਉਹਨਾਂ ਕੀਤਾ ਆਪਣੀ ਗੱਲ ਨੂੰ ਉਦੋਂ ਵੀ ਸਿੱਖੀ ਦਰਦ ਦੇ ਨਾਲ ਕੀਤਾ, ਪਰ ਨਾਲ ਨਾਲ ਹਰ ਗੱਲ ਨੂੰ ਉਹਨਾਂ ਬੜੇ ਸਬਰ ਦੇ ਨਾਲ, ਬੜੇ ਸਿਦਕ ਦੇ ਨਾਲ, ਬੜੇ ਠਰੰਮੇ ਦੇ ਨਾਲ ਹਰ ਗੱਲ ਨੂੰ ਕਿਹਾ। ਇਹ ਉਹ 'ਚ ਸਿੱਖ ਨੁਕਤਾ ਪੁਆਇੰਟ ਜਿਹੜਾ ਉਹ ਵੀ ਸਾਹਮਣੇ ਰੱਖਿਆ,
ਪਰ ਕਾਨੂੰਨੀ ਨੁਕਤਾ ਪੁਆਇੰਟ ਵੀ ਸਾਹਮਣੇ ਰੱਖਿਆ। ਸਾਨੂੰ ਘੱਟੋ ਘੱਟ ਜਦੋਂ ਇਹੋ ਜਿਹਾ ਕੋਈ ਇੱਕ ਬੁਲਾਰਾ ਆਉਂਦਾ, ਇਹੋ ਜਿਹਾ ਜਦੋਂ ਆ ਕੇ ਬੰਦਾ ਗੱਲ ਕਰਦਾ, ਸਾਨੂੰ ਸਾਰਿਆਂ ਨੂੰ ਉਹਨੂੰ ਬੜੇ ਧਿਆਨ ਨਾਲ ਸੁਣ ਕੇ ਫਿਰ ਤੋਂ ਸਿੱਖਣਾ ਵੀ ਚਾਹੀਦਾ ਕਿ ਅਸੀਂ ਵੀ ਗੱਲ ਕਰੀਏ। ਬੇਸ਼ੱਕ ਉਹਨੂੰ ਡੇਰਾ ਪ੍ਰੇਮੀ ਕਹਿਣਾ ਪੈਣਾ, ਉਹਨੇ ਵੀ ਕਿਹਾ, ਪਰ ਉਹਨੇ ਆਪਣੇ ਜਿਹੜੇ ਅੰਦਾਜ਼ ਦੇ ਵਿੱਚ ਕਿਹਾ, ਜਿੱਦਾਂ ਕਿਹਾ, ਔਰ ਕਿਸੇ ਨੂੰ ਕੋਈ ਬਹੁਤ ਵੱਡਾ ਬਲੇਮ ਦੇਣ ਤੋਂ ਬਿਨਾਂ ਜਿੱਦਾਂ ਉਹਨੇ ਗੱਲ ਕੀਤੀ ਸਾਰੀ ਸਾਰੀ, ਮੈਂ ਸੋਚਦਾ ਮੈਂ ਤਾਂ ਉਹਦੀ ਗੱਲ ਕਰਨ ਦੇ ਅੰਦਾਜ਼ ਤੋਂ ਬੜਾ ਕੁਝ ਸਿੱਖਿਆ। ਸਾਨੂੰ ਸਾਰਿਆਂ ਨੂੰ ਇਹ ਗੱਲ ਸਿੱਖਣੀ ਵੀ ਚਾਹੀਦੀ ਹੈ ਤਾਂ ਕਿ ਮੀਡੀਆ ਦਾ ਅਸੀਂ ਵੱਧ ਤੋਂ ਵੱਧ ਫਾਇਦਾ ਲੈ ਸਕੀਏ। ਨਹੀਂ ਤਾਂ ਕਈ ਵਾਰੀ ਮੀਡੀਆ ਦੇ ਉੱਤੇ ਕੁਛ ਇਹੋ ਜਿਹੇ ਅਸੀਂ ਗੱਲਾਂ ਕਰ ਜਾਂਦੇ ਹਾਂ, ਉਹ ਫਾਇਦਾ ਲੈਣ ਦੀ ਥਾਂ 'ਤੇ ਨੁਕਸਾਨ ਦੀ ਗੱਲ ਹੁੰਦੀ ਹੈ। ਅਤੇ ਅਖੀਰ 'ਤੇ ਇੱਕ ਗੱਲ ਜਿਹੜੀ ਸਾਰੀ ਸਮਾਪ ਵਿੱਚ ਕਰਨੀ ਚਾਹੂੰਗਾ, ਸਤਿਗੁਰੂ ਨੇ ਕੀਤਾ ਹੋਇਆ ਐਲਾਨ ਕਿ ਸਤਿਗੁਰੂ ਸਾਹਿਬ ਛੱਡ ਕੇ ਮਾਣਮੁੱਖ ਹੋਏ ਬੰਦੇ ਦਾ ਬੰਦਾ, ਅਤੇ ਜੇ ਕੋਈ ਗੁਰੂ ਗ੍ਰੰਥਾਂ ਨੂੰ ਛੱਡ ਕੇ, ਸਤਿਗੁਰੂ ਨੂੰ ਛੱਡ ਕੇ, ਗੁਰੂ ਨਾਨਕ ਨੂੰ ਛੱਡ ਕੇ ਆਲੇ ਦੁਆਲੇ ਭੱਜੇਗਾ, ਬੰਦੇ ਦੇ ਚਰਨੀ ਪਏਗਾ, ਕਿਸੇ ਦੇਹ ਦੇ ਚਰਨੀ ਪਏਗਾ, ਮਨਮੁੱਖ ਹੋਏ ਬੰਦੇ ਦਾ ਬੰਦਾ, ਜਦੋਂ ਬੰਦੇ ਦਾ ਬੰਦਾ ਬਣੇਗਾ ਕੋਈ ਅਤੇ ਉਹ ਮਨਮੁੱਖ ਹੋਏਗਾ ਹੀ ਹੋਏਗਾ, ਉਸ ਬੰਦੇ ਨੂੰ ਵੀ ਸਜ਼ਾਵਾਂ ਮਿਲਣੀਆਂ ਅਤੇ ਜਿਹੜਾ ਬੰਦਾ ਪਿਛਲਾ ਗਿਆ ਉਹਨੂੰ ਵੀ ਸਜ਼ਾਵਾਂ ਮਿਲਣੀਆਂ। ਸੋ ਇਹ ਜਿਹੜਾ ਸਿਧਾਂਤਿਕ ਪੱਖ ਹੈ ਇਹ ਜ਼ਰੂਰ ਸਾਨੂੰ ਸਿੱਖ ਹੁੰਦੇ ਨਾਲ ਅਤੇ ਦੁਨੀਆਂ ਭਰ 'ਚ ਪ੍ਰਚਾਰਨਾ ਚਾਹੀਦਾ ਕਿ ਮਨਮੁੱਖ ਨਹੀਂ ਬਣਨਾ, ਬੰਦੇ ਦੇ ਬੰਦੇ ਨਹੀਂ ਬਣਨਾ, ਜੇ ਬਣਨਾ ਹੈ ਤਾਂ ਗੁਰਮੁੱਖ ਬਣਨਾ ਹੈ, ਗੁਰੂ ਗ੍ਰੰਥ ਸਾਹਿਬ ਦੇ ਬਣਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ, ਸ਼ਬਦ ਦੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੈ ਅਤੇ ਜਦੋਂ ਉਹ ਵਸਾਲੋਗੇ ਤਾਂ ਫਿਰ ਲੋਕ ਸੁਖੀ ਪਰਲੋਕ ਸੁਹੇਲੇ। ਇੰਨੇ ਸ਼ਬਦਾਂ ਦੇ ਨਾਲ ਇੱਕ ਵਾਰ ਖਿਮਾ ਜਾਚਨਾ, ਫਿਰ ਜਿਵੇਂ ਜਿਵੇਂ ਲੋੜ ਪਈ ਪੰਜਾਬ ਦੇ ਹਾਲਾਤ ਦੇ ਬਾਰੇ, ਹਿਮਾਚਲ ਦੇ ਹਾਲਾਤ ਬਾਰੇ, ਹਰਿਆਣੇ ਦੇ ਹਾਲਾਤ ਬਾਰੇ, ਦਿੱਲੀ ਦੇ ਹਾਲਾਤ ਬਾਰੇ, ਜਿੱਥੇ ਜਿੱਥੇ ਵੀ ਦੁਨੀਆ ਪੱਧਰ 'ਤੇ ਸਾਨੂੰ ਕਿਤੇ ਲੋੜ ਪਈ ਇਹ ਗੱਲ ਸਾਂਝੀ ਕਰਨ ਦੀ, ਫਿਰ ਕਰਾਂਗੇ। ਗੁਰਦੇਵ ਸਿੰਘ ਚੌਹਾਨ ਜੀ ਬੜੀ ਕਾਹਲੀ ਸ਼ੋਰ ਉਲੀਕਿਆ ਗਿਆ ਸੀ, ਗੁਰਦੇਵ ਸਿੰਘ ਚੌਹਾਨ ਜੀ ਬੇਨਤੀ ਮੰਨ ਕੇ ਉਸੇ ਵੇਲੇ ਖੜ੍ਹੇ ਪੈਰ ਆਏ ਆ, ਇਹਨਾਂ ਦਾ ਵੀ ਹਿਰਦੇ ਤੋਂ ਧੰਨਵਾਦ। ਜਿਹੜੀ ਤੁਸੀਂ ਕਾਲਜ ਕੀਤੀਆਂ, ਟੈਲੀਫੋਨ ਕੀਤੇ, ਤੁਹਾਡਾ ਫਿਰ ਇੱਕ ਵਾਰ ਹਿਰਦੇ ਤੋਂ ਧੰਨਵਾਦ। ਜੁੜੇ ਰਹੋ ਸੰਗਤ ਟੈਲੀਵਿਜ਼ਨ ਨਾਲ, ਆਪਾਂ ਜੁੜ ਮਿਲ ਕੇ ਕੌਮ ਦੇ ਰੋਸ਼ਨ ਭਵਿੱਖ ਦੀ ਗੱਲ ਕਰਨੀ ਹੈ। ਇੱਕ ਵਾਰ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਡੰਡ ਦਿਓ ਰੇ, ਜੈਕਾਰ।